ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਸਪੈਸ਼ਲ ਪ੍ਰੋਗਰਾਮ ਦੀ ਇਸ ਸੀਰੀਜ਼ ਦੇ ਵਿੱਚ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਜਿਸ ਤਰ੍ਹਾਂ ਕਿ ਸਾਰੇ ਦੋਸਤ ਜਿਹੜੇ ਸਾਨੂੰ ਵੇਖਦੇ ਨੇ ਜਿਹੜੇ ਸਾਡੇ ਵਿਊਵਰ ਨੇ ਔਰ ਜਿਹੜੇ ਸਾਡੇ ਸਾਥੀ ਨੇ ਦੋਸਤ ਉਹਨਾਂ ਨੂੰ ਪਤਾ ਹੈ ਕਿ ਅਸੀਂ ਆਪਣੇ ਪੰਜਾਬ ਦੀ ਹਿਸਟਰੀ ਦੇ ਹਵਾਲੇ ਨਾਲ ਬਹੁਤ ਸਾਰੇ ਜਿਹੜੀਆਂ ਖਾਸ ਦਿਨ ਨੇ ਉਹਨਾਂ ਦੇ ਉੱਤੇ ਕੋਈ ਨਾ ਕੋਈ ਪ੍ਰੋਗਰਾਮ ਰੱਖਣੇ ਆ ਅਤੇ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਹੈ ਅੱਜ ਦਾ ਇਹ ਪ੍ਰੋਗਰਾਮ ਸਾਡੇ ਪੰਜਾਬ ਦੀ ਤਾਰੀਖ ਦੇ ਵਿੱਚ ਬਹੁਤ ਵੱਡਾ ਨਾਂ ਬਾਬਾ ਜੀ ਸੋਹਣ ਸਿੰਘ ਭਕਨਾ ਹੋਣਾ ਦੇ ਨਾਂ ਗਦਰ ਪਾਰਟੀ ਔਰ ਉਸ ਤੋਂ ਵੱਖ ਫਿਰ ਪੰਜਾਬ 'ਚ ਚੱਲਣ ਵਾਲੀਆਂ ਵੱਖ ਵੱਖ ਤਰੀਕਾਂ ਇਨਕਲਾਬੀ ਸਿਆਸਤ ਦਾ ਮੁੱਢ ਔਰ ਸਾਡੇ ਇਸ ਪੰਜਾਬ ਦੇ ਵਿੱਚ ਜਿਹਨੂੰ ਮਾਰਕਸਿਸਟ ਅਸੀਂ ਕਹਿ ਸਕਦੇ ਹਾਂ ਮਾਰਕਸਿਸਟ ਪੋਲੀਟਿਕਸ ਦੇ ਹਵਾਲੇ ਨਾਲ ਵੀ ਬਾਬੇ ਸੋਹਣ ਸਿੰਘ ਭਕਨਾ ਦਾ ਇੱਕ ਵੱਡਾ ਨਾਂ ਹੈ। ਸੋ ਅੱਜ ਦੀ ਇਸ ਜਿਹੜੀ ਸਾਡੀ ਅੱਜ ਦੀ ਇਹ ਬੈਠਕ ਹੈ ਅੱਜ ਦਾ ਜਿਹੜਾ ਸਾਡਾ ਗੱਲਬਾਤ ਹੈ ਇਹਦੇ ਵਿੱਚ ਮੈਂ ਤਾਰਫ ਕਰਵਾਉਂਦਾ ਜਾਵਾਂ ਤੁਸੀਂ ਸਾਡੇ ਪੋਸਟਰ ਤੇ ਵੇਖ ਲੈਣਾ ਸਾਡੇ ਨਾਲ ਸਾਡੇ ਬਹੁਤ ਹੀ ਸੀਨੀਅਰ ਸਾਡੇ ਬਹੁਤ ਸੀਨੀਅਰ ਉਸਤਾਦ ਨੇ ਸਾਡੇ ਦੋਸਤ ਬਾਬਾ ਜੀ ਮਖਸੂਸ ਸਾਕਿਬ ਸਾਹਿਬ ਮੌਜੂਦ ਨੇ ਸੁਚੇਤ ਤੋਂ ਔਰ ਦੂਸਰੇ ਸਾਡੇ ਨਾਲ ਅੱਜ ਸਾਡੇ ਦੋਸਤ ਪ੍ਰੋਫੈਸਰ ਡਾਕਟਰ ਕਰਨਬੀਰ ਸਿੰਘ ਜੀ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਸਾਡੇ ਨਾਲ ਮੌਜੂਦ ਨੇ। ਮੈਂ ਹੁਣ ਦਾਵਤ ਦਿਆਂਗਾ ਬਾਬਾ ਜੀ ਮਖਸੂਸ ਸਾਕਿਬ ਹੋਰਾਂ ਨੂੰ ਕਿ ਅੱਜ ਦੇ ਇਸ ਦਿਨ ਤੇ ਉਹ ਆਪਣੀ ਗੱਲਬਾਤ ਜਲੀ ਰੱਖ। ਜੀ ਬਾਬਾ ਜੀ ਆਇਆਂ ਨੂੰ ਜੀ ਆਵਾਜ਼ ਦਾ ਮਸਲਾ ਹੋ ਰਿਹਾ ਸੀ ਥੋੜਾ ਜਿਹਾ, ਮੈਂ ਬਹਰਾਲ ਹਾਂਜੀ ਬਾਬਾ ਜੀ ਹਾਂਜੀ ਹੁਣ ਆਵਾਜ਼ ਠੀਕ ਹੈ ਬਾਬਾ ਜੀ, ਤੁਸੀਂ ਆਪਣੀ ਗੱਲਬਾਤ ਅੱਜ ਦੀ ਸ਼ੁਰੂ ਕਰੋ। ਜੀ ਆਵਾਜ਼ ਠੀਕ ਹੈ, ਤੁਹਾਡੀ ਬਾਬਾ ਜੀ ਬਿਲਕੁਲ ਠੀਕ ਆ ਰਹੀ, ਤੁਸੀਂ ਗੱਲ ਸ਼ੁਰੂ ਕਰੋ। ਅੱਛਾ ਠੀਕ ਹੋ ਗਿਆ। ਬਾਬਾ ਜੀ ਸੋਹਣ ਸਿੰਘ ਭਕਨਾ ਬਾਰੇ ਅੱਜ ਉਹਨਾਂ ਦਾ ਦਿਹਾੜ ਹੀ ਚੁੰਕੇ ਤੇ ਸਬੱਬ ਬਣੇ ਆ ਉਹਨਾਂ ਦੇ ਬਾਰੇ ਚ ਗੱਲ ਕਰਨ ਦਾ, ਜੋ ਅਸੀਂ ਉਹਨਾਂ ਦੇ ਬਾਰੇ ਚ ਜਾਣ ਸਕੇ, ਜੋ ਮਾੜਾ ਚੰਗਾ ਅਸੀਂ ਕੋਈ ਮਿਸਾ ਲੂਣਾ ਜੋ ਹੈ ਸਾਡੇ ਕੋਲ, ਜੋ ਕਿ ਮੈਂ ਪੰਚਮ ਰਸਾਲੇ ਦੇ ਵਿੱਚ ਉਹਨਾਂ ਦਾ 2004 ਦੇ ਵਿੱਚ ਉਹਨਾਂ ਦੀ ਜਿਹੜੀ ਸਵੈ ਜੀਵਨੀ ਸੀ ਉਹ ਮੈਂ ਉਤਾਰਾ ਕਰਕੇ ਛਾਪੀ ਔਰ ਇੱਥੇ ਲੋਕਾਂ ਨਾਲ ਸਾਂਝੀ ਕੀਤੀ, ਸਿਰਫ ਇਸ ਵਾਸਤੇ ਕਿ ਸਾਡੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੀ ਸਿਆਸਤ ਦੀ ਸਾਡਾ ਜਿਹੜਾ ਸਿਆਸੀ ਪਿਛੋਕੜ ਹੈ, ਸਾਡੀ ਸਿਆਸੀ ਤਾਰੀਖ ਹੈ ਜਿਹੜੀ, ਉਹਦੇ ਵਿੱਚ ਇੱਕ ਬਹੁਤ ਵੱਡਾ ਤਗੜਾ ਬਾਪ ਜਿਹੜਾ ਹੈ ਉਹ ਐਸੀ ਸਿਆਸਤ ਦਾ ਸੀ ਜਿਹਦੇ ਮੋਢੀਆਂ ਦੇ ਵਿੱਚੋਂ ਬਾਬਾ ਸੋਹਣ ਸਿੰਘ ਜੀ ਸਨ। ਤੋ ਸਿਆਸਤ ਦੇ ਪਿੱਛੇ ਬਹੁਤ ਸੀ ਲੰਮੀ ਚੌੜੀ ਚੱਲਦੀ ਆ ਰਹੀ ਸੀ ਜਿਹੜੀ ਸਿੱਖ ਤਾਰੀਖ ਹੈ, ਉਹ ਆਪਣੇ ਤੌਰ ਦੇ ਉੱਤੇ ਆਪ ਇੱਕ ਪੂਰਾ ਸਿਆਸੀ ਘੋਲ ਸੀ ਜਿਹੜਾ ਬਾਬਾ ਨਾਨਕ ਜੀ ਦੀ ਆਈਡੀਆਲੋਜੀ ਔਰ ਨਾਲ ਬਾਬਾ ਫਰੀਦ ਸਾਹਿਬ ਦੀ ਜਿਹੜੀ ਹੈ ਸੀ ਵਿਚਾਰ, ਸੋ ਅਸੀਂ ਕਹਿ ਸਕਦੇ ਹਾਂ ਕਿ ਫਰੀਦੀ ਨਾਨਕੀ ਵਿਚਾਰ ਦੇ ਨਾਲ ਜਿਹੜੀ ਇੱਕ ਇੱਥੇ ਲਹਿਰ ਜਗੀ, ਪਹਿਲਾਂ ਇਲਮੀ ਤੌਰ ਦੇ ਉੱਤੇ ਸ਼ਾਇਰੀ ਦੇ ਰੂਪ ਦੇ ਵਿੱਚ ਔਰ ਫਿਰ ਉਸਨੇ ਬਕਾਇਦਾ ਆਪਣੀ ਪੋਜੀਸ਼ਨ ਜਿਹੜੀ ਸੀ ਉਹ ਬਣਾਉਣੀ ਸ਼ੁਰੂ ਕਰ ਦਿੱਤੀ ਔਰ ਜਥੇਬੰਦਕ ਜਿਹੜਾ ਸੀ ਕੰਮ ਸ਼ੁਰੂ ਹੋਇਆ, ਜਿਹੜਾ ਕਿ 250-300 ਸਾਲ ਦੇ ਕਹਿਣਾ ਚਾਹੀਦਾ ਸਟੱਡੀ ਸਰਕਲ ਤੋਂ ਮਗਰੋਂ ਉਹ ਬਕਾਇਦਾ ਸਿੱਖ ਲਹਿਰ ਦੀ ਸ਼ਕਲ ਦੇ ਵਿੱਚ ਸਾਹਮਣੇ ਆਇਆ ਔਰ ਉਸਨੇ ਉਸ ਵੇਲੇ ਦਾ ਜਿਹੜਾ ਰਾਜਪਾਠ ਸੀ, ਉਸ ਵੇਲੇ ਦੀ ਜਿਹੜੀ ਸਰਕਾਰ ਸੀ, ਲੋਕ ਵਿਰੋਧੀ ਪੱਖ ਜਿਹੜਾ ਸੀ ਉਸ ਦੇ ਨਾਲ ਲੋਹਿਆ ਲੈਣਾ ਆਰੰਭ ਕੀਤਾ ਔਰ ਉਹ ਬੜੀ ਭਰਪੂਰ ਕਿਸਮ ਦੀ ਹੈ ਉਹ ਸਾਰੀ ਲਹਿਰ ਦੀ, ਜੇ ਉਹ ਕਹਾਣੀ ਇਸ ਵੇਲੇ ਤਾਂ ਨਹੀਂ ਇੱਥੇ ਛੋਈ ਜਾ ਸਕਦੀ, ਲੇਕਿਨ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਵਸੋਂ ਦਾ ਇਹ ਇੱਕ ਤਜਰਬਾ ਐਸਾ ਸੀ ਜਿਹੜਾ ਆਪਣੀ ਭੋਇਣ ਨੂੰ, ਆਪਣੀ ਵਸੋਂ ਨੂੰ, ਆਪਣੇ ਉਹਨਾਂ ਮੇਲਾਂ ਨੂੰ ਜਿਹੜੇ ਇਹ ਵਾਕ ਕਾਰੀਗਰ ਔਰ ਹੁਨਰੀ ਲੋਕ ਸਨ, ਇਹਨਾਂ ਦੀ ਨਜਾਤ ਦਾ ਇੱਕ ਕਹਿਣਾ ਚਾਹੀਦਾ ਯਤਨ ਜਿਹੜਾ ਸੀ ਉਹ ਸ਼ੁਰੂ ਹੋਇਆ, ਜਿਹੜਾ ਕਿ ਸਿੱਖ ਲਹਿਰ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਅਸਲ ਵਿੱਚ ਪ੍ਰੈਜੈਂਟਰੀ ਦੀ ਲਹਿਰ ਹੈ ਔਰ ਉਹਦੇ ਵਿੱਚ ਕਹਿਣਾ ਚਾਹੀਦਾ ਕਿ ਕੰਮੀ ਕਾਰਾ ਔਰ ਹੁਨਰਬੰਦ
ਇਹ ਸਾਰੀ ਦੁਨੀਆ ਉਹਦੇ ਵਿੱਚ ਸ਼ਾਮਿਲ ਸੀ ਔਰ ਕੋਈ ਔਰ ਸੈਕੂਲਰ ਲਹਿਰ ਸੀ ਉਹਦੇ ਉੱਤੇ ਕੋਈ ਮਜ਼ਹਬ ਦੀ ਉਸ ਤਰ੍ਹਾਂ ਦੀ ਠੱਪਾ ਨਹੀਂ ਸੀ ਲੱਗਾ ਆ ਤੋ ਖੈਰ ਉਹ ਲਹਿਰ ਚੱਲੀ ਫਿਰ ਉਸ ਲਹਿਰ ਦੇ ਵਿੱਚ ਜਿਹੜਾ ਅਸੀਂ ਬਾਦਸ਼ਾਹ ਦੇ 'ਚ ਵੀ ਵੇਖਣੇ ਆ ਕਿ ਦੇਸ਼ ਦੇ ਜੱਟ ਸਰਦਾਰ ਹੋਏ ਘਰੋਂ ਘਰੀ ਜਾਂ ਨਵੀਂ ਸਰਕਾਰ ਹੋਈ ਅਤੇ ਉਹ ਫਿਰ ਘਰੋਂ ਘਰੀ ਜਿਹੜੀ ਨਵੀਂ ਸਰਕਾਰ ਹੋਈ ਮਿਸਲਾਂ ਦੀ ਸ਼ਕਲ ਦੇ 'ਚ ਉਹ ਮਿਸਲਾਂ ਚੱਲੀਆਂ ਔਰ ਮਿਸਲਾਂ ਦੇ ਬਾਰੇ 'ਚ ਕਿਹਾ ਜਾਂਦਾ ਪ੍ਰੋਫੈਸਰ ਕਿਸ਼ਨ ਸਿੰਘ ਹੋਰਾਂ ਨੇ ਵੀ ਬੜੇ ਵੇਰਵੇ ਨਾਲ ਉਹਦੀ ਗੱਲ ਕੀਤੀ ਹੋਈ ਹੈ ਕਿ ਜਿਹੜੀ ਅਸਲ ਗੁਰਬਾਣੀ ਦੀ ਆਈਡੀਓਲੋਜੀ ਸੀ ਉਸ ਆਈਡੀਓਲੋਜੀ ਨੂੰ ਜਿਹੜਾ ਸੀ ਉਹਨੂੰ ਕਸਰ ਲੱਗੀ ਔਰ ਉਹਦੇ ਤੋਂ ਇੱਕ ਕਿਸਮ ਦਾ ਰਿਟਰੀਟ ਹੋ ਗਿਆ ਜਿਹੜਾ ਕਿ ਉਹਦੇ ਵਿੱਚੋਂ ਅੱਗੇ ਮਿਸਲਾਂ ਨਿਕਲ ਆਈਆਂ ਔਰ ਹਰ ਮਿਸਲ ਦਾ ਆਪੋ ਆਪਣੀ ਥਾਂ 'ਤੇ ਸਰਦਾਰ ਹੋ ਗਿਆ ਔਰ ਉਹਨਾਂ ਨੇ ਜਿਹੜਾ ਚੱਜ ਚਾਲਾ ਵੀ ਅਪਣਾਇਆ ਉਹ ਇਸ ਤਰ੍ਹਾਂ ਦਾ ਸੀ ਜਿਨ੍ਹਾਂ ਕੋਲੋਂ ਛੁਟਕਾਰਾ ਲਿਆ ਸੀ ਨਵਾਬਾਂ ਕੋਲੋਂ ਜਾਗੀਰਦਾਰਾਂ ਕੋਲੋਂ ਮੋਟੇ ਜ਼ਿਮੀਂਦਾਰਾਂ ਕੋਲੋਂ ਉਸੇ ਤਰ੍ਹਾਂ ਦੀ ਸ਼ਕਲ ਧਾਰਨ ਕਰਕੇ ਉਹ ਬੈਠ ਗਏ ਤੋ ਉਹਨੂੰ ਇੱਕ ਕਿਸਮ ਦਾ ਕਿਹਾ ਜਾਂਦਾ ਕਿ ਜਿਹੜਾ ਸਿੱਖ ਇਨਕਲਾਬ ਸੀ ਜਿਹੜਾ ਕਿ ਗੁਰਬਾਣੀ ਦੇ ਐਨ ਮੁਤਾਬਕ ਚੱਲ ਕੇ ਆਉਣਾ ਸੀ ਔਰ ਜਿੰਦੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿੰਦੀ ਅੱਗੇ ਸ਼ਕਲ ਨੂੰ ਵਾਧੇ ਪਾਇਆ ਉਹ ਉਸ ਤੋਂ ਹਟ ਗਿਆ ਔਰ ਉਹ ਆਪਣੀ ਆਪਣੀ ਥਾਂ ਦੇ ਉੱਤੇ ਸਰਦਾਰੀਆਂ ਕਾਇਮ ਹੋ ਗਈਆਂ ਔਰ ਜਿਹੜਾ ਉਸ ਦੇ ਵਿੱਚੋਂ ਰਾਜ ਨਿਕਲਿਆ ਰਣਜੀਤ ਸਿੰਘ ਦਾ ਜਿਹਨੂੰ ਕਿ ਸਿੱਧੇ ਸਿੱਧੇ ਲਫਜ਼ਾਂ 'ਚ ਕਹੀਏ ਤਾਂ ਫਿਊਡਲ ਰਾਜ ਸੀ ਔਰ ਉਸ ਆਈਡੀਓਲੋਜੀ ਦਾ ਰਾਜ ਤਾਂ ਉਹ ਨਹੀਂ ਸੀ ਹੈ ਉਹ ਤਾਂ ਬਿਲਕੁਲ ਜਿਹੜਾ ਹੈ ਇੱਕ ਭਵੇਂ ਵਾਲੀ ਦਾ ਸਮਾਜ ਉਸਾਰਨ ਦਾ ਰਾਜ ਸੀ ਔਰ ਉਸੇ ਨੂੰ ਹੀ ਲੈ ਕੇ ਤੁਰਿਆ ਉਹ ਔਰ ਗੁਰਬਾਣੀ ਦਾ ਜਾਂ ਗੁਰਬਾਣੀ ਦੀ ਰੂਹ ਜਿਹੜੀ ਹੈ ਜਿਹੜੀ ਸੀ ਪ੍ਰੇਮ ਖੇਲਣ ਕਾ ਚਾਉ ਦੇ ਨਾਲ ਸ਼ੁਰੂ ਹੋਈ ਔਰ ਜਿਹਦੇ ਵਿੱਚ ਸੀ ਕਿ ਸਭ ਇੱਕੋ ਜਿਹੇ ਹੋਣਗੇ ਕੋਈ ਤਗੜੇ ਮਾੜੇ ਦੀ ਵੰਡ ਨਹੀਂ ਰਹੇਗੀ ਕੋਈ ਭੁੱਖਾ ਨੰਗਾ ਨਹੀਂ ਰਹੇਗਾ ਸਭ ਸਾਵਾਂ ਵਿਹਾਰ ਜਿਹੜਾ ਉਸਾਰਨ ਦੀ ਜਿਹਦੀ ਕਿ ਸਾਨੂੰ ਦੱਸ ਪੈਂਦੀ ਜਿਸ ਤਰ੍ਹਾਂ ਗੁਰੂ ਸਾਹਿਬ ਦਸਵੀਂ ਸਰਕਾਰ ਨੇ ਵੀ ਜਿਸ ਤਰ੍ਹਾਂ ਕੀਤਾ ਕਿ ਜਿਹੜਾ ਸਾਰੇ ਦਾ ਸਾਰਾ ਖਾਲਸਾ ਜਿਸ ਤਰ੍ਹਾਂ ਸਾਂਝੇ ਹੈ ਛੋਟੇ ਮੇਲਾਂ ਨੂੰ ਨਾਲ ਜੋੜ ਕੇ ਔਰ ਇੱਕ ਜਥੇਬੰਦੀ ਐਸੀ ਕੀਤੀ ਜਿਹੜੀ ਨਿਆਂ ਰਾਜ ਲਿਆਉਣਾ ਚਾਹੁੰਦੀ ਸੀ ਨਿਆਂ ਦਾ ਰਾਜ ਹੋਵੇ ਅਤੇ ਉਹ ਉਹਦੀ ਬਜਾਏ ਜਿਹੜਾ ਸੀ ਉਹ ਫਿਊਡਲ ਰਾਜ ਹੋ ਗਿਆ ਤੋ ਠੀਕ ਇਹ ਚੱਲਿਆ ਜਿਸ ਤਰ੍ਹਾਂ ਵੀ ਚੱਲ ਸਕਿਆ ਹੁਣ ਜਿੱਥੇ ਅਸੀਂ ਜਿਹੜਾ ਅੱਜ ਦਾ ਸਾਡਾ ਮਜ਼ਮੂਨ ਹੈ ਜਿਹੜਾ ਅਸੀਂ ਆਪਣਾ ਬਾਬਾ ਸੋਹਣ ਸਿੰਘ ਜੀ ਦੇ ਬਾਰੇ 'ਚ ਗੱਲ ਕਰਨੀ ਪਕੜਾ ਸਾਹਿਬ ਦੇ ਬਾਰੇ 'ਚ ਔਰ ਉਹਨਾਂ ਦੀ ਪਾਰਟੀ ਦੇ ਬਾਰੇ 'ਚ ਉਹ ਹੈ ਜਿਸ ਵੇਲੇ ਰਣਜੀਤ ਸਿੰਘ ਦਾ ਰਾਜ ਮੁੱਕਿਆ ਜਿਸ ਤਰੀਕੇ ਨਾਲ ਵੀ ਕਈ ਉਹਦੇ 'ਚ ਹੈਨ ਨੇ ਵਾਧੇ ਘਾਟੇ ਨੇ ਜਿਹੜੇ ਕਿ ਬਹੁਤ ਵੇਰਵੇ ਮੰਗਦੇ ਨੇ ਇਸ ਵੇਲੇ ਉਹ ਵੇਰਵੇ ਤਾਂ ਨਾਮੁਮਕਿਨ ਨੇ ਨਹੀਂ ਕੀਤੇ ਜਾ ਸਕਦੇ ਮੈਂ ਆਪਣੀ ਗੱਲ ਨੂੰ ਸਮੇਟਦੇ ਆਇਆ ਇਸ ਗੱਲ 'ਤੇ ਆਉਂਦਾ ਵਾਂ ਕਿ ਜਿਸ ਵੇਲੇ 1849 ਦੇ ਵਿੱਚ ਇੱਥੇ ਗੋਰਿਆਂ ਨੇ ਰਾਜ ਕਾਇਮ ਕਰ ਲਿਆ ਗੋਰੇ ਆ ਕੇ ਬੈਠ ਗਏ ਪੰਜਾਬ ਨੂੰ ਜਿਸ ਤਰੀਕੇ ਨਾਲ ਉਹਨਾਂ ਧੋਖੇ ਨਾਲ ਗੱਦਾਰ ਪੈਦਾ ਕਰਕੇ ਬੇਈਮਾਨ ਪੈਦਾ ਕਰਕੇ ਜਿਹੜੇ ਸਨ ਤੜੇ ਵਿੱਚ ਉਹਨਾਂ ਦੀ ਰਾਹੀਂ ਜਿਹੜਾ ਦੂਸਰਾ ਹੈ ਸੀ ਕਿ ਸਾਡਾ ਚੂੰਕਿ ਪਛੜਿਆ ਹੋਇਆ ਸੀ ਜਿਹੜਾ ਹੈ ਇਹ ਇਹ ਰਾਜਪਾਠ ਜਿਹੜਾ ਸੀ ਔਰ ਸਾਡੀ ਫਿਊਡਲ ਸਟੇਟ ਸੀ ਉਹ ਉੱਠਦੀ ਹੋਈ ਉਹ ਸਰਮਾਇਆਦਾਰੀ ਦੇ ਵਿੱਚੋਂ ਨਿਕਲ ਕੇ ਆਏ ਸੁਦਾਗਰ ਬਣ ਕੇ ਔਰ ਸੁਦਾਗਰੀ ਦੇ ਨਾਲ ਉਹਨਾਂ ਪਿੱਛੇ ਕਾਰਖਾਨੇ ਚਲਾਏ ਔਰ ਜਿਹੜਾ ਸੀ ਸੰਤੀ ਇਨਕਲਾਬ ਲਿਆਂਦਾ ਔਰ ਜਿਸ ਵੇਲੇ ਇੱਥੇ ਉਹ ਪਹੁੰਚੇ ਨੇ ਅਤੇ ਉਸ ਵੇਲੇ ਉਹ ਕੰਪਨੀ ਜਿਹੜੀ ਇਹ ਕੰਪਨੀ ਬਹੁਤ ਕੁਝ ਹੋਰ ਤਰ੍ਹਾਂ ਦੀ ਚੀਜ਼ ਬਣ ਚੁੱਕੀ ਸੀ ਨਿਰੀ ਕੰਪਨੀ ਨਹੀਂ ਸੀ ਉਹ ਬਲਕਿ ਉਹ ਬਕਾਇਦਾ ਸਰਮਾਇਆਦਾਰ ਧਿਰ ਦਾ ਇੱਕ ਵੱਡਾ ਜਿਹੜਾ ਕਹਿਣਾ ਚਾਹੀਦਾ ਇੰਗਲੈਂਡ ਦੇ ਵਿੱਚੋਂ ਤੜਾ ਬਣ ਕੇ ਉਹ ਇੱਥੇ ਆਏ ਜਿਹਨੂੰ ਰਾਜਪਾਠ ਦੀ ਬਰਤਾਨੀਆ ਦੇ ਦੀ ਪੁਸ਼ਤਪਣਾਈ ਹਾਸਲ ਸੀ ਸੋ ਉਹ ਜਿਸ ਵੇਲੇ ਆ ਕੇ ਇੱਥੇ ਬੈਠੇ ਨੇ ਔਰ ਉਹਨਾਂ ਪੂਰੇ ਦਾ ਪੂਰਾ ਨਿਜ਼ਾਮ ਜਿਹੜਾ ਹੈ ਇੱਥੋਂ ਦਾ ਬਦਲ ਦਿੱਤਾ ਯਾਨੀ ਭੋਵੇਂ ਜਿਹੜੀ ਇਹ ਵਿਕਾਊ ਵਸਤ ਬਣਾ ਦਿੱਤੀ ਜਿਹੜੀ ਹੈ ਸਾਰੀ ਦੀ ਸਾਰੀ ਕਿ ਭੋਵੇਂ ਨੂੰ ਤੁਸੀਂ ਜਿਹੜਾ ਉਹਦੇ 'ਤੇ ਮਾਮਲਾ ਲੱਗ ਗਿਆ ਔਰ ਨਗਦ ਦੀ ਸ਼ਕਲ 'ਚ ਲੱਗਾ ਕਿ ਤੁਸੀਂ ਉਹ ਨਗਦ ਤਾਰਨਾ ਇਹ ਨਹੀਂ ਹੈਗਾ ਕਿ ਤੁਸੀਂ ਜਨਾਬ ਜਿਹੜੀ ਕੋਈ ਫਸਲ ਬੀਜੋ ਗੱਡੋਗੇ ਉਹਦੇ ਉੱਤੇ ਤੁਸੀਂ ਕੋਈ ਮਾਮਲਾ ਦਿਓਗੇ ਨਹੀਂ ਜਿਹੜੀ ਜ਼ਮੀਨ ਤੁਹਾਡੇ ਕਬਜ਼ੇ 'ਚ ਜਿਹਦੇ ਉੱਤੇ ਤੁਸੀਂ ਮਾਲਕ ਹੋ ਉਹਨਾਂ ਮਾਲਕੀਆਂ ਜਿਸ ਤਰ੍ਹਾਂ ਬਣਾਈਆਂ ਉਹ ਜਿੰਨੀ ਮਾਲਕੀ ਹੈ ਵੇ ਤੁਸੀਂ ਵਾਹੋ ਜਾਂ ਨਾ ਵਾਹੋ ਉਹਦੇ 'ਤੇ ਤੁਹਾਨੂੰ ਮਾਮਲਾ ਦੇਣਾ ਪਏਗਾ ਅਤੇ
ਉਹ ਲਿਹਾਜ਼ਾ ਮੰਡੀਆਂ ਬਣਾਈਆਂ, ਮੰਡੀਆਂ ਦੇ ਨਾਲ ਜੋੜਿਆ ਔਰ ਇਹ ਸਾਰਾ ਸਿਲਸਿਲਾ ਬਿਲਕੁਲ ਹੇਠਲੀ ਉੱਤੇ ਕਰ ਦਿੱਤੀ ਕਿ ਇੱਕ ਐਸਾ ਜਿਹੜਾ ਪਿੱਛੇ ਤੁਰਿਆ ਹੁੰਦਾ ਹੈ ਸੀ ਨਿਜ਼ਾਮ ਬਿਹਾਰ, ਉਹ ਸਾਰੇ ਬਿਹਾਰ ਨੂੰ ਬਦਲ ਕੇ ਧਰ ਦਿੱਤਾ ਉਹਨਾਂ ਨੇ। ਤੋ ਉਸ ਤੋਂ ਪੰਜਾਬ ਦੇ ਵਿੱਚ ਜਿਹੜਾ ਹੈ ਬੜਾ ਭੈੜਾ ਹਾਲ ਹੋ ਗਿਆ, ਜਿਹਦੇ ਨਤੀਜੇ 'ਚ ਸ਼ਾਹੂਕਾਰ ਇੱਥੇ ਬੜਾ ਤਗੜਾ ਹੋਇਆ, ਜ਼ਮੀਨਾਂ ਲੱਥਣੀਆਂ ਸ਼ੁਰੂ ਹੋ ਗਈਆਂ, ਜੱਟ ਜਿਹੜੇ ਸਨ ਉਹ ਕੰਗਾਲ ਹੋਣੇ ਸ਼ੁਰੂ ਹੋ ਗਏ ਅਤੇ ਸ਼ਾਹੂਕਾਰ ਤਗੜੇ ਸ਼ੁਰੂ ਹੋਣੇ ਸ਼ੁਰੂ ਹੋ ਗਏ। ਉਹਨਾਂ ਦੇ ਨਤੀਜੇ 'ਚ ਜ਼ਮੀਨ ਜਿਹੜੀ ਹੈ ਉਹ ਸ਼ਾਹੂਕਾਰਾਂ ਦੇ ਕਬਜ਼ੇ ਚਲੀ ਗਈ ਅਤੇ ਕਿਸਾਨੀ ਦਾ ਬਹੁਤ ਬੁਰਾ ਹਾਲ ਹੋ ਗਿਆ, ਭੁੱਖਮਰੀ ਇੱਥੇ ਆਮ ਹੋ ਗਈ ਔਰ ਜਿਹੜੀਆਂ ਫੌਜਾਂ ਟੁੱਟੀਆਂ ਉਹਨਾਂ ਫੌਜਾਂ ਦੇ ਵਿੱਚੋਂ ਬਹੁਤ ਸਾਰੀ ਦੁਨੀਆਂ 'ਤੇ ਜੰਗਲਾਂ 'ਚ ਨਿਕਲ ਗਈ, ਕੁਝ ਨੂੰ ਇਹਨਾਂ ਨੇ ਆਪਣੀਆਂ ਫੌਜਾਂ 'ਚ ਜੋੜ ਲਿਆ। ਤੋ ਇੱਕ ਐਸਾ ਸਿਲਸਿਲਾ ਉੱਥੇ ਬਣ ਗਿਆ ਪੰਜਾਬ ਦੇ ਵਿੱਚ ਕਿ ਜਿੱਥੇ ਇੱਕ ਨਵਾਂ ਸਿਸਟਮ ਚੱਲਦਾ ਪਿਆ ਉੱਥੇ ਪੁਰਾਣੇ ਦੀ ਟੁੱਟ ਭੱਜ ਹੈ ਔਰ ਉਸ ਦੇ ਨਾਲ ਜਿਹੜੇ ਖਹਿਣ ਵਾਲੇ ਨੇ ਉਹਨਾਂ ਦੀ ਵੀ ਜਿਹੜੀ ਹੈ ਵਾਹ ਨਹੀਂ ਲੱਗਦੀ ਪਈ, ਉਹਨਾਂ ਨੂੰ ਵੀ ਜਿਹੜਾ ਆਪਣੀਆਂ ਥਾਵਾਂ ਤੋਂ ਮਵਾਸ ਮਲਣੇ ਪੈ ਗਏ, ਜੰਗਲਾਂ ਬੇਲਿਆਂ ਦੇ ਵਿੱਚ ਪਨਾਹ ਲੈਣੀ ਪੈ ਗਈ ਅਤੇ ਫਿਰ ਨਵੀਂ ਭਰਤੀ ਦਾ ਵੀ ਸਿਲਸਿਲਾ ਸ਼ੁਰੂ ਹੋਇਆ। ਜਿਸ ਵੇਲੇ ਲੋਕਾਂ ਨੂੰ ਵੇਖਿਆ ਔਖਾ ਵੇਲਾ ਹੋ ਗਿਆ ਅਤੇ ਅੰਗਰੇਜ਼ ਜਿਹੜਾ ਸੀ ਆਪਣਾ ਕਹਿਣਾ ਚਾਹੀਦਾ ਕਲੋਨੀਗੀਰੀ ਦਾ ਰਾਜ ਜਿਹੜਾ ਹੈ ਉਹਨੂੰ ਦੂਜੀਆਂ ਥਾਵਾਂ 'ਤੇ ਵਧਾਉਣ ਵਾਸਤੇ ਇੱਥੋਂ ਫੌਜੀ ਭਰਤੀ ਲੈਣੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਔਰ ਉਹ ਮਿਸਰ ਦੇ ਵਿੱਚ ਉਹਨਾਂ ਵੇਲਿਆਂ 'ਚ ਹੀ ਮੁਹਿੰਮ ਜਿਹੜੀ ਇਹ ਹੋਈ। ਗੁਲਾਮ ਰਸੂਲ ਨੇ ਵੀ ਉਹਦਾ ਜ਼ਿਕਰ ਕੀਤਾ, ਮੌਲਵੀ ਗੁਲਾਮ ਰਸੂਲ ਹੋਰਾਂ ਨੇ। ਤੋ ਖੈਰ ਇਹ ਸਾਰਾ ਚੱਲ ਰਿਹਾ ਸੀ, ਬਦਹਾਲੀ ਦਾ ਵੇਲਾ ਸੀ ਔਰ ਨਵੀਆਂ ਕਾਢਾਂ ਜਿਹੜੀਆਂ ਨੇ ਰਾਜਪਾਲ ਦੀਆਂ ਨਵੇਂ ਕਾਨੂੰਨ ਇਹ ਸਾਰੇ ਬਣਾਏ ਜਾ ਰਹੇ ਸਨ। ਲੇਕਿਨ ਐਸਾ ਵੇਲਾ ਆ ਗਿਆ ਕਿ ਜਿਹਦੇ 'ਚ ਖਲਕਤ ਦੀ ਆਪਣੀ ਭੋਏ ਤੋਂ ਪੂਰੀ ਨਹੀਂ ਸੀ ਪੈਂਦੀ ਪਈ ਔਰ ਖਲਕਤ ਨੂੰ ਜਿਹੜਾ ਹੈ ਵਿਦੇਸ਼ਾਂ ਦੇ ਵਿੱਚ ਜਾਣ ਵਾਸਤੇ ਉਹਨਾਂ ਦੀ ਲੋੜ ਬਣ ਗਈ। ਭੁੱਖ ਤੋਂ ਮਰਦੇ ਆਏ ਆ, ਭੁੱਖਮਰੀ ਤੋਂ ਔਖੇ ਹੋ ਕੇ ਲੋਕ ਜਿਹੜੇ ਸਨ ਉਹ ਮਤਲਬ ਇਹ ਵਿਦੇਸ਼ਾਂ ਦੇ ਵਿੱਚ ਪਹਿਰੇਦਾਰੀਆਂ 'ਤੇ, ਚੌਂਕੀਦਾਰੀਆਂ 'ਤੇ, ਪੁਲਿਸ ਦੀ ਭਰਤੀ 'ਚ ਲੈ ਗਏ, ਹੋਰ ਜਿਹੜਾ ਹੈ ਜਨਾਬ ਫੌਜੀ ਬਣਾ ਕੇ ਲੈ ਗਏ। ਤੋ ਇਸ ਤਰੀਕੇ ਨਾਲ ਬਹੁਤ ਸਾਰੀ ਖਲਕਤ ਜਿਹੜੀ ਸੀ ਆਪਣੀ ਥਾਂ ਤੋਂ ਦੇਸੋਂ ਵਿਦੇਸ਼ ਹੋਈ ਔਰ ਇਹ ਸਾਰਾ ਫਾਰ ਈਸਟ, ਇਸ ਤੋਂ ਅੱਗੇ ਜਿਹੜਾ ਜਨਾਬ ਆਸਟ੍ਰੇਲੀਆ ਤੀਕਰ ਲੋਕ ਪੁੱਜੇ, ਫਿਰ ਅਮਰੀਕਾ 'ਚ ਦੁਨੀਆਂ ਚਲੀ ਗਈ, ਕੈਨੇਡਾ 'ਚ ਜਾਣੇ ਸ਼ੁਰੂ ਹੋ ਗਏ ਲੋਕ। ਕੈਨੇਡਾ ਵੈਸੇ ਵੀ ਅੰਗਰੇਜ਼ਾਂ ਦੀ ਆਪਣੀ ਹੈ ਸੀ, ਕਲੋਨੀ ਹੀ ਸੀ, ਬਲਕਿ ਉੱਥੇ ਰਾਜ ਇਹਨਾਂ ਦਾ ਹੀ ਸੀ ਅਤੇ ਕਲੋਨੀ 'ਤੇ ਅਸੀਂ ਸਨ। ਤੋ ਖੈਰ ਜੀ, ਬਾਬਾ ਜੀ ਜਿਹੜੇ ਨੇ, ਬਾਬਾ ਜੀ ਕੋਈ 1870 ਦੇ ਜੰਮਣੇ, ਜ਼ਿਲ੍ਹਾ ਆਪਦਾ ਹੈ ਅੰਮ੍ਰਿਤਸਰ ਔਰ ਅੰਮ੍ਰਿਤਸਰ ਦੇ ਨਾਲ ਹੀ ਇਹ ਲੱਗਦਾ ਪਿੰਡ ਏ ਜਿਹੜਾ ਪੱਕਣਾ ਹੈ। ਅਤੇ ਆਪ ਜਿਹੜੇ ਸਨ ਇੱਕ ਬਹੁਤ ਕੋਈ ਸੌਖੇ ਕਿਸਾਨ ਘਰ ਦੇ ਨਹੀਂ ਸਨ ਹੈਗੇ, ਕੋਈ ਛੋਟੀ ਮਾਲਕੀ ਵਾਲਾ ਹੀ ਸੀ ਘਰ, ਲੇਕਿਨ ਉਹਦੇ 'ਚ ਵੰਡੀਆਂ ਕੋਨੀ ਸਨ ਪਈਆਂ ਹੋਈਆਂ ਅੱਗੇ ਕੋਈ, ਇਸ ਤਰ੍ਹਾਂ ਕਰਕੇ ਪਿੱਛੋਂ ਇੱਕ ਇੱਕ ਪੁੱਤਰ ਹੀ ਜੰਮਦਾ ਆਇਆ ਸੀ, ਇਸ ਕਰਕੇ ਭੋਏ ਜਿਹੜੀ ਸੀ ਵੰਡੀ 'ਚ ਹੀ ਨਹੀਂ ਸੀ ਹੋਏ। ਤਾਂ ਸੋ ਬਾਬਾ ਜੀ ਆਪਣੇ ਮਾਪਿਆਂ ਦੇ ਇਕੱਲੇ ਇਕੱਲੇ ਪੁੱਤਰ, ਬਲਕਿ ਦੋ ਮਾਵਾਂ ਦੇ ਇਕੱਲੇ ਪੁੱਤਰ, ਅਤੇ ਵਾਲਦ ਸਾਹਿਬ ਛੇਤੀ ਆਪ ਦੇ ਇੰਤਕਾਲ ਕਰ ਗਿਆ। ਅਤੇ ਜਿਹੜਾ ਹੈ ਆਪ ਨੇ ਜਿਹੜੀ ਜਾਗ ਲਈ ਇਸ ਗੱਲ ਦੀ, ਜਿਹੜੀ ਅੱਗੇ ਜਾ ਕੇ ਵਧੀ ਫੁੱਲੀ ਹੈ, ਇਸ ਗੱਲ ਦੀ ਜਾਗ ਆਪਣੇ ਲਈ ਹੈ ਜੀ, ਆਪਣਾ ਭਾਈ ਰਾਮ ਸਿੰਘ ਦੀ ਜਿਹੜੀ ਕੂਕਾ ਲਹਿਰ ਵਾਲੇ ਸਨ ਨਾਮਧਾਰੀ, ਉਹਨਾਂ ਦੇ ਇੱਕ ਬਜ਼ੁਰਗ ਉੱਥੇ ਆਉਂਦੇ ਹੁੰਦੇ ਸਨ ਆਪ ਦੇ ਨੇੜੇ ਦੇ ਪਿੰਡ ਦੇ 'ਚ ਹੀ, ਅਤੇ ਉਹਨਾਂ ਦੀਆਂ ਗੱਲਾਂ, ਪਹਿਲਾਂ ਤਾਂ ਅਯਾਸ਼ੀ ਦਾ ਜੀਵਨ ਆਪ ਨੇ ਆਪ ਦੇ ਲੱਗ ਗਿਆ, ਆਪ ਨੂੰ ਲੱਤ ਪੈ ਗਈ ਉਸ ਅਤੇ ਪੈਸਾ ਧੇਲਾ ਜਿਹੜਾ ਸੀ ਸ਼ਰਾਬ ਸ਼ਰੂਬ ਪੀਣੀ ਅਤੇ ਇਸ ਤਰ੍ਹਾਂ ਕਰਕੇ ਕੰਮਾਂ 'ਚ ਪੈ ਗਏ। ਲੇਕਿਨ ਫਿਰ ਉੱਥੇ ਜਿਹੜਾ ਕੋਈ ਗੱਲਬਾਤ ਸੁਣਦੇ ਸਨ ਉਹ ਭਾਈ ਨਾਮਧਾਰੀ ਜਿਹੜੇ ਸਨ ਉਹਨਾਂ ਦੀ, ਅਤੇ ਉੱਥੋਂ ਆਪ ਨੂੰ ਕੋਈ ਗੱਲਾਂ ਜਿਹੜੀਆਂ ਨੇ ਹੋਰ ਤਰ੍ਹਾਂ ਕਰਕੇ ਜਾਪਣ ਲੱਗ ਪਈਆਂ, ਕੋਈ ਸੰਗਤ ਸੇਵਾ ਦੀ ਵੀ ਗੱਲ ਵਿੱਚ ਆ ਗਈ, ਅਤੇ ਅਖੀਰ ਉਹ ਸੰਗਤ ਸੇਵਾ ਦੇ ਸਿਲਸਿਲੇ ਦੇ ਵਿੱਚ ਹੀ ਆਪ ਮਾਸ਼ੀ ਤੌਰ 'ਤੇ ਹੋਰ ਔਖੇ ਹੋ ਗਏ। ਅਤੇ ਉਹਦੇ ਨਤੀਜੇ 'ਚ ਐਸਾ ਵੇਲਾ ਆ ਗਿਆ ਕਿ ਭੋਏ ਜਿਹੜੀ ਸੀ ਭੋਏ ਵੀ ਲੱਥਣੀ ਸ਼ੁਰੂ ਹੋ ਗਈ ਸੀ ਅਤੇ ਪੱਲੇ ਵੀ ਕੁਝ ਨਾ ਰਿਹਾ, ਅਤੇ ਆਪ ਨੇ
ਬਾਹਰ ਜਾਣ ਦਾ ਜਿਹੜਾ ਸੀ ਇਰਾਦਾ ਕੀਤਾ। ਕਿਸੇ ਦੋਸਤ ਨੇ ਆਪ ਨੂੰ ਮੱਤ ਦਿੱਤੀ, ਉੱਥੇ ਅਮਰੀਕਾ ਜਿਹੜਾ ਕੋਈ ਆਬਾਦ ਸੀ ਉਹਨੇ ਚਿੱਠੀ ਪਾਈ ਔਰ ਇਹਨਾਂ ਨੇ ਉਹਦੇ ਨਾਲ ਗੱਲ ਛਲ ਚਲਾਈ। ਤੋ ਇਸ ਤਰ੍ਹਾਂ ਕਰਕੇ ਆਪ ਜਿਹੜੇ ਨੇ ਗਏ, ਤੋ ਜਿਸ ਤਰ੍ਹਾਂ ਕਿਸ ਤਰ੍ਹਾਂ ਵੀ ਹੋ ਸਕਿਆ ਉਹ ਦੋਸਤਾਂ ਦੀ ਮਦਦ ਇਮਦਾਦ ਵੀ ਹੋਈ, ਜਪਾਨੀ ਜਹਾਜ਼ ਦੇ ਉੱਤੇ ਬੈਠੇ ਆ ਅਤੇ ਉੱਥੇ ਪਹੁੰਚ ਗਏ। ਹੁਣ ਉੱਥੇ ਜਿਹੜੀ ਹੈ ਸੀ ਅਮਰੀਕਾ ਜਿਹੜਾ ਉਹ ਬਣਦਾ ਪਿਆ, ਅਮਰੀਕਾ ਉਸਰਦਾ ਪਿਆ ਅਤੇ ਸੜਕਾਂ ਵਿਛ ਰਹੀਆਂ ਨੇ, ਪਟੜੀਆਂ ਵਿਛ ਰਹੀਆਂ ਨੇ, ਕਾਰਖਾਨੇ ਲੱਗ ਰਹੇ ਨੇ, ਲੱਕੜ ਚੀਰੀ ਜਾ ਰਹੀ ਹੈ, ਜੰਗਲ ਸਾਫ਼ ਕੀਤੇ ਜਾ ਰਹੇ ਨੇ, ਭਾਵੇਂ ਸਵਾਰੀ ਕੀਤੀ ਜਾਂਦੀ ਹੈ ਪਈ। ਤੋ ਆਪ ਵੀ ਉੱਥੇ ਮਜ਼ਦੂਰੀ ਦੇ ਵਿੱਚ ਹੀ ਸ਼ਾਮਿਲ ਹੋਏ। ਤੋ ਇੱਕ ਤਜ਼ਾਦ ਬਣਦਾ ਸੀ, ਅਮਰੀਕਨ ਜਿਹੜੇ ਸਨ ਉਹ ਇਹਨਾਂ ਹਿੰਦੀ ਜਿਹੜੇ ਮਜ਼ਦੂਰ ਆਉਂਦੇ ਸਨ ਜਾਂ ਕਾਮੇ ਆਉਂਦੇ ਸਨ ਇਹਨਾਂ ਨਾਲ ਉਹ ਬੜੀ ਲਾਪਾ ਰੱਖਣ ਲੱਗ ਪਏ ਅਤੇ ਇਹਨਾਂ ਨਾਲ ਵਾਧਾ ਘਾਟਾ ਵੀ ਉਹਨਾਂ ਕਰਨਾ। ਲੇਕਿਨ ਜਪਾਨੀ ਮਜ਼ਦੂਰ ਵੀ ਸਨ, ਹੋਰ ਥਾਵਾਂ ਦੇ ਵੀ ਸਨ, ਚੀਨੀ ਵੀ ਸਨ, ਲੇਕਿਨ ਉਹਨਾਂ ਦੀਆਂ ਪਿੱਛੇ ਸਰਕਾਰਾਂ ਜਿਹੜੀਆਂ ਸਨ ਉਹ ਪਿੱਛਾ ਕਰਦੀਆਂ ਸਨ ਅਤੇ ਸਿਰਫ ਹਿੰਦੀ ਐਸੇ ਸਨ ਇਹ ਤਾਂ ਚੂੰਕਿ ਗੁਲਾਮ ਇਲਾਕੇ ਦੇ ਸਨ, ਗੁਲਾਮ ਦੇਸ਼ ਦੀ ਹਲਕਤ ਸੀ ਅਤੇ ਇਹਨਾਂ ਦਾ ਵਾਲੀ ਵਾਰਸ ਕੋਈ ਨਹੀਂ ਸੀ, ਬਰਤਾਨੀਆ ਜਿਹੜਾ ਇਹਨਾਂ ਦਾ ਵਾਲੀ ਵਾਰਸ ਬਣਦਾ ਕੋਈ ਨਹੀਂ ਸੀ ਅਤੇ ਜਪਾਨੀ ਜਿਹੜੇ ਨੇ ਦੂਸਰੇ ਮਜ਼ਦੂਰ ਜਿਹੜੇ ਸਨ ਉਹਨਾਂ ਦੀਆਂ ਗੌਰਮੈਂਟਾਂ ਪਿੱਛੇ ਆ ਜਾਂਦੀਆਂ ਸਨ, ਰੌਲਾ ਪਾ ਦਿੰਦੀਆਂ ਸਨ, ਫਿਰ ਉਹਨਾਂ ਨੂੰ ਦੇਣੇ ਪੈਂਦੇ ਸਨ, ਤਾਵਾਨ ਭਰਨੇ ਪੈਂਦੇ ਸਨ। ਲੇਕਿਨ ਇਹਨਾਂ ਵਿਚਾਰਿਆਂ ਦਾ ਤਾਂ ਕੋਈ ਹੈ ਨਹੀਂ ਸੀ ਉਸ ਤਰੀਕੇ ਦਾ। ਫਿਰ ਉੱਥੇ ਇਹਨਾਂ ਨੂੰ ਗੱਲਾਂ ਵੀ ਹੋਣੀਆਂ ਸ਼ੁਰੂ ਹੋ ਗਈਆਂ ਕਿ ਜਨਾਬ ਤੁਸੀਂ ਚੰਗੇ ਬੰਦੇ ਹੋ, ਤੁਸੀਂ 30 ਕਰੋੜ ਬੰਦਾ ਹੋ ਅਤੇ ਇਹ ਹਜ਼ਾਰਾਂ ਦੀ ਗਿਣਤੀ 'ਚ ਜਿਹੜਾ ਤੁਹਾਡੇ ਉੱਤੇ ਹਾਕਮ ਹੋ ਕੇ ਬੈਠੇ ਹੋਏ ਨੇ ਅਤੇ ਤੁਸੀਂ ਤਾਂ ਆਪ ਜਿਹੜਾ ਗੁਲਾਮੀ ਜਿਹੜੀ ਹੈ ਉਹਨੂੰ ਆਪਣੇ ਗੱਲ ਨਾਲ ਲਾਇਆ ਹੋਇਆ ਅਤੇ ਇਹ ਤੁਸੀਂ ਇਹਦੇ 'ਚ ਕਿਸ ਤਰ੍ਹਾਂ ਜਾਨ ਛੁਡਾਉਣੀ? ਚੰਗੇ ਤੁਸੀਂ ਜਵਾਨ ਹੋ, ਚੰਗੇ ਤੁਸੀਂ ਮਰਦ ਹੋ ਔਰ ਚੰਗੇ ਬਹਾਦਰ ਹੋ, ਤੁਸੀਂ ਕੈਸੀ ਕੌਮ ਹੋ ਤੁਸੀਂ? ਉਹ ਇਹਨਾਂ ਨੂੰ ਲਾਨਤ ਫਟਕਾਰ ਵੀ ਕਾਫੀ ਹੋਵੇ ਕਰੇ। ਫਿਰ ਕਿਸੇ ਥਾਵੇਂ ਵੀ ਕਿਸੇ ਹੋਟਲ 'ਚ ਕਿਸੇ ਚਾਹ ਘਰ ਦੇ 'ਚ ਇਹਨਾਂ ਦੇ ਬੈਠਣ ਦੀ ਕੋਈ ਗੁੰਜਾਇਸ਼ ਨਹੀਂ ਸੀ, ਅਗਲੇ ਬਾਹਰ ਕੱਢ ਦਿੰਦੇ ਸਨ, ਕੁੱਤਾ ਤੇ ਹਿੰਦੁਸਤਾਨੀ ਜਿਹੜਾ ਜੀ ਉਹ ਇਹਦੇ 'ਚ ਵੜ ਨਹੀਂ ਸਕਦਾ। ਤੋ ਇਸ ਤਰ੍ਹਾਂ ਦੀ ਬੇਇੱਜ਼ਤੀ ਵੀ ਔਰ ਸਾਰੀ ਇਸ ਤਰ੍ਹਾਂ ਦਾ ਭੈੜਾ ਸਲੂਕ ਵੀ ਇਹਨਾਂ ਨਾਲ, ਇਸ ਗੱਲ ਨੇ ਇਹਨਾਂ ਨੂੰ ਜਾਗ ਲਾਉਣੀ ਸ਼ੁਰੂ ਕੀਤੀ ਅਤੇ ਫਿਰ ਲੇਬਰ ਦੇ ਤੌਰ ਦੇ ਉੱਤੇ ਜੋ ਹੈ ਸੀ ਜਿਸ ਵੇਲੇ ਇਹਨਾਂ ਨੂੰ ਇਕੱਠਿਆਂ ਹੋਣਾ ਪਿਆ, ਜੁੜਨਾ ਪਿਆ, ਉਹ ਜੁੜਨ ਦੇ ਨਤੀਜੇ 'ਚ ਇਹਨਾਂ ਨੂੰ ਜਾਗਰਤੀ ਜਿਹੜੀ ਸੀ ਆਪਣੇ ਤੌਰ ਦੇ ਉੱਤੇ ਆਉਣ ਲੱਗ ਪਈ, ਲੱਗਣ ਲੱਗ ਪਈ ਲੋ ਕਿ ਸਾਨੂੰ ਕਿਸ ਤਰ੍ਹਾਂ ਇੱਥੇ ਕਿਸ ਤਰੀਕੇ ਨਾਲ ਰਹਿ ਸਕਦੇ ਹਾਂ। ਆਜ਼ਾਦੀ ਜਿਹੜੀ ਹੈ ਜਿੰਨਾ ਚਿਰ ਸਾਡਾ ਦੇਸ਼ ਆਜ਼ਾਦ ਨਹੀਂ ਹੁੰਦਾ ਉਨੀ ਦੇਰ ਤੀਕਰ ਸਾਡਾ ਜਿਉਣ ਕੋਈ ਨਹੀਂ, ਇੱਥੇ ਸਾਡੀ ਕੱਖ ਬਰਾਬਰ ਵੀ ਇੱਜ਼ਤ ਨਹੀਂ ਹੋ ਸਕਦੀ ਜਿੰਨਾ ਚਿਰ ਪਿੱਛੋਂ ਦੇਸ਼ ਆਜ਼ਾਦ ਨਹੀਂ। ਇਹਦਾ ਮਤਲਬ ਇਹ ਆਜ਼ਾਦੀ ਕੈਸੀ ਵੱਡੀ ਚੀਜ਼ ਹੈ ਕਿ ਆਜ਼ਾਦੀ ਹੋਵੇ ਅਤੇ ਬੰਦਾ ਜਿਹੜਾ ਉਹ ਬੰਦਿਆਂ 'ਚ ਗਿਣਿਆ ਜਾਂਦਾ, ਜੇ ਆਜ਼ਾਦੀ ਨਹੀਂ ਹੈ ਤਾਂ ਉਹ ਜਨੌਰਾਂ ਤੋਂ ਵੀ ਬੁਰਾ ਹੈ, ਪਸ਼ੂਆਂ ਤੋਂ ਵੀ ਭੈੜਾ ਹੈ। ਇਸ ਗੱਲ ਦੀ ਇਹਨਾਂ ਨੂੰ ਸਾਰਿਆਂ ਨੂੰ ਇਹ ਸੁਰਤ ਹੋਣੀ ਸ਼ੁਰੂ ਹੋ ਗਈ ਕਿ ਦੇਸ਼ ਜਿਹੜਾ ਹੈ ਆਜ਼ਾਦ ਹੋਵੇ। ਔਰ ਇਹ ਕੌਣ ਲੋਕ ਸਨ? ਇਹ ਸਾਰੇ ਸਨ ਕੰਮਾਂ ਕਾਰਾਂ ਵਾਲੇ, ਆ ਕੇ ਮਜ਼ਦੂਰੀਆਂ ਕਰਨ ਵਾਲੇ, ਔਰ ਆਏ ਤਾਂ ਸਨ ਆਪਣੀ ਪਿੱਛੇ ਜਿਹੜੀ ਭੁੱਖ ਨੰਗ ਦੀ ਸੂਰਤ ਹਾਲ ਬਣੀ ਹੋਈ ਸੀ ਉਹਨੂੰ ਬਿਹਤਰ ਬਣਾਉਣ ਲਈ। ਲੇਕਿਨ ਇੱਥੇ ਆ ਕੇ ਇਹ ਆਪਣਾ ਜਿਹੜਾ ਕਹਿਣਾ ਚਾਹੀਦਾ ਵੀ ਆਪਣੀ ਪਲਕ ਸਵਾਰਨ ਦੇ ਇਸ ਚੱਕਰ 'ਚ ਨਹੀਂ ਪਿਆ ਕਿ ਇਕੱਲੇ ਤੋਂ ਇਕੱਲੇ ਦੀ ਜਿਹੜੀ ਪਲਕ ਸੌਰ ਜਾਏ, ਇੱਥੋਂ ਲੇਖਾ ਕਮਾ ਕੇ ਲੈ ਜਾਏ, ਉੱਥੇ ਜਾ ਕੇ ਕੋਈ ਪੈਲੀ ਬੰਨਾ ਜਾਂ ਕੋਈ ਕਾਰੋਬਾਰ ਸ਼ੁਰੂ ਕਰ ਲਵੇ। ਨਹੀਂ, ਇੱਥੋਂ ਇਹਨਾਂ ਨੂੰ ਜਾਗ ਲੱਗੀ ਇਸ ਗੱਲ ਦੀ ਕਿ ਭਲਕ ਸੌਰਨੀ ਹੈ ਕਿਹੜੀ ਗੱਲ ਨਾਲ? ਸਾਡੇ ਇਸ ਏਕੇ ਨਾਲ ਜਿਹੜਾ ਅਸਾਂ ਇਹ ਏਕਾ ਬਣਾਉਣਾ, ਇਹ ਏਕਾ ਹੈ ਸਾਡਾ ਆਪਣੀ ਆਜ਼ਾਦੀ ਲੈਣ ਵਾਸਤੇ। ਔਰ ਆਪਣੀ ਆਜ਼ਾਦੀ ਤੋਂ ਮੁਰਾਦ ਕੀ ਹੈ ਕਿ ਜਿੰਨੀ ਸਾਡੀ ਕੁੱਲੋ ਹੁਮ ਖਲਕਤ ਹੈ, ਜਿੰਨਾ ਸਾਡੇ ਵਾਲਾ ਮੇਲ ਹੈ, ਜਿੰਨੇ ਜਿਹੜੇ ਨੇ ਕਾਮਾ ਮੇਲਦੇ ਨੇ, ਵਾਹੀਵਾਨ ਮੇਲਦੇ ਨੇ, ਜਿੰਨਾ ਚਿਰ ਇਹ ਦੁਨੀਆ ਆਜ਼ਾਦ ਨਹੀਂ ਹੁੰਦੀ ਉਨੀ ਦੇਰ ਤੀਕਰ ਸਾਡਾ ਜਿਉਣ ਕੋਈ ਨਹੀਂ। ਔਰ ਇਸ ਆਜ਼ਾਦੀ ਵਾਸਤੇ
ਸਾਨੂੰ ਕੁਝ ਗੱਲਾਂ ਨੇ ਜਿਨ੍ਹਾਂ ਦਾ ਸਾਨੂੰ ਪਹਿਲਾਂ ਉਪਾਅ ਕਰਨਾ ਪਏਗਾ। ਉਹ ਇਹ ਵੇ ਕਿ ਅਸੀਂ ਨਾ ਹਿੰਦੂ ਹਾਂ, ਨਾ ਸਿੱਖ ਹਾਂ, ਨਾ ਮੁਸਲਮਾਨ ਹਾਂ, ਅਸੀਂ ਹਿੰਦੁਸਤਾਨੀ ਹਾਂ। ਅਸੀਂ ਇਸ ਗੱਲ ਉੱਤੇ ਏਕਾ ਜਿਹੜਾ ਕਰਨਾ ਹੈ ਕਿ ਅਸੀਂ ਹਿੰਦੁਸਤਾਨੀ ਹਾਂ। ਸਾਡੀ ਬੋਲੀ ਦੀ ਵੀ ਕੋਈ ਕੈਦ ਨਹੀਂ, ਜਿਤਨੀਆਂ ਬੋਲੀਆਂ ਹੈ ਨੇ ਉਹ ਸਾਡੀਆਂ ਬੋਲੀਆਂ ਨੇ। ਇਸ ਗੱਲ ਨੂੰ ਵੀ ਇਹਨਾਂ ਨੇ ਇੱਥੇ ਪੱਲੇ ਬੰਨਿਆ ਔਰ ਇਹ ਪਹਿਲੀ ਪਾਰਟੀ, ਮੈਂ ਮੋਟੇ ਮੋਟੇ ਲਫ਼ਜ਼ਾਂ 'ਚ ਗੱਲ ਕਰ ਰਿਹਾ ਵਾਂ ਕਿ ਇਹ ਪਹਿਲੀ ਪਾਰਟੀ ਬਣੀ ਜਿੰਦਾ ਜਿਹਦੀ ਬੁਨਿਆਦ ਧਾਰਮਿਕ ਨਹੀਂ ਸੀ, ਜਿਹੜੀ ਮਜ਼ਹਬ ਦੇ ਉੱਤੇ ਫਿਰਕੇ ਦੇ ਉੱਤੇ ਨਹੀਂ ਸੀ ਹੈ, ਜਿਹੜੀ ਸਿਰਫ ਔਰ ਸਿਰਫ ਇਸ ਗੱਲ ਦੇ ਉੱਤੇ ਸੀ ਕਿ ਅਸੀਂ ਇਨਸਾਨ ਜਿਹੜੇ ਹਾਂ, ਇਸ ਮੇਲ ਦੇ ਲੋਕ, ਅਸਾਂ ਇਕਤਾ ਦੇ ਨਾਲ ਆਪਣਾ ਦੇਸ਼ ਕਲੋਨੀ ਗੀਰਾਂ ਕੋਲੋਂ, ਉਹਨਾਂ ਦੇ ਅੱਗੋਂ ਜਿਹੜੇ ਹੈ ਨੇ ਹੱਥ ਠੋਕੇ, ਉਹਨਾਂ ਦੇ ਅੱਗੋਂ ਜਿਹੜੇ ਉਹਨਾਂ ਦਾ ਪੱਖ ਕਰਨ ਵਾਲੇ ਨੇ, ਉਹਨਾਂ ਕੋਲੋਂ ਆਪਣਾ ਦੇਸ਼ ਆਜ਼ਾਦ ਕਰਾਉਣਾ ਅਤੇ ਇੱਕ ਅਜਿਹਾ ਸਮਾਜ ਬਣਾਉਣਾ ਜਿਹਦੇ 'ਚ ਕਿਸੇ ਕਿਸਮ ਦੀ ਫਿਰਕੇ ਬੰਦੀ ਨਾ ਹੋਵੇ, ਫਿਰਕੂ ਵੰਡ ਨਾ ਹੋਵੇ ਔਰ ਊਂਚ ਨੀਚ ਨਾ ਹੋਵੇ। ਇਹ ਗੱਲਾਂ ਬਹੁਤ ਵਾਜ਼ੇ ਸਨ ਔਰ ਇਹ ਪਹਿਲੀ ਪਾਰਟੀ ਬਣੀ ਉੱਥੇ ਇਹਨਾਂ ਮਜ਼ਦੂਰਾਂ ਦੀ, ਇਹਨਾਂ ਵਾਹੀਵਾਨਾਂ ਦੀ ਔਰ ਉੱਥੇ ਖੇਤੀ ਖਲਿਆਨ ਔਰ ਹੋਰ ਮੁਸ਼ਕਤ ਦਾ ਕੰਮ ਕਰਨ ਵਾਲੇ ਮਿਹਨਤੀ ਮਿਹਨਤੀ ਹਿੰਦੁਸਤਾਨੀਆਂ ਦੀ ਔਰ ਇਹਨਾਂ ਦੇ ਨਾਲ ਸਟੂਡੈਂਟ ਵੀ ਜੁੜੇ। ਕੁਝ ਸਟੂਡੈਂਟਸ ਦਾ ਇਹਨਾਂ ਨੇ ਹਿਸਾਬ ਲਾਇਆ ਵਿੱਚੋਂ ਜਿਹੜੇ ਸੌਖੇ ਸਨ, ਜਿਹੜੇ ਜਿਹਨਾਂ ਜਿਹੜੇ ਕੁਝ ਪੁਰਾਣੇ ਆ ਕੇ ਬੈਠੇ ਹੋਏ ਸਨ ਔਰ ਜਿਹਨਾਂ ਨੇ ਕੁਝ ਪੈਸਾ ਧੇਲਾ ਜੋੜਿਆ ਹੋਇਆ ਸੀ, ਉਹਨਾਂ ਆਪਣੇ ਤੌਰ ਦੇ ਉੱਤੇ ਵਜ਼ੀਫੇ ਜਾਰੀ ਕੀਤੇ ਕਿ ਅਸੀਂ ਪੜ੍ਹੇ ਲਿਖੇ ਮੁੰਡੇ ਜਿਹੜੇ ਨੇ ਇੱਥੇ ਬੁਲਾਈਏ ਵਜ਼ੀਫਿਆਂ ਦੇ ਉੱਤੇ ਔਰ ਉਹ ਨਾਲੇ ਪੜ੍ਹਾਈ ਕਰਨ, ਨਾਲੇ ਆਪਣੀ ਪੜ੍ਹਾਈ ਲਿਖਾਈ ਨਾਲ ਸਾਡੇ ਉਹ ਬਾਂਹ ਬੇਲੀ ਵੀ ਬਣਨ। ਅਤੇ ਉਹ ਵੀ ਸਾਰਾ ਸਿਲਸਿਲਾ ਚੱਲਿਆ। ਬਾਬੂ ਹਰਦਿਆਲ ਵੀ ਇੱਥੇ ਪਹੁੰਚ ਗਿਆ, ਜਿਹੜਾ ਕਿ ਇੱਕ ਕਹਿਣਾ ਚਾਹੀਦਾ ਆਪਣੇ ਵੇਲੇ ਦਾ ਐਂਟੀ ਇੰਪੀਰੀਅਲਿਸਟ ਹੈ ਸੀ। ਉਹ ਐਂਟੀ ਇੰਪੀਰੀਅਲਿਜ਼ਮ ਉਹਦੀ ਸਾਰੀ ਸੋਚ ਸੀ, ਲੇਕਿਨ ਉਹ ਸੋਚ ਕਿਸ ਤਰ੍ਹਾਂ ਸੀ ਬਣੀ ਉਹ ਵੀ ਇੱਕ ਅੱਗੇ ਚੱਲ ਕੇ ਉਹ ਸਾਥ ਵੀ ਛੱਡ ਗਿਆ ਬਾਬੂ ਹਰਦਿਆਲ ਜਿਹੜਾ ਸੀ। ਔਰ ਉਹਦੇ ਹੁੰਦਿਆਂ ਪਾਰਟੀ ਅਖਬਾਰ ਆਪਣਾ ਗਦਰ ਪਾਰਟੀ ਲਹਿਰ ਜਿਹੜੀ ਆਪਣਾ ਪਾਰਟੀ ਜਿਹੜੀ ਬਣਾ ਲਈ ਗਈ, ਜਿਹਦਾ ਪ੍ਰਧਾਨ ਜਿਹੜਾ ਸੀ ਬਾਬਾ ਸੋਹਣ ਸਿੰਘ ਪਕਣਾ ਨੂੰ ਮਿੱਥਿਆ ਗਿਆ। ਅਤੇ ਇਸ ਦੇ ਵਿੱਚ ਜਿਹੜਾ ਸੀ ਕਿ ਅਖਬਾਰ ਕੱਢਣਾ ਸੀ ਫੌਰੀ ਤੌਰ ਦੇ ਉੱਤੇ, ਦਫ਼ਤਰ ਬਣਾਉਣਾ ਸੀ ਔਰ ਅਖਬਾਰ ਕੱਢ ਕੇ ਸਾਰਿਆਂ ਨੂੰ ਜੋੜਨ ਦਾ ਹਾਰ ਜਿਹੜਾ ਸੀ ਸਾਰੇ ਦਾ ਸਾਰਾ ਕਰਨਾ ਸੀ। ਅਤੇ ਉਹ ਖੈਰ ਜਨਾਬ ਬਹੁਤ ਸਾਰੇ ਉਹ ਸਾਰਿਆਂ ਦੇ ਨਾਂ ਹੁਣ ਇੱਥੇ ਇੰਨੇ ਯਾਦ ਨਹੀਂ ਹੈਣ, ਅਤੇ ਬੜਾ ਸੰਗ ਸਾਥ ਉਹਦੇ 'ਚ ਕਰਤਾਰ ਸਿੰਘ ਸਰਾਭਾ ਵੀ ਸੀ, ਉਸਦੇ ਵਿੱਚ ਉਹ ਸੈਕਟਰੀ ਜਿਹੜੇ ਬਣੇ ਖਜ਼ਾਨਚੀ ਮਡੋਲੀ ਸਾਹਿਬ, ਹੋਰ ਬਹੁਤ ਸਾਰੇ ਨਾਂ, ਕੇਸਰ ਸਿੰਘ ਠੱਠਗੜ੍ਹ ਅਤੇ ਕਿੰਨੇ ਜੀਆਂ ਦੇ ਨਾਂ ਨੇ, ਬੇਤਾਸ਼ਾ ਨੇ, ਬਹੁਤ ਵੱਡਾ ਉਹ ਸਾਰਾ ਇਕੱਠ ਬਣ ਗਿਆ, ਜੁੜੇ, ਚੰਦਾ ਦੇਣਾ ਸ਼ੁਰੂ ਕੀਤਾ, ਆਪਣੀ ਆਪਣੀ ਕਮਾਈ ਜਿਹੜੀ ਸੀ ਉਸ ਵੇਲੇ ਦੀ ਜੋ ਜੋੜਿਆ ਹੋਇਆ ਸੀ ਉਹ ਸਭ ਦੇ ਦਿੱਤਾ। ਅਤੇ ਮਤਾ ਇਹ ਸੀ ਕਿ ਹਿੰਦੁਸਤਾਨ ਨੂੰ ਜਾ ਕੇ ਆਜ਼ਾਦ ਕਰਾਉਣਾ ਹੈ, ਬਕਾਇਦਾ ਗੋਲੀ ਸਿੱਕੇ ਦੇ ਨਾਲ। ਇਹ ਉਸ ਤਰ੍ਹਾਂ ਆਜ਼ਾਦੀ ਨਹੀਂ ਸਾਨੂੰ ਮਿਲਣੀ, ਇਹਦੇ ਵਾਸਤੇ ਸਾਨੂੰ ਹਥਿਆਰਬੰਦ ਘੋਲ ਕਰਨਾ ਪਏਗਾ। ਸੋ ਹਥਿਆਰ ਚਾਹੀਦੇ ਨੇ, ਹਥਿਆਰਾਂ ਦੀ ਟ੍ਰੇਨਿੰਗ ਚਾਹੀਦੀ ਹੈ। ਤਾਂ ਉਹ ਹਥਿਆਰ ਜਿਹੜੇ ਸਨ ਜਨਾਬ, ਉਹਨਾਂ ਦਾ ਬੰਦੋਬਸਤ ਕੀਤਾ ਗਿਆ। ਜਰਮਨ 'ਤੇ ਅਜੇ ਨਹੀਂ ਸਨ ਸਿਲਸਿਲਾ ਅਜੇ ਸ਼ੁਰੂ ਹੋਇਆ, ਜੰਗ ਜਿਹੜੀ ਸੀ ਉਹਦੇ ਬਾਰੇ 'ਚ ਟੇਵਾ ਸੀ, ਖਿਆਲ ਸੀ ਕਿ 1917 ਦੇ ਵਿੱਚ ਲੱਗੇਗੀ ਅਤੇ ਉਦੋਂ ਤੀਕਰ ਦੀ ਤਿਆਰੀ, ਲੇਕਿਨ ਉਹ ਜੰਗ ਲੱਗ ਗਈ 14 'ਚ, 3 ਸਾਲ ਪਹਿਲੇ। ਤਾਂ ਫਿਰ ਜਰਮਨ ਸਫਾਰਤਖਾਨੇ ਨਾਲ ਵੀ ਗੱਲ ਚੱਲ ਹੋਈ, ਰੂਸੀਆਂ ਨਾਲ ਵੀ ਗੱਲ ਹੋਈ, ਜਿਹੜੇ ਕਮਿਊਨਿਸਟ ਹੈ ਸਨ, ਅਜੇ ਇਨਕਲਾਬ ਤਾਂ ਨਹੀਂ ਸੀ ਆਇਆ, 14 'ਤੇ ਇਨਕਲਾਬ ਨਹੀਂ ਸੀ, ਲੇਕਿਨ ਜਿਹੜੇ ਇਸ ਤਰ੍ਹਾਂ ਦਾ ਨਜ਼ਰੀਆ ਵਿਚਾਰ ਰੱਖਣ ਵਾਲੇ ਸਨ ਉਹਨਾਂ ਨਾਲ ਵੀ ਜੋੜ ਜੋੜਿਆ ਗਿਆ ਔਰ ਉੱਥੋਂ ਫਿਰ ਚੱਲਣ ਦਾ ਗੋਲੀ ਸਿੱਕਾ ਲੈ ਕੇ, ਟ੍ਰੇਨਿੰਗ ਲੈ ਕੇ ਕਰਤਾਰ ਸਿੰਘ ਸਰਾਭਾ ਵਰਗਿਆਂ ਨੇ ਜਹਾਜ਼ ਉਡਾਉਣਾ ਵੀ ਸਿੱਖਿਆ ਔਰ ਇਹ ਪੂਰੀ ਜਿਹੜੀ ਹੈ ਸੀ
ਲੇਬਰ ਕਲਾਸ ਕਹਿਣਾ ਚਾਹੀਦਾ, ਪੇਜੈਂਟਰੀ ਦੇ ਜਿਹੜੇ ਹੈ ਸਨ, ਖੇਤ ਮਜ਼ਦੂਰੀ ਜਿਹੜੇ ਕਰਦੇ ਸਨ ਪੈ, ਔਰ ਪਟਣੀਆਂ ਸੜਕਾਂ ਵਿਛਾਉਣ ਵਾਲੇ, ਜੰਗਲ ਕੱਟਣ ਵਾਲੇ, ਇਹ ਸਾਰੇ ਜਿਹੜੇ ਸਨ ਇਹਨਾਂ ਆਪਣਾ ਆਪ ਜੋੜ ਕੇ, ਔਰ ਇਹ ਸਿਰਫ ਇੱਥੋਂ ਤੀਕ ਹੀ ਨਹੀਂ ਸੀ, ਇਹ ਸਾਰਾ ਪ੍ਰੋਪੋਗੰਡਾ ਜਿਸਲੇ ਗਦਰ ਅਖਬਾਰ ਜਿਸਲੇ ਚਾਲੂ ਹੋਇਆ, ਗਦਰ ਅਖਬਾਰ ਹਜ਼ਾਰਾਂ ਦੀ ਤਾਦਾਦ ਵਿੱਚ ਛਾਪਿਆ ਗਿਆ, ਔਰ ਉਹ ਸਾਰੇ ਫਾਰ ਈਸਟ ਵਿੱਚ ਵੀ, ਸਿੰਗਾਪੁਰ ਦੇ ਵਿੱਚ, ਔਰ ਇਹ ਸਾਰਾ ਇਲਾਕਾ ਜਿੰਨਾ ਹੈ ਸੀ ਇੱਥੇ ਭੇਜਿਆ ਜਾਂਦਾ ਸੀ, ਔਰ ਸਾਰੀਆਂ ਕਹਿਣਾ ਚਾਹੀਦਾ ਆਪਣਾ ਆਸਟ੍ਰੇਲੀਆ ਤੀਕ, ਜਿੱਥੇ ਜਿੱਥੇ ਵੀ ਲੋਕ ਮੌਜੂਦ ਸਨ ਉੱਥੇ ਉੱਥੇ ਗਦਰ ਅਖਬਾਰ ਜਿਹੜਾ ਸੀ ਉਹ ਛਾਪ ਕੇ, ਉੱਥੋਂ ਕੈਲੀਫੋਰਨੀਆ ਤੋਂ ਉਹ ਛਪ ਕੇ ਸਾਰੀਆਂ ਥਾਵਾਂ 'ਤੇ ਪਹੁੰਚਦਾ ਸੀ, ਔਰ ਬਗੈਰ ਕਿਸੇ ਪੈਸੇ ਦੇ, ਬਗੈਰ ਕਿਸੇ ਇਫਜ਼ਾਨੇ ਦੇ, ਉਹ ਫਰੀ ਜਿਹੜਾ ਸੀ ਵੰਡਿਆ ਜਾਂਦਾ ਸੀ ਤਾਂ ਕਿ ਜਾਗਰਤੀ ਹੋਵੇ। ਨਜ਼ਮਾਂ ਬਹੁਤ ਲਿਖੀਆਂ ਗਈਆਂ, ਗਦਰ ਦੀਆਂ ਗੂੰਜਾਂ, ਉਹ ਜੋ ਲਿਖਿਆ ਜਾਂਦਾ ਸੀ, ਜੋ ਵਿੱਚ ਸ਼ਾਇਰੀ ਛਪਦੀ ਸੀ ਉਹ ਵੱਖਰੀ ਵੀ ਛਪੀ, ਔਰ ਗਦਰ ਅਖਬਾਰ ਦੇ ਉੱਤੇ ਜਿਹੜਾ ਉਹਦਾ ਹੈ ਸੀ ਪਛਾਣੀ ਜਿਹੜੀ ਬਣਦੀ ਸੀ ਉਹ ਸੀ, ਉੱਤੇ ਸ਼ੇਰ ਲਿਖਿਆ ਆਇਆ ਸੀ ਗੁਰੂ ਗ੍ਰੰਥ ਸਾਹਿਬ ਦੇ ਚੋਂ ਬਾਬਾ ਨਾਨਕ ਜੀ ਦਾ, ਜੋ ਤੋਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਸ ਮਾਰਗ ਪੈਰ ਤਰੀਜੇ, ਸਿਰ ਦੀਜੇ ਕਾਨ ਨਾ ਕੀਜੇ। ਲੇਕਿਨ ਇਹ ਪਹਿਲੀਆਂ ਦੋ ਲਾਈਨਾਂ ਜਿਹੜੀਆਂ ਸਨ ਇਹ ਉਹਦੇ ਉੱਤੇ ਸਨ, ਔਰ ਹਿੰਦੁਸਤਾਨ ਦਾ ਨਕਸ਼ਾ ਸੀ, ਤਲਵਾਰ ਖਿੱਚੀ ਹੋਈ ਹੈ, ਦੇਵੀ ਦੀ ਫੋਟੋ ਸੀ, ਜਨਾਨੀ ਦੀ, ਜਣੀ ਦੀ ਫੋਟੋ ਸੀ, ਅਤੇ ਉਹ ਗਦਰ ਉਰਦੂ 'ਚ ਵੀ ਨਿਕਲਿਆ, ਪੰਜਾਬੀ 'ਚ ਵੀ, ਔਰ ਉਸਦਾ ਕਹਿਣਾ ਚਾਹੀਦਾ ਜੀ ਉਹਦਾ ਮਰਾਠੀ ਦੇ 'ਚ ਵੀ ਐਡੀਸ਼ਨ ਹੈ ਸੀ, ਅਤੇ ਇਸ ਤਰ੍ਹਾਂ ਕਰਕੇ ਉਹ ਸਾਰਾ ਸਿਲਸਿਲਾ ਬਣਿਆ, ਪਲਿਆ, ਵਧਿਆ, ਔਰ ਲੈ ਕੇ ਤੁਰੇ। ਕਾਮਾਗਾਟਾ ਮਾਰੂ ਵੀ ਹੋਇਆ ਵਿੱਚ, ਜਿਹੜਾ ਜਹਾਜ਼ ਇੱਥੋਂ ਲੈ ਕੇ ਹਿੰਦੁਸਤਾਨੀਆਂ ਨੂੰ ਗਿਆ ਅਤੇ ਉਹ ਕੈਨੇਡਾ ਸਰਕਾਰ ਨੇ ਉਹਨੂੰ ਉਤਰਨ ਨਾ ਦਿੱਤਾ, ਹਾਲਾਂਕਿ ਹਿੰਦੁਸਤਾਨ ਤੋਂ ਜਿਹੜਾ ਜਾਣਾ ਸੀ ਉਹਨਾਂ ਨੂੰ, ਉਹਨਾਂ ਵਾਸਤੇ ਤਾਂ ਕੋਈ ਪਾਬੰਦੀ ਨਹੀਂ ਸੀ ਹੋਣੀ ਚਾਹੀਦੀ, ਕਿਉਂਕਿ ਇੰਗਲੈਂਡ ਦੀ ਕਲੋਨੀ ਦੇ ਵਿੱਚੋਂ ਹੀ ਸਾਰੇ ਲੋਕ ਜਾ ਰਹੇ ਸਨ, ਲੇਕਿਨ ਉਹਨਾਂ ਨੂੰ ਕਬੂਲ ਨਾ ਕੀਤਾ ਗਿਆ, ਵਾਪਸ ਭੇਜ ਦਿੱਤਾ ਗਿਆ। ਤਾਂ ਉਹਨਾਂ ਨਾਲ ਰਾਬਤਾ ਕਰਕੇ ਵੀ ਜਿਹੜੀ ਸੀ ਆਪਣੇ ਮਤ ਦੇ ਵਿੱਚ ਉਹਨਾਂ ਨੂੰ ਵੀ ਪੱਕੀਆਂ ਕੀਤਾ ਗਿਆ, ਅਤੇ ਬਾਬਾ ਜੀ ਜਿਹੜੇ ਨੇ ਇਹ ਸੰਗੀਆਂ ਸਾਥੀਆਂ ਦੇ ਨਾਲ, ਔਰ ਇਹ ਐਲਾਨ ਹੋ ਗਿਆ, ਹੋਕਾ ਦੇ ਦਿੱਤਾ ਗਿਆ ਕਿ ਸਾਰੇ ਜਿਹੜੇ ਨੇ ਇਹ ਸਾਰੇ ਗਦਰੀ ਆਪੋ ਆਪਣੀ ਥਾਂ, ਆਪਣੇ ਆਪਣੇ ਇਲਾਕਿਆਂ 'ਚੋਂ, ਆਪਣੇ ਆਪਣੇ ਟਾਪੂਆਂ 'ਚੋਂ ਇਹ ਟੁਰਨ, ਜਿਸ ਤਰ੍ਹਾਂ ਇੱਥੋਂ ਜਾਪਾਨ ਯੂਨੀਵਰਸਿਟੀ ਦੇ ਇੱਕ ਜਿਹੜੇ ਸਨ ਮੌਲਵੀ ਬਰਕਤੁੱਲਾ ਸਾਹਿਬ, ਇਹ ਬੜੇ ਖਾਸ ਇਹਨਾਂ ਦੇ ਜੀ ਸਨ, ਅਤੇ ਇਹਨਾਂ ਦੀ ਤੋੜ ਤਿੱਕਰ ਸਾਥ ਦਿੱਤਾ, ਔਰ ਰੂਸੀ ਇਨਕਲਾਬ ਦੇ 'ਚ ਵੀ ਇਹਨਾਂ ਦਾ ਬੜਾ ਹੈ ਸੀ, ਰੋਲ ਸੀ, ਲੈਨਨ ਦੇ ਨਾਲ ਇਹ ਤਕਰੀਰਾਂ ਵਗੈਰਾ ਕਰਦੇ ਰਹੇ ਨੇ ਉੱਥੇ, ਉਹਨਾਂ ਦੀ ਇੱਕ ਗਾਥਾ ਜਿਹੜੀ ਜੇ ਕਹਾਣੀ ਬਿਲਕੁਲ ਇੱਕ ਵੱਖਰੀ ਹੈ। ਤੋ ਇਸ ਤਰੀਕੇ ਨਾਲ ਇਹ ਸਾਰੀ ਤਾਈ ਹੋਈ, ਲੇਕਿਨ ਲਾਦ ਹੋ ਗਈ, ਦੱਸ ਪੈ ਗਈ, ਚਿੱਠੀਆਂ ਫੜੀਆਂ ਗਈਆਂ, ਪਰਚੇ ਫੜੇ ਗਏ, ਅੰਗਰੇਜ਼ ਰਾਜ ਜਿਹੜਾ ਸੀ ਆਪਣੀ ਥਾਵੇਂ ਬਹੁਤ ਚੁਕੰਨਾ ਸੀ, ਔਰ ਬੜੀ ਵੱਡੀ ਉਹਨੇ ਬੀੜ ਆਪਣੀ ਬੀੜੀ ਹੋਈ ਸੀ, ਅਤੇ 14 ਦੀ ਜੰਗ ਲੱਗ ਚੁੱਕੀ ਹੋਈ ਹੈ, ਇਹਦੇ ਨਾਲ ਹੋਰ ਜ਼ਿਆਦਾ ਜਿਹੜੇ ਸਨ ਉਹ ਚੌਕਸ ਹੋ ਗਏ ਸਨ, ਅਤੇ ਦੂਸਰਾ ਇੱਥੋਂ ਦੀ ਅਜਿਹੀ ਕਲਾਸ ਵੀ ਅਗਲਿਆਂ ਨੇ ਪੈਦਾ ਕਰ ਲਈ ਹੋਈ ਸੀ ਜਿਹੜੇ ਉਹਨਾਂ ਦਾ ਪੱਖ ਪੂਰਦੇ ਸਨ, ਔਰ ਦੇਸ਼ ਭਗਤਾਂ ਦਾ ਜਾਂ ਦੇਸ਼ ਦੇ ਪਿਆਰਿਆਂ ਦਾ ਦੇ ਨਾਲ ਜਿਹੜੇ ਸਨ ਦਗਾ ਕਮਾਉਣ ਲਈ ਤੁਲੇ ਹੋਏ ਸਨ। ਤੋ ਇਸ ਤਰ੍ਹਾਂ ਦੇ 'ਚ ਹਾਲਾਤ 'ਚ ਇਹ ਪਹੁੰਚੇ ਇੱਥੇ, ਔਰ ਨਾਲ ਹੀ ਇਹ ਕਹਿਣਾ ਚਾਹੀਦਾ ਘਾਟਾਂ ਤੋਂ ਹੀ ਇਹਨਾਂ ਨੂੰ ਕਲਕੱਤੇ ਘਾਟ ਤੋਂ ਹੀ, ਹੋਰ ਜਿਹੜੇ ਜਿਹੜੇ ਘਾਟ ਤੋਂ ਇਹਨਾਂ ਨੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਜ਼ਿਆਦਾ ਗਿਣਤੀ ਦੇ ਵਿੱਚ, ਉੱਥੋਂ ਉੱਥੋਂ ਫੜ ਲਿਆ ਗਿਆ, ਔਰ ਗੱਡੀਆਂ 'ਚ ਚਾੜ ਕੇ ਪੰਜਾਬ ਦੀਆਂ ਜੇਲ੍ਹਾਂ ਲਏ, ਤੋੜ ਦਿੱਤਾ ਗਿਆ। ਲੇਕਿਨ ਫਿਰ ਵੀ ਬਹੁਤ ਸਾਰੇ ਅਜਿਹੇ ਸਨ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ, ਔਰ ਜਿਨ੍ਹਾਂ ਨੇ ਘਾਟਾਂ ਵਾਲਾ ਰਾਸਤਾ ਜਿਹੜਾ ਹੈ ਇਹਦਾ ਕੋਈ ਤੋੜ ਕਰਕੇ ਆਪਣੇ ਤੌਰ ਦੇ ਉੱਤੇ
ਉਹ ਪੰਜਾਬ ਤਿਕਰ ਪਹੁੰਚ ਗਿਆ। ਜਿਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਜਿਹੜਾ ਜਿਸਲੇ ਬਾਬੇ ਨੂੰ ਲੈ ਕੇ ਜਾ ਰਹੇ ਸਨ ਮੁਲਤਾਨ ਵਾਸਤੇ ਮੁਲਤਾਨ ਜੇਲ੍ਹ ਲਈ, ਤੇ ਕਰਤਾਰ ਸਿੰਘ ਸਰਾਭਾ ਜਿਹੜਾ ਉਹ ਬਾਬਾ ਜੀ ਟਾਂਗੇ 'ਚ ਬੈਠੇ ਜਾ ਰਹੇ ਸਨ ਸੋਹ ਸਿੰਘ ਪਕੜਾ ਜੀ, ਤੇ ਕਰਤਾਰ ਸਿੰਘ ਸਰਾਭਾ ਰਾਹ 'ਚ ਮਿਲੇ ਹੈ ਔਰ ਉਸ ਵੇਲੇ ਇਸ਼ਾਰਿਆਂ 'ਚ ਗੱਲ ਹੋ ਗਈ ਹੈ, ਤੇ ਕਰਤਾਰ ਸਿੰਘ ਸਰਾਭਾ ਨੇ ਗ੍ਰਿਫਤਾਰੀ ਉਹਦੀ ਹੋ ਨਹੀਂ ਸਕੀ ਛੇਤੀ ਕੀਤੇ ਆ, ਬਾਅਦ 'ਚ ਫੜਿਆ ਗਿਆ। ਲੇਕਿਨ ਉਹ ਬੜਾ ਚਿਰ ਜੋੜਦਾ ਰਿਹਾ ਜਿਹੜੇ ਆਏ ਸਾਥੀ ਸੱਜਣ ਉਹਨਾਂ ਸਾਰਿਆਂ ਦੇ ਆਪਸ ਵਿੱਚ ਰਾਬਤੇ, ਔਰ ਉਹਨੇ ਕੰਮ ਵੀ ਅੱਗੇ ਵਧਾਇਆ ਜਿਹੜਾ ਕੋਈ ਛਾਉਣੀਆਂ ਦੇ 'ਚ ਕੰਮ ਕਰਨ ਦਾ ਸੀ ਉਹਦਾ ਵੀ ਯਤਨ ਕੀਤਾ। ਤੋ ਇਸ ਤਰੀਕੇ ਨਾਲ ਫਿਰ ਇਹ ਸਾਰੇ ਜਿਹੜੇ ਸਨ ਗਦਰੀ ਜਿਹੜੇ ਸਨ ਇਹਨਾਂ ਨੂੰ ਬਾਬਾ ਸੋਹਣ ਸਿੰਘ ਪਕੜਾ ਉਹਨਾਂ ਦੇ ਸਮੇਤ ਪਹਿਲਾਂ ਤਾਂ ਇਹਨਾਂ ਨੂੰ ਪਹਿਲਾ ਸਾਜ਼ਿਸ਼ ਕੇਸ ਜਿਹੜਾ ਚੱਲਿਆ ਉਹਦੇ 'ਚ ਸਜ਼ਾ ਮੌਤ ਸੁਣਾਈ ਗਈ, ਜਿਹੜੀ ਕਿ ਬਾਅਦ 'ਚ ਬਦਲੀ, ਕੁਝ ਨੂੰ ਮੌਤ ਜਿਹੜੀ ਸਜ਼ਾ ਦੇ ਦਿੱਤੀ ਗਈ ਔਰ ਬਾਕੀ ਜਿਹੜੇ ਬਚੇ ਜਿਹਨਾਂ ਦੀ ਉਮਰ ਕੈਦ ਹੀ ਤਬਦੀਲ ਹੋ ਗਈ, ਇਹਨਾਂ ਨੂੰ ਅੰਡੇਮਾਨ ਦੀ ਜਿਹੜਾ ਕਾਲੇ ਪਾਣੀ ਸਨ ਕਾਲੇ ਪਾਣੀ ਭੇਜ ਦਿੱਤਾ ਗਿਆ। ਸੈਲੂਲਰ ਜੇਲ੍ਹ ਜਿਹੜੀ ਹੈ ਸੀ, ਜਿਹੜੀ ਕਿ 1857 ਦੇ ਜਿਹੜਾ ਗਦਰ ਸੀ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਜਿਹੜੀ ਹਲਕਤ ਲੜੀ ਸੀ ਉਹਦੇ 'ਚ ਹਿੱਸਾ ਲੈਣ ਵਾਲਿਆਂ ਨੂੰ ਜਿਹੜਾ ਸਜ਼ਾ ਦੇਣ ਵਾਸਤੇ ਔਰ ਉਹਨਾਂ ਨੂੰ ਪੀਣ ਵਾਸਤੇ ਇਹ ਬਣਾਈ ਗਈ ਸੀ ਜੇਲ੍ਹ। ਇਹ ਕੁਝ 600 ਜਜ਼ੀਰਿਆਂ ਦੀ ਥਾਂ ਹੈ ਜਿੱਥੇ ਮਤਲਬ ਇਹ ਅੰਗਰੇਜ਼ਾਂ ਨੇ ਕਬਜ਼ਾ ਕਰਕੇ, ਅਤੇ ਇੱਥੇ ਇਹ ਜੇਲ੍ਹ ਬਹੁਤ ਵੱਡੀ ਜਿਹੜੀ ਨਿਕੋਬਾਰ ਜੇਲ੍ਹ ਔਰ ਇਹਨੂੰ ਸੈਲੂਲਰ ਜੇਲ੍ਹ ਕਿਹਾ ਜਾਂਦਾ ਅੰਡੇਮਾਨ ਦੀ, ਅਤੇ ਇਹ ਸਾਰੀ ਬਣਾਈ ਅਤੇ ਇੱਥੇ ਭੇਜ ਦਿੱਤੇ ਗਏ। ਇੱਥੇ ਬਹੁਤ ਸਖਤੀਆਂ ਤਕਲੀਫਾਂ ਕੱਟੀਆਂ ਇਹਨਾਂ ਨੇ, ਲੇਕਿਨ ਆਪਣੀ ਜਗ੍ਹਾ 'ਤੇ ਡਟੇ ਰਹਿ, ਘਬਰਾਏ ਨਹੀਂ, ਸਖਤੀਆਂ ਚੱਲੀਆਂ ਨੇ ਲੇਕਿਨ ਆਪਣਾ ਮਿਸ਼ਨ ਨਹੀਂ ਛੱਡਿਆ। ਮੁਲਤਾਨ ਜੇਲ੍ਹ 'ਚ ਤਾਂ ਬਾਬਾ ਜੀ ਦੀ ਮਾਂ ਨੂੰ ਵੀ ਬੁਲਾਇਆ ਗਿਆ, ਮਿਲਾਇਆ ਗਿਆ ਵੀ ਕਿਸੇ ਤਰੀਕੇ ਨਾਲ ਦੋਵਾਂ ਮਾਵਾਂ ਨੂੰ, ਇੱਕ ਬਾਬੇ ਉਹਨਾਂ ਦੀ ਧਰਮ ਮਾਤਾ ਸੀ ਔਰ ਇੱਕ ਮਾਂ ਸੀ ਜਿਹੜੀ ਜਨਨੀ ਸੀ ਜਿਹਨਾਂ ਦੇ ਬਾਬਾ ਜੀ ਕੁੱਖੋਂ ਸਨ, ਉਹ ਦੋਵਾਂ ਮਾਵਾਂ ਨੂੰ ਵੀ ਬੁਲਾਇਆ ਗਿਆ। ਅਤੇ ਬਾਬੇ ਹੋਰਾਂ ਨੇ ਕਿਹਾ ਕਿ ਇਹ ਗੱਲ ਹੈਗੀ ਜੇ, ਅਤੇ ਜਿਵੇਂ ਕਹਿੰਦੀਆਂ ਜੀ, ਉਹ ਮਾਂ ਨੇ ਕਿਹਾ ਕਿ ਨਹੀਂ ਪੁੱਤਰ ਤੂੰ ਆਪਣੇ ਧਰਮ 'ਤੇ ਕਾਇਮ ਰਹਿ, ਅਸੀਂ ਇਹ ਨਹੀਂ ਕਹਿੰਦੇ ਕਿ ਤੂੰ ਆਪਣੇ ਆਪ ਨੂੰ ਬਚਾ ਲਵੇਂ ਜਾਂ ਆਪ ਇਹ ਲਿਖ ਕੇ ਦੇ ਦੇਵੇਂ ਅਤੇ ਹੋਰਾਂ ਨੂੰ ਮਰਵਾ ਦੇਵੇਂ, ਆਪਣਾ ਆਪ ਬਚਾ ਲਵੇਂ, ਇਹ ਨਹੀਂ, ਇਹ ਮੈਂ ਨਹੀਂ ਇਹ ਇਸ ਗੱਲ ਨੂੰ ਮੰਨਦੀ। ਇਹ ਆਪਦੀ ਜਨਨੀ ਮਾਂ ਨੇ ਇਹ ਆਪ ਨੂੰ ਤਸੱਲੀ ਦਿੱਤੀ, ਪੱਕ ਕਰਾਇਆ। ਤੋ ਇਹਨਾਂ ਹਾਲਾਤ ਦੇ ਵਿੱਚੋਂ ਬਾਬੇ ਹੋਰੀ 20 ਸਾਲ ਕੈਦ ਕੱਟੀ। ਅਖੀਰਲਾ ਜਿਹੜਾ ਵੇਲਾ ਉਹਦੇ ਵਿੱਚ ਹੈ ਕਿ ਉਹਨਾਂ ਨੇ ਕਿਹਾ ਜੀ ਤੁਹਾਡੀ ਇਹ ਸਾਲ ਦੀ ਸਜ਼ਾ ਰਹਿ ਗਈ ਹੈ, ਜੇ ਤੁਸੀਂ ਕਹੋ ਮੰਗੋ ਸਾਡੇ ਕੋਲੋਂ ਤੇ ਅਸੀਂ ਇਹ ਤੁਹਾਡੀ ਸਜ਼ਾ ਮਾਫ ਕਰ ਦਿੰਦੇ ਹਾਂ। ਇਹਨਾਂ ਕਿਹਾ ਸਵਾਲ ਹੀ ਪੈਦਾ ਨਹੀਂ ਹੁੰਦਾ, ਅਸੀਂ ਤੇ ਇਹ ਸਜ਼ਾ ਕੱਟਾਂਗੇ। ਤੇ ਇਹੋ ਹੀ ਜ਼ਮਾਨਾ ਹੈ ਜਿਸ ਵੇਲੇ ਸਜ਼ਾ ਮੁੱਕਣ ਦੇ ਉੱਤੇ ਸੀ, ਤੇ ਭਗਤ ਸਿੰਘ ਹੋਰੀ ਵੀ ਸਨ ਇੱਥੇ ਹੀ ਲਾਹੌਰ ਜੇਲ੍ਹ ਦੇ ਵਿੱਚ, ਤੇ ਭਗਤ ਸਿੰਘ ਨੇ ਭੁੱਖ ਹੜਤਾਲ ਕੀਤੀ ਹੋਈ ਸੀ। ਭਗਤ ਸਿੰਘ ਮਿਲਿਆ ਵੀ ਇਹ ਬਾਬਾ ਜੀ ਨੂੰ ਔਰ ਬਾਬਾ ਜੀ ਨੇ ਆਪ ਦੇ ਹੱਕ ਦੇ ਵਿੱਚ ਭੁੱਖ ਹੜਤਾਲ ਕਰ ਲਈ। ਅਗਲੇ ਕਹਿਣ ਲੱਗੇ ਕਿ ਜਨਾਬ ਤੁਸੀਂ ਤੁਹਾਡਾ ਸਾਲ ਡੂਢ ਸਾਲ ਰਹਿ ਗਏ ਹੈ, ਤਾਂ ਤੁਸੀਂ ਅਗਰ ਇਹ ਕਰੋਗੇ ਤੇ ਇਹਦੇ ਨਾਲ ਤਾਂ ਤੁਹਾਨੂੰ ਜਿਹੜੀ ਇਹ ਸਜ਼ਾ ਤੁਹਾਡੀ ਵੱਧ ਸਕਦੀ। ਉਹਨਾਂ ਕਿਹਾ ਇਹ ਨਹੀਂ ਹੋ ਸਕਦਾ। ਸੋ ਆਪ ਨੇ ਸਜ਼ਾ ਵਧਵਾ ਲਈ ਸੀ ਲੇਕਿਨ ਸਜ਼ਾ ਦੀ ਮਾਫ਼ੀ ਨਹੀਂ ਸੀ ਕਰਵਾਈ। ਤੋ ਮੇਰਾ ਖਿਆਲ ਮੋਟੀ ਮੋਟੀ ਗੱਲ ਮੈਂ ਜਿੰਨੀ ਕਰ ਸਕਣਾ ਇਸ ਵੇਲੇ ਸੱਜਣਾਂ ਦੇ ਨਾਲ ਇੱਕ, ਤੇ ਬਾਕੀ ਅੱਗੇ ਪ੍ਰੋਫੈਸਰ ਸਾਹਿਬ ਗੱਲ ਕਰਨਗੇ। ਜੀ ਬਾਬਾ ਜੀ ਬਹੁਤ 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 ਸ਼ੁਕਰੀਆ ਤੁਹਾਡਾ, ਤੁਹਾਨੂੰ ਇੰਨੇ ਸ਼ਾਰਟ ਨੋਟਿਸ ਤੇ ਬਿਲਕੁਲ ਬੁਲਾਇਆ, ਤੁਸੀਂ ਆਏ, ਤੁਹਾਡੀ ਬਹੁਤ ਬਹੁਤ ਮਿਹਰਬਾਨੀ ਬਾਬਾ ਜੀ, ਬਹੁਤ ਸ਼ੁਕਰੀਆ। ਜੀ ਗੱਲਬਾਤ ਦਾ ਸਿਲਸਿਲਾ ਅੱਗੇ ਵਧਾਉਂਦੇ ਹਾਂ। ਅੱਜ ਬਾਬਾ ਸੋਹਣ ਸਿੰਘ ਪਕਣਾ ਉਹਨਾਂ ਦੀ ਡੈਥ ਐਨੀਵਰਸਰੀ 21 ਦਸੰਬਰ। ਸਾਡੇ ਪੰਜਾਬ ਦੇ ਬਹੁਤ ਵੱਡੇ ਲੀਡਰ ਜਿਹਨੂੰ ਅਸੀਂ ਆਪਣਾ ਸਿਆਸੀ ਆਗੂ ਮੰਨਦੇ ਹਾਂ, ਅਤੇ ਉਹਨਾਂ ਦੀ ਗੱਲਬਾਤ ਅਸੀਂ ਸਮਝਦੇ ਹਾਂ ਕਿ ਸਾਂਝੀ ਕਰਨੀ ਬਹੁਤ ਜ਼ਰੂਰੀ ਹੈ। ਇਹਦੇ ਨਾਲ ਦੀ ਨਾਲ ਇਹ ਵੀ ਦੱਸਦਾ ਜਾਵਾਂ ਕਿ ਜ਼ਿਲ੍ਹਾ ਲਹਿੰਦਾ ਪੰਜਾਬ ਹੈ, ਉਹਦੇ ਵੱਲ ਜਿਹੜੀ ਗਦਰ ਲਹਿਰ ਹੈ ਉਹਦੇ ਉੱਤੇ ਕੰਮ ਤਾਂ ਹੁਣ ਸ਼ੁਰੂ ਹੋਇਆ ਪਰ ਪੈ ਬਹੁਤ ਘੱਟ,
ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਬੱਚੇ ਜਾਂ ਜਿਹੜੇ ਸਾਡੇ ਯੰਗ ਹਿਸਟੋਰੀਅਨਸ ਨੇ ਉਹ ਪੰਜਾਬ ਦੀ ਇਸ ਇਨਕਲਾਬੀ ਲਹਿਰਾਂ ਨੂੰ ਇਸ ਇਨਕਲਾਬ ਦੇ ਜਿਹੜੇ ਲੀਡਰ ਨੇ ਉਹਨੂੰ ਸਮਝ ਸਕਣ। ਸੋ ਇਸ ਗੱਲ ਪਿੱਛੇ ਸਾਡੇ ਨਾਲ ਅੱਜ ਸਾਡੇ ਬਹੁਤ ਹੀ ਪਿਆਰੇ ਦੋਸਤ ਔਰ ਪ੍ਰੋਫੈਸਰ ਕਰਨਬੀਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਜਿਹਨਾਂ ਦਾ PhD ਦਾ ਕੰਮ ਹੀ ਇਹਦੇ ਤੇ ਹੈ, ਔਰ ਖਾਸ ਕਰਕੇ ਸਾਡੇ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਅਸੀਂ ਆਖਾਂਗੇ, ਕਿਉਂਕਿ ਸਾਡੇ ਸ਼ਹਿਰ ਦੇ ਲੈਲਪੁਰ ਖਾਲਸਾ ਕਾਲਜ ਦੇ ਪ੍ਰੋਫੈਸਰ ਨੇ ਸਾਡੇ ਵਾਸਤੇ ਮਾਣਯੋਗ ਨੇ ਤੇ ਉਹਨਾਂ ਦੀ ਬੜੀ ਮਿਹਰਬਾਨੀ। ਕਰਨਬੀਰ ਸਿੰਘ ਜੀ ਤੁਸੀਂ ਅੱਜ ਆਏ ਸਾਡੇ ਇਸ ਲੈਲਪੁਰ ਕਲੱਬ ਤੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਜੀ ਆਇਆਂ ਨੂੰ। ਸ਼ੁਕਰੀਆ ਚਾਠਾ ਸਾਹਿਬ, ਤੁਹਾਡੀ ਮਿਹਰਬਾਨੀ ਕਿ ਤੁਸੀਂ ਮੈਨੂੰ ਮੌਕਾ ਦਿੱਤਾ। ਮੈਂ ਦੇਖ ਰਿਹਾ ਸੀਗਾ ਪ੍ਰੋਫੈਸਰ ਸੂਦ ਸਰ ਨੇ, ਅਮਨਦੀਪ ਬਲਮੈਨ ਨੇ, ਜਸਬੀਰ ਸਰ ਨੇ ਪੰਜਾਬ ਯੂਨੀਵਰਸਿਟੀ ਤੋਂ, ਅਮੀਰ ਰਿਆਜ਼ ਸਾਹਿਬ ਨੇ, ਤੇ ਇਹਨਾਂ ਸਾਰਿਆਂ ਤੋਂ ਹੋਰ ਵੀ ਸਾਰੇ ਇੰਟੈਲੈਕਚੁਅਲਸ, ਇਹਨਾਂ ਦੇ ਮੈਂ ਨਾਮ ਨਹੀਂ ਲੈ ਸਕਦਾ ਇਸ ਵੇਲੇ, ਬਲਕਿ ਮੈਂ ਉਹਨਾਂ ਦੇ ਸਾਹਮਣੇ ਕੁਛ ਬੋਲਾਂ, ਮੈਨੂੰ ਲੱਗਦਾ ਕਿ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੋਏਗੀ। ਮੈਂ ਉਹਨਾਂ ਤੋਂ ਬਹੁਤ ਛੋਟਾ, ਤੁਸੀਂ ਮੈਨੂੰ ਮੌਕਾ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ, ਜਿਵੇਂ ਸਕੀਬ ਸਾਹਿਬ ਨੇ ਇੱਕ ਕਹਾਣੀ ਦੇ ਰੂਪ ਦੇ ਵਿੱਚ ਬਾਬਾ ਸੋਹਣ ਸਿੰਘ ਭਕਨਾ ਦੀ ਜ਼ਿੰਦਗੀ ਨੂੰ 30 ਮਿੰਟਾਂ ਦੇ ਵਿੱਚ ਸਾਡੇ ਸਾਰਿਆਂ ਦੇ ਸਾਹਮਣੇ ਰੱਖਿਆ, ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਿਆਨ ਕੀਤਾ ਜ਼ਿੰਦਗੀ ਦੀਆਂ ਜੋ ਵੀ ਮੋਟੀਆਂ ਮੋਟੀਆਂ ਘਟਨਾਵਾਂ ਸਨ। ਸੋ ਬਾਬਾ ਜੀ ਬਾਰੇ ਗੱਲ ਕਰਨ ਤੋਂ ਪਹਿਲਾਂ ਜੇ ਅਸੀਂ ਅੱਜ ਕੁਛ ਵਰਤਮਾਨ ਸਮੇਂ ਦੀ ਗੱਲ ਕਰ ਲਈਏ ਤਾਂ ਆਪਾਂ ਦੇਖਦੇ ਹਾਂ ਕਿ 1919-20 ਦੇ ਵਿੱਚ ਜੋ ਵਾਪਰ ਰਿਹਾ ਸੀ, ਠੀਕ 100 ਸਾਲ ਬਾਅਦ ਉਹੀ ਕੁਛ ਵਾਪਰ ਰਿਹਾ। ਜੋ ਉਸ ਸਮੇਂ ਰੌਲਟ ਐਕਟ ਵਰਗੇ ਕਾਨੂੰਨ ਪਾਸ ਹੋਏ ਸਨ, ਤਾਂ ਇਸ ਵੇਲੇ ਅਸੀਂ ਦੇਖਿਆ ਹੈ ਕਿ CA ਤੇ ਪੈਜ਼ੈਂਟ ਕਿਸਾਨਾਂ ਦੇ ਜੋ ਅੰਦੋਲਨ ਚੱਲ ਰਹੇ ਨੇ, ਇਹ ਕਿਤੇ ਨਾ ਕਿਤੇ ਜੇ ਤੁਸੀਂ ਕਹੋ ਕਿ ਇਤਿਹਾਸ ਆਪਣੇ ਪੰਨੇ ਪਲਟ ਰਿਹਾ ਜਾਂ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ, ਤਾਂ ਕੋਈ ਅਤਕਥਨੀ ਨਹੀਂ ਹੋਏਗੀ। ਉਸ ਸਮੇਂ ਵੀ ਉਸ ਸਮੇਂ ਦੀ ਹਕੂਮਤ ਦਾ ਵਿਰੋਧ ਹੋ ਰਿਹਾ ਸੀ ਤੇ ਇਸ ਸਮੇਂ ਵੀ ਲੋਕ ਇਸ ਸਮੇਂ ਦੀ ਹਕੂਮਤ ਨੂੰ ਆਪਣਾ ਪੱਖ ਪੇਸ਼ ਕਰ ਰਹੇ ਆ, ਦੱਸ ਰਹੇ ਆ। ਇੱਕ ਜੋ ਨਵੀਂ ਚੀਜ਼ ਮੈਂ ਇਸ ਦੌਰ ਦੇ ਵਿੱਚ ਦੇਖੀ ਆ, ਜਿਵੇਂ ਸਾਡੇ ਪੰਜਾਬ ਦੇ ਵਿੱਚ ਗੀਤਾਂ ਦਾ ਕਲਚਰ ਆ, ਅੱਜ ਅਸੀਂ ਦੇਖ ਰਹੇ ਹਾਂ ਕਿ ਕ੍ਰਾਂਤੀਕਾਰੀ ਗੀਤ ਬੱਸਾਂ ਕਾਰਾਂ ਜਾਂ ਹਰ ਜਗ੍ਹਾ ਪੰਜਾਬ ਦੇ ਵਿੱਚ ਵੱਜ ਰਹੇ ਨੇ। ਪੰਜਾਬ ਆਪਣੀਆਂ ਜੋ ਜੜ੍ਹਾਂ ਨੇ ਉਹਨਾਂ ਨੂੰ ਦੁਬਾਰਾ ਫੜ ਚੁੱਕਿਆ, ਆਪਣੀਆਂ ਜੜ੍ਹਾਂ ਆਪਣੇ ਵਿਰਸੇ ਵੱਲ ਜਾ ਚੁੱਕਿਆ। ਜਦੋਂ ਪੰਜਾਬੀ ਸਿੰਗਰ ਰਣਜੀਤ ਬਾਵਾ ਦਾ ਇਹ ਸੌਂਗ ਕਿ ਸੋਹਣ ਸਿੰਘ ਭਕਨਾ ਖੜਕ ਸਿੰਘ ਦਾਦੇ ਨੇ, ਰਹਿ ਗਏ ਜੋ ਲਾਹੌਰ ਵਿੱਚ ਉਹ ਵੀ ਸਾਖ ਸਾਡੇ ਨੇ, ਇਹ ਸ਼ਬਦ ਜਦੋਂ ਕਿਸੇ ਗਾਇਕ ਦੇ ਜ਼ਬਾਨ ਦੇ ਰਾਹੀਂ ਲੋਕਾਈ ਤੱਕ ਪਹੁੰਚਦੇ ਆ, ਤਾਂ ਕਿਤੇ ਨਾ ਕਿਤੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਾਡਾ ਜੋ ਵਿਰਸਾ ਹੈ ਉਹਦੇ ਨਾਲ ਜੋ ਪੰਜਾਬੀ ਮਨ ਆ, ਜੋ ਪੰਜਾਬੀ ਜੋ ਚਿੰਤਨ ਆ ਉਹ ਜੁੜ ਰਿਹਾ। ਸੋਹਣ ਸਿੰਘ ਭਕਨਾ ਦੇ ਬਾਰੇ ਜੋ ਪਹਿਲਾਂ ਰਿਸਰਚ ਹੋਈ ਸੀ, ਬਹੁਤ ਅਣਗੌਲਿਆ ਕ੍ਰਾਂਤੀਕਾਰੀ ਇਹ ਕਿਹਾ ਜਾਂਦਾ ਸੀ ਉਹਨਾਂ ਦੇ ਬਾਰੇ ਦੇ ਵਿੱਚ। 1913 ਦੇ ਵਿੱਚ ਜਦੋਂ ਗਦਰ ਲਹਿਰ ਦੀ ਸ਼ਤਾਬਦੀ ਮਨਾਈ ਗਈ ਤਾਂ ਬਹੁਤ ਸਾਰੇ ਲਿਖਾਰੀਆਂ ਨੇ ਗਦਰ ਮੂਵਮੈਂਟ ਦੇ ਉੱਪਰ ਕੰਮ ਕੀਤਾ। ਬਾਬਾ ਸੋਹਣ ਸਿੰਘ ਭਕਨਾ ਹੋਣਾ ਦੀ ਬਾਇਓਗ੍ਰਾਫੀ ਰਾਜਵਿੰਦਰ ਰਾਏ ਹੋਣਾ ਨੇ ਪਬਲਿਸ਼ ਕੀਤੀ ਉਸ ਸਮੇਂ, ਤਾਂ ਉਸ ਸਮੇਂ ਇਸ ਅਕੈਡਮਿਕ ਜਗਤ ਨੂੰ ਪਤਾ ਲੱਗਿਆ ਕਿ ਬਾਬਾ ਸੋਹਣ ਸਿੰਘ ਭਕਨਾ ਨੇ ਜੋ ਬਾਇਓਗ੍ਰਾਫੀ ਲਿਖੀ ਸੀ ਆਪਣੀ ਆਟੋਬਾਇਓਗ੍ਰਾਫੀ, ਉਹਦਾ ਉਸ ਸਮੇਂ ਦੇ ਜੋ ਹਾਲਾਤ ਸਨ, ਉਸ ਸਮੇਂ ਦੇ ਜੋ ਘਟਨਾਵਾਂ ਸਨ, ਉਹ ਕਿੰਨੀਆਂ ਹੂ-ਬਹੂ ਮਿਲਦੀਆਂ ਨੇ। ਸੋ ਬਾਬਾ ਸੋਹਣ ਸਿੰਘ ਭਕਨਾ ਦੇ ਉੱਪਰ ਜੇ ਗੱਲ ਕਰਨੀ ਹੋਵੇ ਤਾਂ ਇੱਕ ਸਟ੍ਰੇਟ ਲਾਈਨ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਆਪਣੇ ਸਿਧਾਂਤਾਂ ਦੇ ਬੜੇ ਪੱਕੇ ਸਨ। ਉਹਨਾਂ ਨੇ ਜ਼ਿੰਦਗੀ ਦੇ ਵਿੱਚ ਜੋ ਕੀਤਾ ਉਹ ਪੂਰੇ ਦਿਲ ਦੇ ਨਾਲ, ਪੂਰੇ ਤਨ ਮਨ ਧਨ ਦੇ ਨਾਲ ਇੱਕ ਸਟ੍ਰੇਟ ਫੈਸਲਾ ਲੈ ਕੇ, ਜੋ ਇੱਕ ਵਾਰ ਫੈਸਲਾ ਕਰ ਲਿਆ ਸੋ ਕਰ ਲਿਆ। ਜ਼ਿੰਦਗੀ ਦੇ ਆਖਰੀ ਮੋੜ ਦੇ ਉੱਪਰ ਜਦੋਂ ਦੇਸ਼ ਭਗਤੀ ਯਾਦਗਾਰ ਹਾਲ ਦੇ ਵਿੱਚ ਇੱਕ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ, ਤਾਂ ਉਹਨਾਂ ਨੇ ਕਿਹਾ ਸੀ ਕਿ ਇੱਕ ਕ੍ਰਾਂਤੀਕਾਰੀ ਕਦੇ ਬੁੱਢਾ ਨਹੀਂ ਹੁੰਦਾ, ਹਾਲਾਂਕਿ ਉਹਨਾਂ ਦੀ ਉਮਰ ਉਸ ਸਮੇਂ 97 ਸਾਲ ਦੀ ਹੋ ਚੁੱਕੀ ਸੀ। ਜਿਵੇਂ ਸਾਕੀਬ ਸਾਹਿਬ ਨੇ ਗੱਲ ਕੀਤੀ ਹੈ ਉਹਨਾਂ ਦੇ ਬਚਪਨ ਦੇ ਬਾਰੇ, ਤਾਂ 4 ਜਨਵਰੀ 1870 ਨੂੰ ਉਹਨਾਂ ਦਾ ਜਨਮ ਹੋਇਆ ਸੀ। ਹਾਲਾਂਕਿ 4 ਜਨਵਰੀ ਕੋਈ ਕੰਕਰੀਟ ਡੇਟ ਨਹੀਂ ਹੈਗੀ, ਪਰ ਉਹਨਾਂ ਨੇ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਜੋ ਇਸ਼ਾਰਾ ਦਿੱਤਾ ਉਹਦੇ ਅਕੋਰਡਿੰਗਲੀ ਇਹ ਤਰੀਕ ਸਿਆਲ ਦੇ ਰੁੱਤਾਂ ਦੇ ਵਿੱਚ ਇਹ ਮੰਨੀ ਗਈ। ਤੇ ਹੁਣ ਵੀ ਬਾਬਾ ਜੀ ਦਾ ਜਿਹੜਾ ਇਹ ਜਨਮ ਦਿਹਾੜਾ ਹੈ ਉਹਨਾਂ ਦੇ ਪਿੰਡ ਦੇ ਵਿੱਚ 4 ਜਨਵਰੀ ਨੂੰ ਮਨਾਇਆ ਜਾਂਦਾ, ਇਹ ਰਿਵਾਇਤ ਚੱਲਦੀ ਆ ਰਹੀ ਹੈ।
ਬਾਬਾ ਜੀ ਦਾ ਜਨਮ ਉਹਨਾਂ ਦੇ ਨਾਨਕੇ ਪਿੰਡ, ਕਿਉਂਕਿ ਉਸ ਸਮੇਂ ਪੁਰਾਣੇ ਪੰਜਾਬ ਦੇ ਵਿੱਚ ਮਾਨਤਾ ਹੁੰਦੀ ਸੀ ਕਿ ਜੋ ਪਹਿਲਾ ਜਨਮ ਆ ਉਹ ਜਿਹੜਾ ਆਪਣਾ ਪਰਿਵਾਰ ਦਾ ਜਿਹੜਾ ਨਾਨਕਾ ਹੈਗਾ ਉੱਥੇ ਜਾ ਕੇ ਹੋਵੇ, ਤਾਂ ਗੁਰੂ ਕਾ ਬਾਗ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਸੋ ਇੱਥੇ ਗੱਲ ਕਰਦੇ ਹਾਂ ਬਾਬਾ ਜੀ ਦੇ ਪਰਿਵਾਰਿਕ ਪਿਛੋਕੜ ਦੇ ਬਾਰੇ ਕਿ ਉਹਨਾਂ ਦੇ ਫਾਦਰ ਸਰਦਾਰ ਕਰਮ ਸਿੰਘ ਹੋਣੀ ਉਹਨਾਂ ਦੇ ਉਸ ਸਮੇਂ ਦੇ ਵਿੱਚ ਇੱਕ ਲੈਂਡ ਲਾਰਡ ਸੀਗੇ। ਪਰਿਵਾਰ ਛੋਟਾ ਸੀ ਕਿਉਂਕਿ ਪਿਛਲੀਆਂ ਤਿੰਨਾਂ ਚਾਰ ਪੀੜ੍ਹੀਆਂ ਤੋਂ ਪਰਿਵਾਰ ਦੇ ਵਿੱਚ ਸਿਰਫ ਇੱਕ ਮੇਲ ਮੈਂਬਰ ਹੀ ਜਿਉਂਦਾ ਬਚਿਆ, ਇੱਕ ਮੇਲ ਮੈਂਬਰ ਹੀ ਆ ਰਿਹਾ ਸੀ। ਸੋ ਕੋਈ 30 ਵਿਘੇ ਦੇ ਕਰੀਬ, ਜਿਹੜੀ ਕਿ ਅਪਰੋਕਸੀਮੇਟਲੀ 65 ਏਕੜ ਦੇ ਕਰੀਬ ਜ਼ਮੀਨ ਬਣ ਗਈ ਸੀ। ਤੋ ਉਹ ਆਪਣੇ ਇਲਾਕੇ ਦੇ ਇੱਕ ਮੰਨੇ ਪ੍ਰਮੰਨੇ ਸਰਦਾਰ ਸਨ, ਮੰਨੇ ਪ੍ਰਮੰਨੇ ਜ਼ਿਮੀਦਾਰ ਸਨ। ਸੋ ਸਰਦਾਰ ਕਰਮ ਸਿੰਘ ਉਹਨਾਂ ਨੇ 2 ਵਿਆਹ ਕੀਤੇ ਸੀ, ਤੇ ਜੋ ਬਾਬਾ ਭਕਨਾ ਜੀ ਜਿਹੜੇ ਪੈਦਾ ਹੋਏ ਨੇ ਮਾਤਾ ਰਾਮ ਕੌਰ ਜੀ ਦੇ ਕੁੱਖੋਂ ਪੈਦਾ ਹੋਏ। ਬਾਅਦ ਦੇ ਵਿੱਚ ਪਹਿਲੀ ਜੋ ਕਰਮ ਸਿੰਘ ਦੀ ਵਾਈਫ ਸੀ ਉਹਨਾਂ ਨੂੰ ਇਹ ਆਪਣੇ ਧਰਮ ਮਾਤਾ ਮੰਨਦੇ ਸਨ। ਤੇ ਜਿਹੜੀ ਉਹਦੀ ਆਪਣੀ ਆਟੋਬਾਇਓਗ੍ਰਾਫੀ ਆ ਮੇਰਾ ਜੀਵਨ ਜੀਵਨ ਸੰਗਰਾਮ ਦੇ ਵਿੱਚ ਉਹਨਾਂ ਨੇ ਆਪਣੇ ਪਰਿਵਾਰਿਕ ਪਿਛੋਕੜ ਦੇ ਬਾਰੇ ਤੇ ਆਪਣੇ ਕ੍ਰਾਂਤੀਕਾਰੀ ਸੰਗਰਾਮ ਦੇ ਬਾਰੇ ਬਹੁਤ ਕੁਛ ਬਿਆਨ ਕੀਤਾ ਹੈ। ਸੋ ਇੱਥੇ ਮੈਂ ਜਿਹੜੀ ਗੱਲ ਕਹੀ ਸੀ ਕਿ ਬਾਬਾ ਜੀ ਸਟ੍ਰੇਟ ਫਾਰਵਰਡ ਸਨ ਆਪਣੀ ਲਾਈਫ ਦੇ ਵਿੱਚ, ਜਦੋਂ ਛੋਟੀ ਉਮਰ ਦੇ ਵਿੱਚ ਹੀ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਇਹ ਅਸੀਂ ਜੋ ਜਨਮ ਦੀ ਗੱਲ ਕੀਤੀ ਹੈ 1870 ਦੀ, ਤਾਂ ਇਹ ਉਹ ਦੌਰ ਸੀ ਜਦੋਂ ਹੌਲੀ ਹੌਲੀ ਪੰਜਾਬ ਦੇ ਵਿੱਚ ਇੱਕ ਨਵੀਂ ਕ੍ਰਾਂਤੀਕਾਰੀ ਚੇਤਨਾ ਜਨਮ ਲੈ ਰਹੀ ਸੀ। ਗੁਰਦੁਆਰਾ ਸੁਧਾਰ ਮੂਵਮੈਂਟ, ਸਿੰਘ ਸਭਾ ਲਹਿਰ ਮੂਵਮੈਂਟ, ਇਹਦੇ ਪੈਰ ਪੰਜਾਬ ਦੀ ਜ਼ਮੀਨ ਦੇ ਵਿੱਚ ਲੱਗ ਰਹੇ ਸਨ। ਅੰਗਰੇਜ਼ਾਂ ਦਾ ਇਸ ਸਮੇਂ ਪੂਰਾ ਕਬਜ਼ਾ ਹੋ ਚੁੱਕਿਆ ਸੀ, ਮਹਾਰਾਜਾ ਦਲੀਪ ਸਿੰਘ ਵਾਲਾ ਚੈਪਟਰ ਵੀ ਸੀ ਉਹ ਵੀ ਕਲੋਜ਼ ਹੋ ਚੁੱਕਿਆ ਸੀ। ਸੋ ਇਸ ਦੌਰ ਦੇ ਵਿੱਚ ਜੋ ਅੰਗਰੇਜ਼ੀ ਸੱਤਾ ਉਹ ਬਿਲਕੁਲ ਹੀ ਕਿਸੇ ਚੈਲੰਜ ਤੋਂ ਜਾਂ ਕਿਸੇ ਡਰ ਤੋਂ ਉਹ ਮੁਕਤ ਸੀ। ਸੋ ਬਾਬਾ ਜੀ ਨੇ ਆਪਣੀਆਂ ਮੁੱਢਲੀਆਂ ਜਮਾਤਾਂ, ਜੋ 5ਵੀਂ ਤੱਕ ਦੀ ਪੜ੍ਹਾਈ ਸੀ ਉਹ ਪਿੰਡ ਦੇ ਵਿੱਚ ਹੀ, ਜੋ ਆਪਣਾ ਛੋਟਾ ਮੋਟਾ ਸਕੂਲ ਹੁੰਦਾ ਸੀਗਾ ਉਸ ਸਮੇਂ ਉਹਦੇ ਵਿੱਚ ਕੀਤੀ, ਤਾਂ ਉਸ ਤੋਂ ਬਾਅਦ ਉਹਨਾਂ ਪੜ੍ਹਾਈ ਨਹੀਂ ਕੀਤੀ। ਸੋ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣ ਤੋਂ ਬਾਅਦ ਇੱਕ ਤਰੀਕੇ ਦੇ ਨਾਲ ਬਾਬਾ ਜੀ ਆਪ ਆਪਣੇ ਬਾਇਓਗ੍ਰਾਫੀ ਦੇ ਵਿੱਚ ਲਿਖਦੇ ਆ ਕਿ ਮੈਂ ਬੁਰੀ ਸੰਗਤ ਦੇ ਵਿੱਚ ਪੈ ਗਿਆ, ਤੇ ਮੇਰਾ ਸ਼ਿਕਾਰ ਕਰਨਾ, ਘੋੜ ਦੌੜ ਕਰਨਾ ਜਾਂ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਬੈਠ ਕੇ ਸ਼ਰਾਬ ਪੀਣਾ, ਈਵਨ ਤਵਾਇਫਾਂ ਦੇ ਵੀ ਜਾਣਾ, ਤਾਂ ਇਹ ਰੂਟੀਨ ਸਨ ਉਹਨਾਂ ਦੇ ਲਾਈਫ ਦੇ ਵਿੱਚ। ਸੋ ਘਰ ਦੇ ਵਿੱਚ ਜੋ ਮਾਵਾਂ ਸਨ ਜੋ ਆਪਣੀਆਂ ਉਹ ਕਾਫੀ ਚਿੰਤਾ ਦੇ ਵਿੱਚ ਰਹਿੰਦੀਆਂ ਸਨ, ਉਹਨਾਂ ਦਾ ਵਿਆਹ ਕੀਤਾ ਉਹਨਾਂ ਨੇ ਇਸੇ ਕਰਕੇ ਵੀ ਮੁੰਡਾ ਸਹੀ ਰਸਤੇ ਦੇ ਉੱਪਰ ਪੈ ਜਾਏਗਾ। ਪਰ ਬਾਬਾ ਜੀ ਆਪ ਖੁਦ ਲਿਖਦੇ ਆ ਕਿ ਮੇਰਾ ਇਸ ਆਪਣਾ ਹਾਂਜੀ ਸਵਾਲ ਆ ਰਹੇ ਉਹਨਾਂ ਦੀ ਬਾਇਓਗ੍ਰਾਫੀ ਹੈਗਾ, ਇੱਕ ਮਿੰਟ ਦੇਖ ਲਵਾਂਗੇ ਜ਼ਰਾ। ਹਾਂ ਜੀ ਮੈਂ ਆਡੀਬਲ ਆ ਜੀ। ਜੀ ਬਿਲਕੁਲ, ਤੁਸੀਂ ਜਾਰੀ ਰੱਖੋ ਗੱਲ। ਠੀਕ 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 ਹੈ ਸੋਰੀ। ਤਾਂ ਬਾਬਾ ਜੀ ਦਾ ਜਦੋਂ ਵਿਆਹ ਹੋ ਗਿਆ ਤਾਂ, ਪਰ ਉਹਨਾਂ ਨੇ ਆਪਣੇ ਕਹਿ ਲਓ ਕਿ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਚੇਂਜ ਨਾ ਆਇਆ। ਬਾਬਾ ਜੀ ਖੁਦ ਲਿਖਦੇ ਆ ਕਿ ਮੈਨੂੰ ਹੁਣ ਰਿਲਾਈਜ਼ ਹੁੰਦਾ ਇਸ ਚੀਜ਼ ਦਾ ਕਿ ਮੈਂ ਉਸ ਸਮੇਂ ਆਪਣੀਆਂ ਜੋ ਮਾਵਾਂ ਸਨ, ਜੋ ਆਪਣੀ ਵਾਈਫ ਸਨ, ਉਹਨਾਂ ਨਾਲ ਕਿੰਨਾ ਧੱਕਾ ਕਰ ਰਿਹਾ ਸੀਗਾ, ਪਰ ਕੋਈ ਮੋੜਾ ਨਹੀਂ ਪਿਆ ਉਹਨਾਂ ਦੀ ਲਾਈਫ ਦੇ ਵਿੱਚ। ਤਾਂ ਹੌਲੀ ਹੌਲੀ ਜ਼ਮੀਨ ਗਹਿਣੇ ਪੈਂਦੀ ਸ਼ੁਰੂ ਹੋ ਗਈ, ਘਰ ਦੇ ਵਿੱਚ ਇਹੋ ਜਿਹਾ ਮਾਹੌਲ ਬਣਿਆ ਰਿਹਾ। ਹੁਣ ਦੇਖੋ ਕਿ ਉਹਨਾਂ ਦੀ ਲਾਈਫ ਦੇ ਵਿੱਚ ਇੱਕ ਮੋੜ ਆਉਂਦਾ, ਜਿਵੇਂ ਮੈਂ ਗੱਲ ਕੀਤੀ ਸੀਗੀ ਸਦੀਪ ਸਾਹਿਬ ਨੇ ਕਿ ਪਿੰਡ ਭਕਨਾ ਦੇ ਕੋਲ ਇੱਕ ਪਿੰਡ ਆ ਮੁਹਾਵਾ, ਤਾਂ ਉਸ ਸਮੇਂ ਉੱਥੇ ਨਾਮਧਾਰੀ ਬਾਬਾ ਕੇਸਰ ਉਹਨਾਂ ਦਾ ਡੇਰਾ ਸੀ, ਤੇ ਉਹ ਅਕਸਰ ਆਪਣੇ ਪਿੰਡ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਪਰ ਦੀਵਾਨ ਲਗਾਉਂਦੇ ਹੁੰਦੇ ਸੀ। ਸੋ ਇਸੇ ਤਰ੍ਹਾਂ ਹੀ ਭਕਨਾ ਪਿੰਡ ਦੇ ਵਿੱਚ ਕਿਤੇ ਦੀਵਾਨ ਲੱਗਿਆ ਹੋਇਆ ਸੀ, ਕਥਾ ਹੋ ਰਹੀ ਸੀ, ਬਾਬਾ ਜੀ ਬੋਲ ਰਹੇ ਸਨ, ਪ੍ਰਵਚਨ ਕਰ ਰਹੇ ਸਨ, ਤਾਂ ਸੋਹਣ ਸਿੰਘ ਲਾਗੋਂ ਦੀ ਲੰਘੇ। ਤਾਂ ਉਹ ਲਿਖਦੇ ਆ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਕਿ ਮੈਨੂੰ ਐਂ ਲੱਗਿਆ ਕਿ ਮੇਰੇ ਪੈਰ ਆਪਣੇ ਆਪ ਹੀ ਉਹਨਾਂ ਦੀ ਬਾਣੀ ਮੈਨੂੰ ਖਿੱਚ ਰਹੀ ਸੀ। ਮੈਂ ਜਾ ਕੇ ਬੈਠ ਗਿਆ ਉੱਥੇ, ਜਦੋਂ ਉਹਨਾਂ ਦਾ ਪ੍ਰਵਚਨ ਖਤਮ ਹੋਇਆ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਮੇਰੇ ਘਰ ਚੱਲ। ਐਂਡ ਘਰ ਪਹੁੰਚ ਕੇ ਜਦੋਂ ਮਾਵਾਂ ਨੇ ਦੇਖਿਆ ਕਿ ਸੋਹਣ ਸਿੰਘ ਤਾਂ ਪਹਿਲਾਂ ਸ਼ਰਾਬੀ ਕਬਾਬੀ ਦੋਸਤਾਂ ਨਾਲ ਆਉਂਦਾ ਹੁੰਦਾ ਸੀ ਤੇ ਹੁਣ ਇੱਕ ਸੰਤ ਮਹਾਂਪੁਰਸ਼ ਨਾਲ ਆਇਆ, ਤਾਂ ਉਹਨਾਂ ਨੂੰ ਬਹੁਤ ਖੁਸ਼ੀ ਹੋਈ। ਰਾਤ ਉਹਨਾਂ ਨੇ ਉਹਦੇ ਘਰ ਕੱਟੀ, ਬਾਬਾ ਜੀ ਨਾਲ ਉਹਨਾਂ ਦੇ ਬਚਨ ਬਿਲਾਸ ਹੋਏ। ਤਾਂ ਸਵੇਰੇ ਜਾਣ ਲੱਗਿਆ ਜਦੋਂ ਪਿੰਡ ਦੇ ਲੋਕਾਂ ਨੂੰ ਹੋਰ ਵੀ ਗੱਲਬਾਤ ਹੋਈ, ਤਾਂ ਉਹਨਾਂ ਨੇ ਕਿਹਾ ਕਿ
ਪਿੰਡ ਵਸਦਾ ਰਵੇ ਤਾਂ ਉਹਨਾਂ ਨੇ ਪਿੰਡ ਦੇ ਲੋਕਾਂ ਨੇ ਕਿਹਾ ਵੀ ਬਾਬਾ ਜੀ ਜੇ ਸੋਹਣ ਸਿੰਘ ਸੁਧਰ ਗਿਆ ਤਾਂ ਸਮਝੋ ਸਾਰਾ ਪਿੰਡ ਸੁਧਰ ਗਿਆ। ਤੁਸੀਂ ਇੱਥੇ ਮੰਨ ਸਕਦੇ ਹੋ ਕਿ ਬਾਬਾ ਜੀ ਦਾ ਉਸ ਸਮੇਂ ਇਮੇਜ ਕਿਹੋ ਜਿਹੀ ਸੀ। ਇੱਥੋਂ ਤੱਕ ਕਿ ਕਈ ਬਦਨਾਮ ਡਾਕੂ ਬਾਬਾ ਜੀ ਕੋਲ ਪਨਾਹ ਮੰਗਦੇ ਹੁੰਦੇ ਸਨ ਪੁਲਿਸ ਦੀ ਡਰ ਤੋਂ ਬਚਣ ਵਾਸਤੇ। ਤੁਸੀਂ ਮੰਨ ਸਕਦੇ ਹੋ ਕਿ ਕਿਹੋ ਜਿਹਾ ਬੰਦਾ ਜਿਹੜਾ ਆਪਣੇ ਇਲਾਕੇ ਦੇ ਵਿੱਚ ਪੂਰਾ ਦਬਦਬਾ ਰੱਖਦਾ ਸੀਗਾ ਉਸ ਸਮੇਂ, ਕਿ ਪੁਲਿਸ ਦੀ ਗ੍ਰਿਫਤ ਤੋਂ ਬਚਣ ਵਾਸਤੇ ਵੀ ਡਾਕੂ ਉਹਦੇ ਕੋਲ ਆ ਕੇ ਰਹਿੰਦੇ ਹੁੰਦੇ ਸਨ, ਉਹਦਾ ਕਿਹੋ ਜਿਹਾ ਮਕਾਮ ਸੀਗਾ ਉਸ ਸਮੇਂ। ਸੋ ਉਸ ਸਮੇਂ ਜਦੋਂ ਬਾਬਾ ਕੇਸਰ ਦੀ ਲਾਈਫ ਦੇ ਵਿੱਚ ਉਹਨਾਂ ਦੀ ਲਾਈਫ ਦੇ ਵਿੱਚ ਆਏ ਤਾਂ ਇੱਕ ਮੋੜਾ ਪਿਆ। ਬਾਬਾ ਜੀ ਖੁਦ ਕਹਿੰਦੇ ਆ ਕਿ ਮੈਂ ਬਾਬਾ ਕੇਸਰ ਦੀ ਪਰਸਨੈਲਿਟੀ ਤੋਂ ਇਸ ਕਰਕੇ ਪ੍ਰਭਾਵਿਤ ਹੋਇਆ ਕਿ ਉਹਨਾਂ ਨੇ ਮੈਨੂੰ ਕੁਛ ਨਹੀਂ ਕਿਹਾ ਵੀ ਤੂੰ ਬੇਟਾ ਨਾ ਸ਼ਰਾਬ ਛੱਡ, ਨਾ ਤੂੰ ਆਪਣਾ ਜਾਂ ਹੋਰ ਗਲਤ ਕੰਮ ਜਿਹਨੂੰ ਤੁਸੀਂ ਕਹਿ ਸਕਦੇ ਹੋ, ਕੁਛ ਨਹੀਂ ਕਿਹਾ ਉਹਨਾਂ ਨੇ। ਬਸ ਇੰਨੀ ਗੱਲ ਜਾਣ ਲੱਗਾਂਗੇ ਵੀ ਪੁੱਤਰ ਡੇਰੇ ਦੇ ਉੱਪਰ ਗੇੜਾ ਮਾਰਦਾ ਰਹੀ। ਸੋ ਬਾਬਾ ਜੀ ਦਾ ਆਉਣ ਜਾਣ ਬਣਿਆ ਡੇਰੇ ਦੇ ਵਿੱਚ, ਇਸ ਤਰ੍ਹਾਂ ਸੰਗਤ ਦੇ ਵਿੱਚ ਬੈਠ ਕੇ ਉਹਨਾਂ ਫੈਸਲਾ ਕੀਤਾ ਕਿ ਮੈਂ ਆਪਣੀ ਜਿਹੜੀ ਪੁਰਾਣੇ ਦੋਸਤਾਂ ਦੀ ਸੰਗਤ ਹੈ ਉਹ ਮੈਂ ਛੱਡ ਦੇਵਾਂਗਾ, ਪਰ ਜਿਹੜੇ ਸ਼ਰਾਬੀ ਕਬਾਬੀ ਦੋਸਤ ਨੇ ਕਿੱਥੇ ਖੇੜਾ ਛੱਡਦੇ ਆ। ਹੁਣ ਦੇਖੋ ਇੱਥੇ ਇੱਕ ਉਹਨਾਂ ਨੇ ਫੈਸਲਾ ਕਰ ਲਿਆ ਇਹਦਾ, ਦੋਸਤ ਮਿਲਣ ਵਾਸਤੇ ਅੱਜ ਤੱਕ ਘਰ ਦੇ ਵਿੱਚ ਇੱਕ ਸ਼ਰਾਬ ਦੀ ਬੋਤਲ ਪਈ ਸੀਗੀ ਤੇ ਉਹਨਾਂ ਨੇ ਉਹ ਬੋਤਲ ਨੂੰ ਜ਼ਮੀਨ ਦੇ ਉੱਤੇ ਉਹਨਾਂ ਸਾਹਮਣੇ ਤੋੜਿਆ ਤੇ ਕਿਹਾ ਵੀ ਅੱਜ ਤੋਂ ਬਾਅਦ ਤੁਹਾਡੀ ਮੇਰੀ ਸਾਂਸ ਟੁੱਟ ਗਈ, ਤੁਸੀਂ ਮੇਰੇ ਘਰ ਨਹੀਂ ਆਉਣਾ, ਨਾ ਮੈਂ ਤੁਹਾਨੂੰ ਮਿਲਾਂਗਾ। ਸੋ ਇੱਥੋਂ ਬਾਬਾ ਸੋਹਣ ਸਿੰਘ ਭਕਰਾਂ ਦੀ ਲਾਈਫ ਦੇ ਵਿੱਚ ਇੱਕ ਧਾਰਮਿਕ ਜਿਹੜਾ ਦੌਰ ਸੀ ਉਹ ਸ਼ੁਰੂ ਹੋਇਆ। ਆਉਣ ਵਾਲੇ ਜਿਹੜੇ 10 ਸਾਲ ਸੀ ਉਹਨਾਂ ਨੇ ਬਾਬਾ ਕੇਸਰ ਦੀ ਸੰਗਤ ਦੇ ਵਿੱਚ ਕੱਟੇ। ਪਿੰਡ ਦੇ ਵਿੱਚ ਹੋਲਾ ਮਹੱਲਾ ਮਨਾਇਆ ਜਾਂਦਾ ਸੀ, ਕੋਈ ਹੋਰ ਦੀਵਾਨ ਹੋਣਾ ਤਾਂ ਬਾਬਾ ਜੀ ਬੜੇ ਲਿਬਰਲ ਤਰੀਕੇ ਦੇ ਨਾਲ ਉਸੇ ਵਿੱਚ ਪਾਰਟੀਸਪੇਟ ਕਰਦੇ ਸੀਗੇ। ਫਾਈਨੈਂਸ ਦੇ ਵਿੱਚ ਉਹਨਾਂ ਨੇ ਕਾਫੀ ਆਪਣਾ ਪੈਸਾ ਲਗਾਇਆ, ਤਾਂ ਜ਼ਮੀਨ ਹੌਲੀ ਹੌਲੀ ਜਿਹੜੀ ਬੈ ਹੋਈ ਸੀਗੀ, ਜਿਹੜੀ ਗਹਿਣੇ ਪਈ ਸੀਗੀ, ਇਸ ਤਰੀਕੇ ਦੇ ਨਾਲ ਉਹਨਾਂ ਦੇ ਹੱਥੋਂ ਜਾਣ ਲੱਗ ਪਈ। ਸੋ ਇਸ ਤਰ੍ਹਾਂ ਬੈਠਾ ਬੈਠਾ ਉਹਨਾਂ ਨੇ ਬਾਬਾ ਕੇਸਰ ਦੀ ਸੰਗਤ ਵਿੱਚ ਇੱਕ ਫੈਸਲਾ ਕੀਤਾ ਕਿ ਮੈਂ ਹੁਣ ਖੇਤੀਬਾੜੀ ਆਪ ਕਰਾਂਗਾ। ਖੇਤੀਬਾੜੀ ਉਹਨਾਂ ਨੇ ਸ਼ੁਰੂ ਕੀਤੀ ਆਪਣਾ, ਪਰ ਉਹਨਾਂ ਨੂੰ ਲੱਗਿਆ ਕਿ ਨਹੀਂ ਮੈਂ ਹਾਲੇ ਨਹੀਂ ਕਰ ਪਾਵਾਂਗਾ, ਕਿਉਂਕਿ ਜੋ ਲਾਗਤ ਖੇਤੀਬਾੜੀ ਉੱਪਰ ਲੱਗ ਰਹੀ ਆ ਤੇ ਉਹਦਾ ਪੂਰਾ ਮੁੱਲ ਨਹੀਂ ਮੁੜ ਰਿਹਾ ਉਹਨਾਂ ਕੋਲ। ਬਾਕੀ ਕਿਉਂਕਿ ਕਦੇ ਖੇਤੀਬਾੜੀ ਕੀਤੀ ਨਹੀਂ ਸੀ ਲਾਈਫ ਦੇ ਵਿੱਚ, ਪਹਿਲਾਂ ਕੰਟਰੋਲ ਕੀਤਾ ਸੀਗਾ, ਤਾਂ ਇਸ ਪਾਸੋਂ ਥੋੜ੍ਹਾ ਜਿਹਾ ਨਹੀਂ ਵੀ ਉਹਨਾਂ ਨੂੰ ਲੱਗਿਆ ਕਿ ਮੈਂ ਅਜੇ ਹਾਲੇ ਨਹੀਂ ਕਰ ਪਾਵਾਂਗਾ। ਸੋ ਹੌਲੀ ਹੌਲੀ ਪੈਸਿਆਂ ਦੀ ਤੰਗੀ ਤੇ ਇੱਕ ਮਨ ਦੇ ਵਿੱਚ ਆਉਣਾ ਕਿ ਮੈਂ ਜਿਹੜਾ ਮੇਰਾ ਕਰਜ਼ਾ ਹੈਗਾ ਉਹ ਵੀ ਉਤਾਰਨਾ। ਸੋ ਇੱਥੇ ਉਹਨਾਂ ਦਾ ਉਸ ਸਮੇਂ ਦਾ ਜਿਹੜਾ ਦੌਰ ਸੀਗਾ 1907 ਦਾ ਜਿਹੜਾ ਕਿਸਾਨੀ ਐਜੀਟੇਸ਼ਨ ਸੀ ਉਹਦੇ ਨਾਲ ਵਾਹ ਪਿਆ ਉਹਨਾਂ ਦਾ, ਤਾਂ ਕੁਛ ਥੋੜੀ ਇੰਨੀ ਜਾਗਰਤੀ ਵੀ ਆਈ, ਕਿਉਂਕਿ ਬਾਬਾ ਰਾਮ ਸਿੰਘ ਹੋਣਾ ਦੀ ਜਿਹੜੀ ਕੋਕਾ ਲਹਿਰ ਸੀ ਉਹਦੇ ਵਿੱਚ ਉਹਨਾਂ ਨੇ ਕਾਫੀ ਕੁਛ ਲਿਟਰੇਚਰ ਪੜ੍ਹਿਆ ਸੀਗਾ। ਸੋ ਉਹਨਾਂ ਦਾ ਇੱਕ ਜਿਹੜਾ ਸ਼ਾਰਪ ਬੈਂਟ ਸੀਗਾ ਉਹ ਉਸ ਸਮੇਂ ਆਪਾਂ ਨੂੰ ਨਜ਼ਰ ਆਉਂਦਾ ਹੈਗਾ। ਸੋ ਉਹਨਾਂ ਦਾ ਇੱਕ ਦੋਸਤ ਅਮੈਰੀਕਾ ਗਿਆ ਸੀਗਾ, ਚਿੱਠੀ ਪੱਤਰ ਹੋਇਆ ਖਤਾਂ ਦੇ ਰਾਹੀਂ, ਤਾਂ ਇੱਕ ਫੈਸਲਾ ਉਹਨਾਂ ਨੇ ਕਿਹਾ ਕਿ ਮੈਂ ਹੁਣ ਅਮੈਰੀਕਾ ਜਾਵਾਂ। ਹੁਣ ਇੱਥੇ ਆਪਾਂ ਇਹ ਵੀ ਗੱਲ ਸੋਚਦੇ ਹਾਂ ਕਿ ਪਰਿਵਾਰ ਦੇ ਵਿੱਚ 3 ਔਰਤਾਂ ਰਹਿ ਰਹੀਆਂ ਨੇ, ਬੱਚਾ ਕੋਈ ਹੈ ਨਹੀਂ ਆ, ਐਂਡ ਐਟ ਦੈਟ ਟਾਈਮ ਉਹ ਫੈਸਲਾ ਕਰ ਰਹੇ ਆ ਕਿ ਮੈਂ ਅਮੈਰੀਕਾ ਜਾਵਾਂਗਾ। ਤਾਂ ਇੱਥੇ ਜਿੰਨੀਆਂ ਵੀ ਮਹਾਨ ਸ਼ਖਸੀਅਤਾਂ ਅਸੀਂ ਦੇਖਦੇ ਹਾਂ ਜਿਹੜੇ ਕਿ ਜਿਹਨਾਂ ਨੇ ਆਪਣਾ ਘਰ ਛੱਡਿਆ, ਤਾਂ ਉਹਨਾਂ ਦੇ ਵਿੱਚ ਬਾਬਾ ਸੋਹਣ ਸਿੰਘ ਭਕਨਾ ਵੀ ਆਪਾਂ ਨਾਮ ਲੈ ਸਕਦੇ ਹਾਂ। ਸੋ 4 ਅਪ੍ਰੈਲ 1909 ਨੂੰ ਆਪਣਾ ਜਦੋਂ ਸੀਟਲ ਪਹੁੰਚੇ ਨੇ ਆਪਣੇ ਬੰਦਰਗਾਹ ਤੇ ਅਮੈਰੀਕਾ ਦੇ ਵਿੱਚ, ਜਿਹੜਾ ਉਹਨਾਂ ਦਾ ਸਫ਼ਰ ਸੀਗਾ ਬਿਕੋਜ਼ ਉਸ ਸਮੇਂ ਪਾਸਪੋਰਟ ਦਾ ਕੋਈ ਬਣਦਾ ਨਹੀਂ ਸੀਗਾ, ਇੱਥੋਂ ਆਪਣਾ ਉਸ ਸਟੈਂਪ ਲਵਾ ਕੇ ਟਿਕਟ ਲੈ ਕੇ ਉਹ ਕੈਲਕਟਾ ਪਹੁੰਚੇ ਨੇ ਉੱਥੇ, ਕਿਉਂਕਿ ਬਾਬਾ ਕੇਸਰ ਦੀ ਸੰਗਤ ਦੇ ਵਿੱਚ ਉਹ ਨੋਨ ਵੈਜ ਖਾਣਾ ਛੱਡ ਚੁੱਕੇ ਸਨ, ਈਵਨ ਕਿ ਉਹਨਾਂ ਨੇ ਆਪਣਾ ਜਿਹੜਾ ਨਮਕ ਸੀਗਾ ਉਹ ਵੀ ਤਿਆਗ ਦਿੱਤਾ ਸੀਗਾ। ਸੋ ਉਹ ਲਿਖਦੇ ਆ ਕਿ ਮੈਂ ਇੱਕ ਚੌਲਾਂ ਦਾ ਡੱਬਾ ਉਹ 'ਚ ਘਿਓ ਸ਼ੱਕਰ ਪਾ ਕੇ ਨਾਲ ਲੈ ਗਿਆ ਸੀਗਾ, ਰਸਤੇ ਦੇ ਵਿੱਚ ਸ਼ਿਪ 'ਤੇ ਮੈਂ ਜਾ ਰਿਹਾ ਸੀਗਾ ਤਾਂ ਮੈਨੂੰ ਕੁਝ ਰਸ਼ੀਅਨ ਰੈਵੋਲਿਊਸ਼ਨਰੀ ਵੀ ਮਿਲੇ, ਬਟ ਆਪਾਂ ਉਹਦੀ ਜ਼ਬਾਨ ਨਹੀਂ ਸਮਝਦੇ ਸੀਗੇ। ਸੋ ਇਸ਼ਾਰਿਆਂ ਦੇ ਨਾਲ ਹੀ ਗੱਲਾਂ ਬਾਤਾਂ ਹੁੰਦੀਆਂ ਸੀ, ਜਾਂ ਥੋੜ੍ਹਾ ਬਹੁਤਾ ਜੋ ਜਹਾਜ਼ ਦੇ ਵਿੱਚ ਡਿਕਸ਼ਨਰੀ ਅਵੇਲੇਬਲ ਸੀ ਉਹਨਾਂ ਨਾਲ ਗੱਲਬਾਤ ਕਰਦੇ ਸੀ। ਸੋ ਇਹ 40 ਸਾਲ ਦੀ ਉਮਰ ਦੇ ਵਿੱਚ ਉਹ ਅਮੈਰੀਕਾ ਪਹੁੰਚੇ ਨੇ। ਸੋ ਇੱਥੇ ਕਿਹੜਾ ਲਾਈਫ ਦਾ ਦੇਖੋ ਕਿ 40 ਸਾਲ ਦੀ ਉਮਰ ਦੇ ਵਿੱਚ ਇੱਕ ਇਨਸਾਨ ਅਮੈਰੀਕਾ ਪਹੁੰਚ ਰਿਹਾ ਇਨ ਸਰਚ ਆਫ ਬੈਟਰ ਲਾਈਵਲੀਹੁੱਡ, ਐਂਡ ਉੱਥੇ ਉਹਨਾਂ ਦਾ ਦੋਸਤ ਆਪਣਾ ਉਹਨਾਂ ਨੂੰ ਮਿਲਿਆ, ਫਿਰ ਉਹਨਾਂ ਦੁਭਾਸ਼ੀ ਦੇ ਰਾਹੀਂ ਜੋ ਅਮੈਰੀਕਨ ਕਸਟਮ ਵਾਲੇ ਨੇ, ਇਮੀਗ੍ਰੇਸ਼ਨ ਵਾਲੇ ਨੇ, ਉਹਨਾਂ ਨੇ ਇੰਟਰਵਿਊਸ ਲਈ ਭਾਰਤ ਦੇ ਜਿਹੜੇ ਆਪਣੇ ਸੋਸ਼ਲ ਕਸਟਮ ਸੀ ਕਿ ਇੱਥੇ ਵਿਆਹ ਕਿੰਨੇ ਹੁੰਦੇ ਆ, ਕੁਛ ਹੋਰ ਸਵਾਲ ਜਵਾਬ ਪੁੱਛੇ ਤੇ ਉਹਨਾਂ ਦਾ ਦਾਖਲਾ ਉੱਥੇ ਹੋ ਗਿਆ। ਓਰੇਗਨ ਸਟੇਟ ਦੇ ਵਿੱਚ ਮੋਨਾਰਕ ਮਿਲ ਦੇ ਵਿੱਚ ਉਹਨਾਂ ਨੂੰ ਪਹਿਲੀ ਨੌਕਰੀ ਮਿਲੀ, ਤਾਂ ਇੰਨਾ ਹਟਭਨਵਾ ਕੰਮ ਕਦੇ ਉਹਨਾਂ ਕੀਤਾ ਨਹੀਂ ਸੀ, ਇਸ ਕਰਕੇ ਪਹਿਲਾਂ ਥੋੜ੍ਹਾ ਦਿਨ ਉਹਨਾਂ ਨੇ ਹਾਫ ਹਾਫ ਡੇ ਦੇ ਉੱਪਰ ਕੰਮ ਕੀਤਾ, ਪਰ ਹੌਲੀ ਹੌਲੀ ਉਹਨਾਂ ਦਾ ਜਿਹੜਾ ਸਰੀਰ ਸੀਗਾ ਉਸ ਪਾਸੇ ਢਲ ਗਿਆ। ਹੁਣ ਇੱਥੇ ਇੱਕ ਨਵਾਂ ਦੌਰ ਉਹਨਾਂ ਨੇ ਦੇਖਿਆ ਕਿ ਅਮੈਰੀਕਾ ਦੇ ਵਿੱਚ ਇੱਕ ਤਾਂ ਡੈਮੋਕ੍ਰੇਸੀ ਆ,
ਦੂਸਰਾ ਲੋਕਾਂ ਦਾ ਜਿਹੜਾ ਸੁਭਾਅ ਵਾ ਉਹ ਸਾਡੇ ਮੁਕਾਬਲੇ ਹੋਰ ਤਰ੍ਹਾਂ ਦਾ ਵਾ। ਐਂਡ ਇੱਥੇ ਆਣ ਕੇ ਉਹਨਾਂ ਨੂੰ ਰਿਅਲਾਈਜ਼ ਹੋਇਆ ਕਿ ਅਸੀਂ ਅੰਗਰੇਜ਼ੀ ਹਕੂਮਤ ਦੇ ਸਿਟੀਜ਼ਨ ਨਹੀਂ ਆ, ਅਸੀਂ ਸਬਜੈਕਟ ਹੈਗੇ। ਸੋ ਇਹ ਦੌਰ ਸੀਗਾ, ਉਹਦੇ ਵਿੱਚ ਆਪਣੇ ਬਾਇਓਗ੍ਰਾਫੀ ਦੇ ਵਿੱਚ ਉਹਨਾਂ ਨੇ ਕਾਫੀ ਗੱਲਾਂ ਲਿਖੀਆਂ ਨੇ ਕਿ ਅਸੀਂ ਜਦੋਂ ਇੱਥੇ ਕੰਮ ਕਰਦੇ ਸੀ ਤਾਂ ਇੱਕ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਗਏ ਤਾਂ ਸਾਨੂੰ ਉਹਨਾਂ ਨੇ ਅਮਰੀਕਨਾਂ ਨੇ ਖਾਣਾ ਹੀ ਨਹੀਂ ਦਿੱਤਾ, ਸਗੋਂ ਉਹਨਾਂ ਨੇ ਕਿਹਾ ਵੀ ਤੁਸੀਂ ਕੀ ਕਰਦੇ ਹੋ ਇੱਥੇ, ਤੁਸੀਂ ਤਾਂ ਡੈਮ ਹਿੰਦੂ ਸਲੇਵ ਹੋ, ਤੁਹਾਡਾ ਕੋਈ ਕਿਰਦਾਰ ਨਹੀਂ ਆ, ਤੁਸੀਂ ਤਾਂ ਭੇਡਾਂ ਹੋ। ਫਿਰ ਜਿਹੜੇ ਬੱਚੇ ਸੀਗੇ ਉਹ ਵੀ ਤੰਗ ਕਰਦੇ ਸੀਗੇ। ਸੋ ਹੁਣ ਇੱਥੇ ਆਪਾਂ ਦੇਖਦੇ ਹਾਂ ਕਿ ਜਿਹੜਾ ਉੱਥੋਂ ਦਾ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਸੀ, ਜਦੋਂ ਜਿਹੜਾ ਪੰਜਾਬ ਦਾ ਪੈਜੈਂਟ ਆ ਜਿਹੜਾ ਉੱਥੇ ਇਸ ਜ਼ਮੀਨ ਦੇ ਨਾਲ ਜੁੜਿਆ ਉੱਥੇ ਜਾਂਦਾ ਤਾਂ ਉਹਨੂੰ ਕਿਵੇਂ ਗੁੱਸਾ ਆਉਂਦਾ, ਉਹਨੂੰ ਕੱਲ ਦੀ ਸਮਝ ਲੱਗ ਜਾਂਦੀ ਆ ਕਿ ਸਾਡਾ ਜਿਹੜਾ ਵੈਰੀ ਆ ਉਸ ਵਿੱਚ ਗੁਲਾਮੀ ਆ, ਅਸੀਂ ਅੰਗਰੇਜ਼ਾਂ ਦੇ ਗੁਲਾਮ ਹੈ, ਸਾਨੂੰ ਇਸ ਕਰਕੇ ਇੱਥੇ ਅਮਰੀਕਾ ਦੇ ਵਿੱਚ ਇੱਜ਼ਤ ਨਹੀਂ ਮਿਲਦੀ। ਰੂਸੀ ਚੀਨੀ ਜਿਹੜੇ ਹੋਰ ਵੀ ਆਪਣੇ ਇੱਥੇ ਆ ਕੇ ਕੰਮ ਕਰਦੇ ਨੇ ਤੇ ਉਹਨਾਂ ਦੇ ਜਿਹੜੇ ਕੌਂਸਲੇਟ ਦੇ ਦਫ਼ਤਰ ਨੇ ਉਹਨਾਂ ਨੂੰ ਕੋਈ ਵਿਤਕਰਾ ਹੁੰਦਾ, ਉਹਨਾਂ ਦੇ ਪੱਖ ਖੜੇ ਹੁੰਦੇ। ਸੋ ਇੱਥੇ ਬਾਬਾ ਸੋਹਣ ਸਿੰਘ ਭਕਨਾ ਦੀ ਪਰਸਨੈਲਿਟੀ ਦਾ ਕਿਹੜੀ ਲੀਡਰਸ਼ਿਪ ਕੁਆਲਿਟੀ ਹੈ ਤੁਹਾਨੂੰ ਦੇਖਣ ਨੂੰ ਮਿਲੇਗੀ, ਜਿਹੜੀ ਕਿ ਬਹੁਤ ਇਤਿਹਾਸਕਾਰਾਂ ਨੇ ਆਪਣਾ ਪਹਿਲਾਂ ਜਾਂ ਖੋਜ ਨਹੀਂ ਇੰਨੀ ਹੋਈ ਜਾਂ ਉਸ ਸਮੇਂ ਦੇ ਵਿੱਚ ਇੰਨਾ ਕੁਛ ਮੌਜੂਦ ਨਹੀਂ ਸੀਗਾ, ਉਹ ਬਾਹਰ ਨਹੀਂ ਆਈ। ਜੋਹਾਨਾ ਆਗਡਮ ਦਾ ਇੱਕ ਥੀਸਿਸ ਆ ਜਿਹਦੇ ਬਾਰੇ ਉਹ ਗੱਲ ਕਰਦੇ ਨੇ ਕਿ ਓਰੇਗਨ ਸਟੇਟ ਦੇ ਵਿੱਚ ਰਹਿੰਦਿਆਂ ਹੋਇਆਂ ਬਾਬਾ ਸੋਹਣ ਸਿੰਘ ਭਕਨਾ ਨੇ ਕਿਵੇਂ ਉਸ ਸਮੇਂ ਦੇ ਜਿਹੜੇ ਕਿਸਾਨ ਸੀ, ਜਿਹੜੇ ਉਸ ਸਮੇਂ ਮਜ਼ਦੂਰ ਸੀ, ਉਹਨਾਂ ਨੂੰ ਲਾਮਬੰਦ ਕੀਤਾ ਤੇ ਬ੍ਰਿਟਿਸ਼ ਕੌਂਸਲੇਟ ਦੇ ਵਿੱਚ ਜਾ ਕੇ ਵੀ ਆਪਣੀ ਸ਼ਿਕਾਇਤ ਦਰਜ ਕਰਾਈ, ਪਰ ਜਦੋਂ ਕੁਛ ਵੀ ਨਹੀਂ ਹੋਇਆ ਤਾਂ ਉਹਨਾਂ ਨੇ ਫਿਰ ਫੈਸਲਾ ਕੀਤਾ ਕਿ ਸਾਨੂੰ ਕੋਈ ਨਾ ਕੋਈ ਆਪਣੀ ਜਥੇਬੰਦੀ ਬਣਾਉਣੀ ਪਵੇਗੀ। ਬਾਬਾ ਸੋਹਣ ਸਿੰਘ ਭਕਨਾ ਨੇ ਬੜੀਆਂ ਗੱਲਾਂ ਲਿਖੀਆਂ ਨੇ ਆਪਣੀ ਬਾਇਓਗ੍ਰਾਫੀ ਦੇ ਵਿੱਚ, ਜਿਹਨਾਂ ਦੇ ਵਿੱਚ ਉਹ ਕਹਿੰਦੇ ਨੇ ਕਿ ਜਿਹੜੇ ਅਸੀਂ ਲੋਕ ਇੱਥੇ ਪਹੁੰਚੇ ਸੀ ਉਹ ਸਾਰੇ ਹੀ ਅਨਪੜ੍ਹ ਨਹੀਂ ਸਨ, ਅਨਸਿਵਲਾਈਜ਼ ਨਹੀਂ ਸਨ, ਸਗੋਂ ਕਿ ਅਸੀਂ ਬਹੁਤ ਕੁਛ ਅਮਰੀਕੀ ਕਲਚਰ ਤੋਂ ਸਿੱਖਿਆ ਤੇ ਉਹਨਾਂ ਦੇ ਮੁਤਾਬਕ ਢਲਣ ਦੀ ਕੋਸ਼ਿਸ਼ ਕੀਤੀ। ਕਈ ਬੰਦੇ ਅੰਗਰੇਜ਼ੀ ਦੇ ਵਿੱਚ ਬਹੁਤ ਬਹੁਤ ਵਧੀਆ ਬੁਲਾਰੇ ਬਣ ਚੁੱਕੇ ਸਨ, ਕਈਆਂ ਨੇ ਆਪਣੀ ਸਿੱਖਿਆ ਨੂੰ ਬਹੁਤ, ਕਿਉਂਕਿ ਅਮਰੀਕਾ ਦਾ ਜਿਹੜਾ ਇੱਕ ਸੋਸ਼ਲ ਮਾਇਲਿਊ ਸੀ ਉਹਨਾਂ ਨੇ ਇਹਨਾਂ ਚੇਤਨ ਦਿਮਾਗਾਂ ਨੂੰ ਹੋਰ ਤਿੱਖਾ ਕਰ ਦਿੱਤਾ। ਸੋ ਬਾਬਾ ਭਕਨਾ ਜੀ, ਇਸ ਤਰ੍ਹਾਂ ਬਾਬਾ ਹਰਨਾਮ ਸਿੰਘ ਟੁੰਡੀਲਾਟ, ਪੰਡਿਤ ਕਾਂਸ਼ੀ ਰਾਮ ਤੇ ਹੋਰ ਬਹੁਤ ਸਾਰੇ ਜਿਹੜੇ ਉੱਥੇ ਮਜ਼ਦੂਰ ਸੀ ਉਸ ਨਾਲ ਮਿਲੇ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਜਥੇਬੰਦੀ ਬਣਾਈਏ। ਸੋ ਹੌਲੀ ਹੌਲੀ, ਕਿਉਂਕਿ ਇਹ ਫੈਸਲਾ ਹੋਇਆ ਥੋੜਾ ਸਮਾਂ ਲੱਗ ਗਿਆ, ਇਹ 1911-12 ਦੀ ਗੱਲ ਕਰ ਰਹੇ ਹਾਂ ਅਸੀਂ, ਤਾਂ 1912 ਆਉਂਦਿਆਂ ਆਉਂਦਿਆਂ ਇੱਕ ਫੈਸਲਾ ਹੋਇਆ ਜਦੋਂ ਇੱਕ ਮੀਟਿੰਗ ਹੋਈ ਆਸਟਰੀਆ ਦੇ ਵਿੱਚ, ਸੋਰੀ ਐਸਟੋਰੀਆ ਦੇ ਵਿੱਚ, ਕਿ ਅਸੀਂ ਲਾਲਾ ਹਰਦਿਆਲ ਨੂੰ ਕਾਲ ਕਰੀਏ, ਬੁਲਾਇਆ ਜਾਵੇ। ਹੁਣ ਤੁਸੀਂ ਦੇਖੋ ਕਿ ਜੇ ਆਪਾਂ ਇਹ ਗੱਲ ਕਹਿ ਲਈਏ ਕਿ ਲਾਲਾ ਹਰਦਿਆਲ ਵਾਜ਼ ਦਾ ਫਾਊਂਡਰ ਆਫ ਗਦਰ ਮੂਵਮੈਂਟ, ਤਾਂ ਇਹ ਮੈਨੂੰ ਲੱਗਦਾ ਕਿ ਇਸ ਚੀਜ਼ ਨੂੰ ਅਸੀਂ ਨਿਗੇਟ ਕਰੀਏ ਬੀਇੰਗ ਏ ਹਿਸਟੋਰੀਅਨ, ਕਿਉਂਕਿ ਇਹ ਗਦਰਾਈ, ਇਹ ਜਿਹੜੇ ਬਾਬੇ ਸੀਗੇ ਉਸ ਸਮੇਂ ਜਿਹੜੇ ਬਾਅਦ ਚ ਬਾਬੇ ਬਣੇ, ਇਹ ਉਸ ਸਮੇਂ ਲਾਲਾ ਹਰਦਿਆਲ ਨੂੰ ਕਾਲ ਕਰ ਰਿਹਾ ਕਿ ਸਾਨੂੰ ਤੇਰੀ ਲੋੜ ਹੈ ਇਸ ਵੇਲੇ ਅਖਬਾਰ ਚਲਾਉਣ ਵਾਸਤੇ। ਐਂਡ ਲਾਲਾ ਹਰਦਿਆਲ ਇਨੀਸ਼ੀਅਲੀ ਮਨਾ ਵੀ ਕਰ ਰਹੇ ਨੇ ਕਿ ਮੈਂ ਬਿਮਾਰ ਹੈਗਾ, ਮੈਂ ਇਸ ਸਮੇਂ ਨਹੀਂ ਆ ਸਕਦਾ। ਜਦੋਂ ਉਹਨਾਂ ਨੇ ਆਉਣਾ ਸੀਗਾ ਸਰਦੀਆਂ ਦੀਆਂ ਛੁੱਟੀਆਂ ਦੇ ਵਿੱਚ, ਕ੍ਰਿਸਮਸ ਦੇ ਹਾਲੀਡੇਜ਼ ਤੋਂ ਨਹੀਂ ਆਏ 1912 ਨੂੰ, ਫਿਰ ਉਹ ਮਈ ਦੇ ਵਿੱਚ ਆਉਂਦੇ ਨੇ 1913 ਨੂੰ, ਤਾਂ ਉਸ ਸਮੇਂ ਸਾਰਾ ਕੁਛ ਇੱਕ ਢਾਂਚਾ ਸੈੱਟ ਹੁੰਦਾ ਇਹਨਾਂ ਦੇ ਕੋਲ, ਫੰਡਿੰਗ ਵੀ ਹੋ ਚੁੱਕੀ ਹੁੰਦੀ ਹੈ। ਲਾਲਾ ਹਰਦਿਆਲ ਦਾ ਬੜਾ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਜਾਂਦਾ ਉਸ ਸਮੇਂ, ਇਵਨ ਟ੍ਰੈਮਸ ਕੀਤੀਆਂ ਜਾਂਦੀਆਂ ਨੇ, ਉਹ ਸਪੀਚ ਵੀ ਦਿੰਦੇ ਆ, ਤੇ ਫਿਰ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਇੱਕ ਕ੍ਰਾਂਤੀਕਾਰੀ ਅਖਬਾਰ ਸ਼ੁਰੂ ਕਰਨਾ। ਹੁਣ ਲਾਲਾ ਹਰਦਿਆਲ ਕਿਉਂਕਿ ਸੈਨ ਫਰਾਂਸਿਸਕੋ ਵਿੱਚ ਰਹਿੰਦੇ ਸਨ, ਤਾਂ ਉਹਨਾਂ ਨੇ ਕਿਹਾ ਕਿ ਮੈਂ ਉੱਥੇ ਇਹ ਅਖਬਾਰ ਸ਼ੁਰੂ ਕਰਨਾ। ਕੁਛ ਲੋਕਾਂ ਦੇ ਵੱਲੋਂ ਇੱਥੇ ਅਪੋਜੀਸ਼ਨ ਵੀ ਹੋਈ ਕਿ ਅਸੀਂ ਇਸ ਓਰੇਗਨ ਸਟੇਟ ਦੇ ਵਿੱਚ ਰਹਿ ਰਹੇ ਹਾਂ ਤੇ ਇਹਦਾ ਹੈੱਡਕੁਆਰਟਰ ਵੀ ਇੱਥੇ ਹੀ ਬਣਨਾ ਚਾਹੀਦਾ। ਸੋ ਇੱਕ ਕਹਿ ਲਓ ਕਿ ਇੱਕ ਚੰਗੇ ਐਡਮਿਨਿਸਟ੍ਰੇਟਰ ਦੇ ਵਾਂਗੂ ਉਹਨਾਂ ਨੇ ਫੈਸਲਾ ਲਿਆ ਕਿ ਨਹੀਂ, ਇਹ ਕੈਲੀਫੋਰਨੀਆ ਸੈਨ ਫਰਾਂਸਿਸਕੋ ਵੀ ਹੋਣਾ ਚਾਹੀਦਾ, ਬਿਕੋਜ਼ ਲਾਲਾ ਹਰਦਿਆਲ ਕਾਫੀ ਸਮੇਂ ਤੋਂ ਉੱਥੇ ਰਹਿ ਰਹੇ ਨੇ ਯੂਸੀਬੀ ਬਰਕਲੇ ਦੇ ਵਿੱਚ, ਐਂਡ ਉਹਨਾਂ ਦਾ ਉਸ ਸਮੇਂ ਦੇ ਜਿਹੜੇ ਹੋਰ ਅਮਰੀਕਨ ਇੰਟੈਲੈਕਚੁਅਲ ਨੇ ਉਹਨਾਂ ਦੇ ਨਾਲ ਕਾਫੀ ਵਾਹ ਵਾਸਤਾ ਹੈ। ਸੋ ਇੱਥੇ ਬਾਬਾ ਭਕਨਾ ਜੀ ਨੇ ਲਾਲਾ ਹਰਦਿਆਲ ਨੂੰ ਖੁੱਲ੍ਹੀ ਅਥਾਰਟੀ ਦਿੱਤੀ ਤੇ ਉਹਨਾਂ ਦੇ ਰਾਹੀਂ ਗਦਰ ਅਖਬਾਰ ਦਾ ਜਿਹੜਾ ਪਬਲੀਕੇਸ਼ਨ ਸੀ ਉਹ ਸ਼ੁਰੂ ਹੋਇਆ। ਬਾਬਾ ਜਵਾਲਾ ਸਿੰਘ ਠੱਠੀਆਂ, ਕਰਤਾਰ ਸਿੰਘ ਸਰਾਭਾ, ਹੋਰ ਬਹੁਤ ਸਾਰੇ ਜਿਹੜੇ ਆਪਣੇ ਕਹਿ ਲਓ ਕਿ ਈਵਨ ਬਾਬਾ ਸੋਹਣ ਸਿੰਘ ਭਕਨਾ ਹੋਣਾ ਨੇ ਇੱਕ ਅਸਿਸਟੈਂਟ ਵੀ ਉਸ ਸਮੇਂ ਰਘੁਵੀਰ ਦਿਆਲ ਨੂੰ ਨਾਲ ਲਗਾਇਆ ਕਿ ਤੇਰਾ ਕੰਮ ਹੈ ਕਿ ਆਪਣਾ ਹਰਦਿਆਲ ਦੀ ਜਿਹੜੀ ਹੈਗੀ ਉਹ ਦੇਖ ਰੇਖ ਕਰਨੀ ਹੈ, ਪੂਰੀ ਉਹਨਾਂ ਦੀ ਕੋਪਰੇਸ਼ਨ ਕਰਨੀ ਹੈ। ਸੋ ਇਸ ਤਰ੍ਹਾਂ ਫਿਰ ਲਾਲਾ ਹਰਦਿਆਲ ਦਾ ਜਿਹੜਾ ਕ੍ਰਾਂਤੀਕਾਰੀ ਕਦਮ ਸੀਗਾ ਉਹ ਗਦਰ ਅਖਬਾਰ ਦੀ ਪਬਲੀਕੇਸ਼ਨ ਸੀ, ਹਾਲਾਂਕਿ ਬਾਅਦ 6 ਮਹੀਨੇ ਬਾਅਦ ਉਹ ਛੱਡ ਗਏ ਸੀ ਇਸ ਗਦਰ ਮੁਲਾਹਰ ਨੂੰ।
ਫਿਰ ਆਪਾਂ ਦੇਖਦੇ ਹਾਂ ਕਿਉਂਕਿ ਜਦੋਂ ਉਹਨਾਂ ਦੀ ਆਪਣੀ ਡੈਥ ਹੋਈ ਹੈ ਇਨ ਮਿਸਟੀਰੀਅਸ ਸਰਕਮਸਟਾਂਸਸ ਦੇ ਦੌਰਾਨ ਤਾਂ ਉਹਨਾਂ ਮਾਫੀ ਵੀ ਮੰਗੀ ਸੀ ਕਿ ਬਾਅਦ 'ਚ ਇੰਡੀਆ ਆਉਣ ਦੇ ਵਾਸਤੇ ਇੰਗਲੈਂਡ ਜਾ ਕੇ ਆਪਣੀ PhD ਵੀ ਕੀਤੀ ਪਰ ਇੱਕ ਵੀ ਗਦਰੀ ਨੇਤਾ ਇਹੋ ਜਿਹੇ ਨੇ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਅੰਗਰੇਜ਼ਾਂ ਸਾਹਮਣੇ ਸਿਰ ਝੁਕਾਇਆ ਇਸ ਕਹਿ ਲਓ ਕਿ ਗਦਰ ਲਹਿਰ ਦੀ ਇੱਕ ਵਿਲੱਖਣ ਪਛਾਣ ਹੈਗੀ ਕਿ ਉਹਨਾਂ ਨੇ ਸਿਰ ਨਹੀਂ ਝੁਕਾਇਆ ਆਪਣੇ ਸੋ ਇੱਥੇ ਆਪਾਂ ਦੇਖਦੇ ਹਾਂ ਕਿ ਅਖਬਾਰ ਪਬਲਿਸ਼ ਹੋਇਆ ਉਸ ਤੋਂ ਬਾਅਦ ਜਦੋਂ ਲਾਲਾ ਹਰਦਿਆਲ ਦੇ ਅਰੈਸਟ ਵਾਰੰਟ ਇਸ਼ੂ ਹੋਏ ਤਾਂ ਉਹਨਾਂ ਨੂੰ ਸਵਿਟਜ਼ਰਲੈਂਡ ਜਿਹੜਾ ਭੇਜਣ ਦਾ ਜੋ ਪ੍ਰੋਗਰਾਮ ਉਲੇਖਿਆ ਉਹ ਵੀ ਸੋਹਣ ਸਿੰਘ ਭਕਨਾ ਦੀ ਰਹਿਨਮਾਈ ਦੇ ਵਿੱਚ ਹੀ ਹੋਇਆ ਹੁਣ ਇਹ ਗੱਲਾਂ ਮੈਂ ਕਿਵੇਂ ਕਹਿ ਸਕਦਾ ਕਿ ਆਪਣਾ ਬਾਬਾ ਸੋਹਣ ਸਿੰਘ ਭਕਨਾ ਸਭ ਕੁਛ ਕਰ ਰਹੇ ਸਨ ਤਾਂ ਗਦਰ ਲਹਿਰ ਦੇ ਪਰਚੇ ਜੇ ਤੁਸੀਂ ਧਿਆਨ ਨਾਲ ਪੜ੍ਹੋ ਜਿਹੜੇ ਕਿ ਬਾਅਦ ਦੇ ਵਿੱਚ ਸਾਨੂੰ ਅਵੇਲੇਬਲ ਹੈ ਤਾਂ ਉਹਨਾਂ ਦੇ ਵਿੱਚ ਬੜੇ ਥਾਈਂ ਜ਼ਿਕਰ ਆਉਂਦਾ ਕਿ ਗਦਰ ਪਾਰਟੀ ਦੇ ਪ੍ਰਧਾਨ ਅੱਜ ਸੈਨ ਫਰਾਂਸਿਸਕੋ ਪਹੁੰਚ ਰਹੇ ਨੇ ਅੱਜ ਫਲਾਣੀ ਜਗ੍ਹਾ ਦੇ ਉੱਪਰ ਪਹੁੰਚ ਰਹੇ ਨੇ ਉੱਥੇ ਉਹ ਮੀਟਿੰਗ ਕਰ ਰਹੇ ਨੇ ਉਹ ਸਭ ਨੂੰ ਮਿਲਣਗੇ ਤਾਂ ਉਸ ਸਮੇਂ ਗਦਰ ਲਹਿਰ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਹੀ ਸਨ ਹੋਰ ਕੋਈ ਨਹੀਂ ਸੀ ਗਦਰ ਲਹਿਰ ਦੇ ਵਿੱਚ ਜਿੰਨੀ ਵੀ ਕਵਿਤਾ ਲਿਖੀ ਗਈ ਆ ਉਹ ਬਾਏ ਨੇਮ ਨਹੀਂ ਆ ਉਹ ਸਰ ਨੇਮ ਦੇ ਰਾਹੀ ਨੇ ਕਿਸੇ ਦਾ ਨਾਮ ਦੁਖੀਆ ਵਾ ਕਿਸੇ ਦਾ ਨਾਮ ਕੋਈ ਹੋਰ ਆ ਕੋਈ ਕ੍ਰਾਂਤੀਕਾਰੀ ਨਜ਼ਮ ਲਿਖ ਰਿਹਾ ਕੋਈ ਕਵਿਤਾ ਲਿਖ ਰਿਹਾ ਤਾਂ ਫਿਰ ਜਦੋਂ ਅਸੀਂ ਬਾਬਾ ਸੋਹਣ ਸਿੰਘ ਭਕਨਾ ਦੀ ਆਟੋਬਾਇਓਗ੍ਰਾਫੀ ਵੱਲ ਆਉਂਦੇ ਹਾਂ ਤਾਂ ਉਹਨਾਂ ਨੂੰ ਖੁਦ ਲਿਖਦੇ ਆ ਕਿ ਮੈਂ ਜਿਹੜੇ ਪਿੰਡਾਂ ਦੇ ਵਿੱਚ ਉਸ ਸਮੇਂ ਦੇ ਕੰਟਰੀ ਸਾਈਡ ਏਰੀਆ ਸੀ ਉੱਥੇ ਜੋ ਕੰਮ ਕਰਦੇ ਸਨ ਖੇਤਾਂ ਦੇ ਵਿੱਚ ਕਿਵੇਂ ਮੈਂ ਤੇ ਆਪਣੇ ਕੁਛ ਨਾਲ ਦੋਸਤਾਂ ਨੂੰ ਲੈ ਕੇ ਜਾਂਦਾ ਹੁੰਦਾ ਸੀ ਕਿਵੇਂ ਉੱਥੇ ਪਾਰਟੀ ਦੇ ਸੈੱਲ ਸਥਾਪਿਤ ਕੀਤੇ ਬਿਕੋਜ਼ ਤੁਸੀਂ ਅੱਜ ਵੀ ਆਪਾਂ ਮਹਿਸੂਸ ਕਰ ਸਕਦੇ ਹਾਂ ਕਿ ਸਿਰਫ ਤੇ ਸਿਰਫ ਪ੍ਰਾਪੇਗੰਡਾ ਦੇ ਰਾਹੀਂ ਕੋਈ ਪਾਰਟੀ ਸ਼ੁਰੂ ਨਹੀਂ ਕੀਤੀ ਜਾ ਸਕਦੀ ਜਦ ਤੱਕ ਕੋਈ ਪਿੱਛੇ ਪ੍ਰੋਪਰ ਕੰਮ ਕਰਨ ਵਾਲਾ ਸੈੱਲ ਨਾ ਹੋਵੇ ਕੋਈ ਬੰਦੇ ਨਾ ਹੋਣ ਕਿਉਂਕਿ ਅਖਬਾਰ ਪ੍ਰੋਪੇਗੰਡਾ ਸਿਰ ਸਕਦਾ ਵਾ ਪਰ ਪ੍ਰੋਪੇਗੰਡਾ ਦੇ ਦਮ ਦੇ ਉੱਪਰ 8,000 ਦੇ ਕਰੀਬ ਇੱਕ ਗਦਰੀ ਹਿੰਦੁਸਤਾਨ ਦੇ ਧਰਤੀ ਵੱਲ ਚਾਲੇ ਪਾ ਦੇਣ ਤਾਂ ਉਹ ਵੀ ਕਹਿ ਲਓ ਕਿ ਇੱਕ ਅਤਕਥਨੀ ਹੋਵੇਗੀ ਵਿਦਆਊਟ ਏ ਸੋਲਿਡ ਫਾਊਂਡੇਸ਼ਨ ਇਹ ਗੱਲ ਨਹੀਂ ਹੋ ਸਕਦੀ ਸੀ ਤੇ ਲਾਲਾ ਹਰਦਿਆਲ ਛੱਡ ਕੇ ਗਏ ਨੇ ਤਾਂ ਜਿਵੇਂ ਬਾਅਦ 'ਚ ਫੈਸਲਾ ਹੋਇਆ ਕਿ ਉਹਨਾਂ ਤੋਂ ਬਾਅਦ ਵੀ ਗਦਰ ਜਿਹੜਾ ਪ੍ਰੈਸ ਸੀਗਾ ਉਹ ਛਪਦਾ ਰਿਹਾ ਹਾਲਾਂਕਿ ਇਹ ਕਲੈਕਟਿਵ ਮੂਵਮੈਂਟ ਸੀ ਬਟ ਇਸ ਕਲੈਕਟਿਵ ਮੂਵਮੈਂਟ ਦੇ ਵਿੱਚ ਸੋਹਣ ਸਿੰਘ ਭਕਨਾ ਦੇ ਜਾਣ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਕਿ ਖਲਾਅ ਪੈਦਾ ਹੋ ਗਿਆ ਜਦੋਂ ਕਾਮਾਗਾਟੋ ਮਾਰਾ 1914 ਦੇ ਵਿੱਚ ਕਾਮਾਗਾਟਾ ਮਾਰੂ ਲਹਿਰ ਦਾ ਸੋਰੀ ਮੈਂ ਲਹਿਰ ਬੋਲ ਬੈਠਿਆ ਕਿ ਇੰਸੀਡੈਂਟ ਸਾਕਾ ਵਾਪਰਦਾ ਜਦੋਂ ਜੁਲਾਈ 1914 ਨੂੰ ਕਾਮਾਗਾਟਾ ਮਾਰੂ ਜਹਾਜ਼ ਦੁਬਾਰਾ ਆਪਣਾ ਕੈਨੇਡਾ ਤੋਂ ਇੰਡੀਆ ਵੱਲੋਂ ਮੁੜਦਾ ਤਾਂ ਉਸ ਸਮੇਂ ਜਿਹੜੀ ਐਮੂਨੇਸ਼ਨ ਦੀ ਕੰਸਾਈਨਮੈਂਟ ਆ ਉਹ ਬਾਬਾ ਸੋਹਣ ਸਿੰਘ ਭਕਨਾ ਦੁਆਰਾ ਹੀ ਕਾਮਾਗਾਟਾ ਮਾਰੂ ਲਹਿਰ ਦੇ ਸੋਰੀ ਜਹਾਜ਼ ਦੇ ਜਿਹੜੇ ਪੈਸੰਜਰ ਸੀ ਉਹਨਾਂ ਨੂੰ ਦਿੱਤੀ ਗਈ ਸੀ ਸੋ ਬਾਬਾ ਜੀ ਆਪਣੇ ਉਸ ਸਮੇਂ ਦੇ ਜਿਹੜੇ ਪੈਸੰਜਰ ਸੀ ਉਹਨਾਂ ਦੇ ਵਿੱਚ ਵੀ ਜਾਣੇ ਪਛਾਣੇ ਨਾਮ ਸਨ ਫਿਰ ਜਦੋਂ ਜਾਪਾਨ ਦੇ ਵਿੱਚ ਰੁਕੇ ਨੇ ਉੱਥੇ ਜਾਪਾਨ ਦੀ ਜਿਹੜੀ ਅੰਬੈਸੀ ਦੇ ਰਾਹੀਂ ਜੋ ਜਰਮਨ ਕੌਂਸਲਰ ਸੀ ਉਹਨਾਂ ਨਾਲ ਮੁਲਾਕਾਤ ਵੀ ਹੋਈ ਆ ਕਾਮਾਗਾਟਾ ਮਾਰੂ ਜਹਾਜ਼ ਨੂੰ ਜੋ ਸੇਫ ਪੈਸਿਜ ਮਿਲਿਆ ਕਿਉਂਕਿ ਉਸ ਸਮੇਂ ਜੋ ਜਰਮਨ ਦੀ ਪਣਡੁੱਬੀ ਸੀ ਉਹ ਵੀ ਉੱਥੇ ਹੀ ਆਪਣਾ ਕਹਿ ਲਓ ਕਿ ਨੈਵੀਗੇਟ ਕਰ ਰਹੀ ਸੀ ਸੋ ਬਾਬਾ ਜੀ ਜਦੋਂ ਇੱਥੇ ਪਹੁੰਚਦੇ ਨੇ ਕੈਲਕਾਟਾ ਦੇ ਵਿੱਚ ਤਾਂ ਉਹਨਾਂ ਦੀ ਅਰੈਸਟ ਹੋ ਜਾਂਦੀ ਹੈ ਜਦੋਂ ਇੱਥੇ ਆਉਂਦੇ ਨੇ ਐਂਡ ਔਨ ਬੋਰਡ ਹੀ ਹੋਰ ਕਾਫੀ ਕਦਰੀ ਉਦੋਂ ਅਰੈਸਟ ਹੋ ਗਏ ਐਂਡ ਉਸ ਸਮੇਂ ਕਿਉਂਕਿ ਮਾਈਕਲ ਓਡਵਾਇਰ ਪੰਜਾਬ ਦਾ ਗਵਰਨਰ ਸੀ ਤਾਂ ਜੋ ਕਹਿ ਲਓ ਕਿ ਤੁਸੀਂ ਜੋ ਐਕਟ ਉਸ ਪਾਸ ਹੋਏ ਸਨ ਇੰਗਰਿਸ ਟੂ ਇੰਡੀਆ ਐਕਟ ਉਹਦੇ ਅਕੋਰਡਿੰਗਲੀ ਉਹ ਸਭ ਕੁਛ ਜਿੰਨੇ ਵੀ ਬਾਹਰੋਂ ਆ ਰਹੇ ਸਨ ਉਹਨਾਂ ਨੂੰ ਅਰੈਸਟ ਕਰਕੇ ਖਾਸ ਜਗ੍ਹਾ ਦੇ ਉੱਪਰ ਲੁਧਿਆਣੇ ਉਹਨਾਂ ਨੇ ਸੈੱਲ ਬਣਾਇਆ ਸੀ ਉੱਥੇ ਰੱਖ ਰਹੇ ਸਨ ਫਿਰ ਉਹਨਾਂ ਦੀ ਜਾਣ ਪਛਾਣ ਕਰਕੇ ਵੀ ਕਿਹੜਾ ਬੰਦਾ ਕਿਹੋ ਜਿਹਾ ਹੈਗਾ ਉਹਦੀ ਬੈਕਗਰਾਉਂਡ ਹੈ ਕਿਹਨੂੰ ਨਜ਼ਰਬੰਦ ਕਰਨਾ ਕਿਹਨੂੰ ਅਰੈਸਟ ਕਰਨਾ ਪੂਰੀ ਪੁਣ ਛਾਣ ਕਰਕੇ ਹੀ ਉਹ ਛੱਡ ਜਾਂ ਜੇਲ੍ਹ 'ਚ ਬੰਦ ਕਰ ਰਹੇ ਸਨ ਸੋ ਜਦੋਂ ਬਾਬਾ ਜੀ ਇੱਥੇ ਲੁਧਿਆਣੇ ਆਏ ਨੇ ਤਾਂ ਕਰਤਾਰ ਸਿੰਘ ਸਰਾਭਾ ਨਾਲ ਮੁਲਾਕਾਤ ਹੋਈ ਹੈ ਕੁਛ ਗੱਲਾਂ ਉਹਨਾਂ ਨੇ ਦੱਸੀਆਂ ਨੇ ਉਸ ਸਮੇਂ ਕਿ ਇਸ ਤਰ੍ਹਾਂ ਤੁਸੀਂ ਕਰਨਾ ਸਾਹਿਬ ਨੇ ਫੋਲੋ ਵੀ ਕੀਤੀਆਂ ਅਨਫੋਰਚੁਨੇਟਲੀ ਉਹਨਾਂ ਦਾ ਜਿਹੜਾ ਸਫ਼ਰ ਸੀਗਾ ਇਸ ਸਮੇਂ ਖਤਮ ਹੋ ਜਾਊਗਾ ਬਾਕੀ ਗਦਰ ਲਹਿਰ ਕਿਵੇਂ ਆਪਣਾ ਬਾਅਦ ਦੇ ਵਿੱਚ ਅਸਫਲ ਹੋਈ ਆ ਉਹ ਇੱਕ ਅਲੱਗ ਕਹਾਣੀ ਆ ਸੋ ਇੱਥੇ ਆਪਾਂ ਇੱਕ ਗੱਲ ਨੋਟ ਕਰਦੇ ਹਾਂ ਕਿ 1909 ਦੇ ਵਿੱਚ ਬਾਬਾ ਜੀ ਅਮੈਰੀਕਾ ਪਹੁੰਚਦੇ ਨੇ ਤੇ ਆਉਣ ਵਾਲੇ ਜਿਹੜੇ ਸਮਾਂ ਸੀ 4-5 ਸਾਲ ਦਾ ਉਹ ਆਪਣੇ ਘਰ ਦਾ ਕਰਜ਼ਾ ਵੀ ਉਤਾਰ ਚੁੱਕੇ ਸਨ ਆਪਣੀ ਜ਼ਮੀਨ ਜਿਹੜੀ ਸੀ ਉਹ ਸੁਰਖਰੂ ਕਰਾ ਚੁੱਕੇ ਸਨ ਤੇ ਇੱਕ ਕਹਿ ਲਓ ਕਿ ਚੰਗਾ ਇੱਕ ਅਸਰ ਰਸੂਖ ਵਾਲੇ ਇਨਸਾਨ ਵੀ ਅਮੈਰੀਕਾ ਦੇ ਵਿੱਚ ਬਣ ਚੁੱਕੇ ਸਨ ਸੋ ਇੱਕ ਛੋਟੀ ਗੱਲ ਨਹੀਂ ਸੀ ਕਿ ਉਸ ਸਮੇਂ ਬਾਬਾ ਸੋਹਣ ਸਿੰਘ ਭਕਨਾ ਸਮੇਤ ਬਹੁਤ ਸਾਰੇ ਜਿਹੜੇ ਗਦਰਾਈਟਸ ਸੀਗੇ ਉਹ ਆਪਣਾ ਚੰਗੇ ਘਰ ਬਾਰ
ਜਿਵੇਂ ਪਹਿਲਾਂ ਉਹਨਾਂ ਨੇ ਗੱਲ ਕੀਤੀ ਸੀਗੀ ਪੰਡਿਤ ਕਾਂਸ਼ੀ ਰਾਮ ਮੜੌਲੀ ਹੋਣਗੇ ਬਹੁਤ ਵੱਡੇ ਕੰਟਰੈਕਟਰ ਸਨ ਉਸ ਸਮੇਂ ਉਹਨਾਂ ਨੇ $10,000 ਦੇ ਕਰੀਬ ਕਦੇ ਪਾਰਟੀ ਨੂੰ ਫੰਡ ਵੀ ਕੀਤਾ ਸੀ ਤੇ ਇੱਥੇ ਆਣ ਕੇ ਉਹਨਾਂ ਨੂੰ ਫਾਂਸੀ ਸਜ਼ਾ ਮਿਲ ਗਈ। ਹੁਣ ਜਿਵੇਂ ਅਮੀਰ ਰਿਆਜ਼ ਸਾਹਿਬ ਦੀ ਮੈਂ ਇੱਕ ਆਪਣਾ ਪੜ੍ਹ ਰਿਹਾ ਸੀਗਾ ਕਿ ਉਹਨਾਂ ਨੇ ਲਿਖਿਆ ਸੀ ਕਿ 1915 ਦੇ ਵਿੱਚ ਜਿਹੜਾ ਫਸਟ ਲਾਹੌਰ ਕੌਨਸਪਰੇਸੀ ਕੇਸ ਚੱਲਿਆ ਉਹਦੇ ਵਿੱਚ ਬਾਬਾ ਸੋਹਣ ਸਿੰਘ ਭਕਨਾ ਜੀ ਨੂੰ ਉਸ ਸਮੇਂ ਜੋ ਆਪਣੇ ਇੰਡੀਆ ਦੇ ਵਾਇਸ ਰਾਏ ਸਨ ਉਹਨਾਂ ਦੇ ਸਾਹਮਣੇ ਜਦੋਂ ਇਹ ਕੇਸ ਪੇਸ਼ ਹੋਇਆ ਤਾਂ 24 ਗਦਰਾਈਟਸ ਦੇ ਵਿੱਚੋਂ ਉਹਨਾਂ ਨੇ ਸਿਰਫ 7 ਨੂੰ ਜੋ ਫਾਂਸੀ ਦੀ ਸਜ਼ਾ ਬਹਾਲ ਰੱਖੀ ਤੇ ਬਾਕੀਆਂ ਨੂੰ ਉਮਰ ਕੈਦ ਤਬਦੀਲ ਕਰ ਦਿੱਤਾ ਸੀ। ਸੋ ਜਦੋਂ ਆਪਣਾ ਇਹ ਸਜ਼ਾ ਚੇਂਜ ਹੋਈ ਤਾਂ ਅੰਡੇਮਾਨ ਨਿਕੋਬਾਰ ਆਈਲੈਂਡ ਦੇ ਵਿੱਚ ਮੈਂ ਬੜਾ ਟਾਈਮ ਨਹੀਂ ਲਵਾਂ ਕਿਉਂਕਿ ਜਲਦੀ ਹੀ ਇਹਨਾਂ ਨੇ ਪ੍ਰੋਗਰਾਮ ਖਤਮ ਕਰਨਾ, ਮੈਂ ਸ਼ਾਰਟ ਦੇ ਵਿੱਚ ਮੁਕਾਉਣ ਦੀ ਕੋਸ਼ਿਸ਼ ਕਰਾਂਗਾ। 6 ਸਾਲ ਦੀ ਜਿਹੜੀ ਉਹਨਾਂ ਦੀ ਕੈਦ ਸੀ ਉਹ ਅੰਡੇਮਾਨ ਨਿਕੋਬਾਰ ਦੇ ਵਿੱਚ ਰਹੀ, ਉੱਥੇ ਵੀ ਉਹਨਾਂ ਨੇ ਭੁੱਖ ਹੜਤਾਲ ਕੀਤੀ ਤੇ ਗਦਰੀਆਂ ਦੇ ਆਉਣ ਕਰਕੇ ਜਿਹੜਾ ਕਿ ਅੰਡੇਮਾਨ ਨਿਕੋਬਾਰ ਆਈਲੈਂਡ ਦੀ ਜਿਹੜੀ ਸੈਲੂਰਲ ਜੇਲ੍ਹ ਸੀ ਉੱਥੇ ਪ੍ਰੋਟੈਸਟ ਬਹੁਤ ਜ਼ਬਰਦਸਤ ਹੋਏ। ਉਸ ਸਮੇਂ ਦਾ ਜਿਹੜਾ ਜੇਲਰ ਸੀਗਾ ਉਸ ਸਮੇਂ ਮਿਸਟਰ ਬੈਰੀ, ਉਸਨੂੰ ਵੀ ਪਤਾ ਲੱਗਿਆ ਕਿ ਜਿਹੜਾ ਉਸਨੇ ਉੱਥੇ ਤਸ਼ੱਦਦ ਕੀਤਾ ਜਾਂਦਾ ਸੀਗਾ ਉਹਨਾਂ ਦਾ ਇਹਨਾਂ ਨੇ ਇੱਕ ਕਲੈਕਟਿਵ ਤਰੀਕੇ ਦੇ ਨਾਲ ਟਾਕਰਾ ਕੀਤਾ। ਸੋ ਜਦੋਂ ਉਹਨਾਂ ਦੀ ਉੱਥੋਂ ਰਿਹਾਈ ਹੋਈ ਫਿਰ ਉਹ ਆਪਣਾ ਕੋਇੰਬਾਟੂਰ ਯਰਬਦਾ ਜੇਲ੍ਹ ਦੇ ਵਿੱਚ ਰਹੇ, ਥੋੜ੍ਹਾ ਸਮਾਂ ਉਸੇ ਜੇਲ੍ਹ ਦੇ ਵਿੱਚ ਵੀ ਰਹੇ ਜਿੱਥੇ ਮਹਾਤਮਾ ਗਾਂਧੀ ਵੀ ਬੰਦ ਸਨ। ਸੋ ਇਹਨਾਂ ਨੇ ਆਪਣਾ ਜੇਲ੍ਹ ਦੇ ਵਿੱਚ ਜੋ ਪਗੜੀ ਬੰਨਣ ਦਾ ਜਿਹੜਾ ਰਾਈਟ ਸੀਗਾ ਉਹਦੇ ਵਾਸਤੇ ਭੁੱਖ ਹੜਤਾਲ ਰੱਖੀ। ਫਿਰ ਆਪਣਾ ਜਦੋਂ 1900 ਅਸੀਂ ਦੇਖਦੇ ਹਾਂ 1930 ਦਾ ਸਮਾਂ ਆਉਂਦਾ, ਐਂਡ ਇੱਕ ਹੋਰ ਗੱਲ ਨੋਟ ਕਰਨ ਵਾਲੀ ਹੈ, ਜਿਹੜੀ ਉਹਦੀ ਰਾਮ ਕਹਾਣੀ ਹੈ ਉਹਨਾਂ ਨੇ ਜੇਲ੍ਹ ਦੇ ਵਿੱਚ ਲਿਖੀ, ਜੇਲ੍ਹ ਦੇ ਵਿੱਚ ਵੀ ਉਸ ਸਮੇਂ ਤੇ ਲਿਖੀ ਜਦੋਂ ਉਹਨਾਂ ਕੋਈ ਹੋਰ ਵੀ ਸੋਰਸ ਨਹੀਂ, ਸਿਰਫ ਆਪਣੀ ਦਿਮਾਗੀ ਯਾਦ ਸ਼ਕਤੀ ਦੇ ਦਮ ਦੇ ਉੱਪਰ ਉਹਨਾਂ ਨੇ ਲਿਖਿਆ। ਐਂਡ ਉਹਨਾਂ ਦੀ ਰਾਮ ਕਹਾਣੀ ਦੇ ਵਿੱਚ ਸਾਰੀਆਂ ਘਟਨਾਵਾਂ ਬਿਲਕੁਲ ਹੂਬਹੂ ਸੱਚ ਨੇ। ਸਿਰਫ ਇੱਕ GD ਕੁਮਾਰ, ਸ਼ਾਇਦ ਉਹ ਪਬਲੀਕੇਸ਼ਨ ਦੇ ਵਿੱਚ ਗਲਤੀ ਰਹਿ ਗਈ ਹੋਵੇਗੀ, ਉਹਨੂੰ DZ ਕੁਮਾਰ ਲਿਖਿਆ ਗਿਆ, ਜੇ ਤੁਸੀਂ ਹਿਸਟੋਰੀਕਲ ਡਾਕੂਮੈਂਟਸ ਦੇ ਨਾਲ ਮੇਲ ਮਿਲਾਪ ਕਰਦੇ ਹੋ ਤਾਂ ਬਿਲਕੁਲ ਹੀ ਘਟਨਾਵਾਂ ਹਿਸਟੋਰੀਕਲ ਪਰਸਪੈਕਟਿਵ ਤੋਂ ਸੱਚ ਸਾਬਤ ਮਿਲਦੀਆਂ ਨੇ। ਤੇ ਜੋ ਉਹਨਾਂ ਨੇ ਉਸ ਸਮੇਂ ਜਿਸ ਗਹਿਰਾਈ ਦੇ ਨਾਲ ਜੋ ਬਿਆਨ ਕੀਤਾ ਵਾ ਹਿਸਟੋਰੀਕਲ ਘਟਨਾਕ੍ਰਮ ਉਸ ਦੌਰ ਦਾ, ਉਹ ਲਾਜਵਾਬ ਹੈਗਾ ਉਹ ਬਿਆਨ ਕਰਨਾ, ਕਿਉਂਕਿ ਜੇਲ੍ਹ ਦੇ ਵਿੱਚ ਨਾ ਤਾਂ ਉਹਨਾਂ ਦੀ ਕੋਈ ਸੋਚ ਸੀ ਤੇ ਇੱਕ ਗੁਪਤ ਤਰੀਕੇ ਦੇ ਨਾਲ ਉਹਨਾਂ ਨੇ ਇਹ ਪੂਰੀ ਆਪਣੀ ਰਾਮ ਕਹਾਣੀ ਲਿਖੀ ਸੀ। ਹੁਣ ਇੱਥੇ ਇੱਕ ਦੌਰ ਨਵਾਂ ਸ਼ੁਰੂ ਹੁੰਦਾ ਕਿ ਬਾਬਾ ਸੋਹਣ ਸਿੰਘ ਭਕਨਾ ਜਦੋਂ 1930 ਦੇ ਵਿੱਚ ਰਿਹਾ ਹੁੰਦੇ ਆ, ਕਾਫੀ ਫਰੇਲ ਲੁਕਿੰਗ ਇਨਸਾਨ ਸਨ ਉਹ, ਤਾਂ ਜਦੋਂ ਉਹ ਆਪਣੇ ਪਿੰਡ ਪਹੁੰਚਦੇ ਰਿਹਾ ਹੁੰਦੇ ਨੇ ਤਾਂ ਆਪਣਾ ਕਾਫੀ ਉਹਨਾਂ ਦਾ ਅੰਮ੍ਰਿਤਸਰ ਦੇ ਵਿੱਚ ਇੱਕ ਇੱਜ਼ਤ ਮਾਣ ਦੇ ਰਾਹੀਂ ਜਲੂਸ ਦੇ ਰਾਹੀਂ ਸ਼੍ਰੋਮਣੀ ਕਮੇਟੀ ਵੀ ਪਾਰਟੀਸਪੇਟ ਕਰਦੀ ਆ ਉਸ ਸਮੇਂ, ਤਾਂ ਉਹਨੂੰ ਪਿੰਡ ਲਿਆਂਦਾ ਜਾਂਦਾ। ਬਾਬਾ ਸੋਹਣ ਸਿੰਘ ਭਕਨਾ ਦੇਖੋ ਕਿ ਆਪਣਾ ਇੱਕ ਬਜ਼ੁਰਗ ਜਦੋਂ ਪਿੰਡ ਦੇ ਵਿੱਚ ਐਂਟਰ ਕਰਦਾ ਤਾਂ ਉਹ ਗਲੀਆਂ ਵੀ ਭੁੱਲ ਚੁੱਕਿਆ ਹੁੰਦਾ, ਉਹਨੂੰ ਨਵੀਂ ਪੀੜ੍ਹੀ ਆ ਚੁੱਕੀ ਆ, ਨਾਮ ਭੁੱਲ ਚੁੱਕੇ ਹੁੰਦੇ ਆ, ਮਾਤਾ ਜੀ ਜਿਸ ਦੁਨੀਆਂ ਤੋਂ ਜਾ ਚੁੱਕੇ ਹੁੰਦੇ ਨੇ, ਧਰਮ ਪਤਨੀ ਘਰ ਦੇ ਵਿੱਚ ਆ। ਸੋ ਥੋੜ੍ਹਾ ਸਮਾਂ ਲੱਗਦਾ ਉਹਨਾਂ ਨੂੰ ਫੇਰ ਲੁਕਿੰਗ ਇਨਸਾਨ, ਪਰ ਹਾਲੇ ਵੀ ਗੌਰਮੈਂਟ ਜੋ ਉਹਨਾਂ ਦੇ ਉੱਪਰ ਆਪਣੀ CID ਨਜ਼ਰ ਰੱਖ ਰਹੀ ਹੈ। ਅੰਮ੍ਰਿਤਸਰ ਖਾਲਸਾ ਕਾਲਜ ਦੇ ਸਾਹਮਣੇ ਉਹ ਇੱਕ ਦੁੱਧ ਦੀ ਡੇਅਰੀ ਸ਼ੁਰੂ ਕਰਦੇ ਆ, ਫਿਰ ਹੌਲੀ ਹੌਲੀ ਜੋ ਉਸ ਸਮੇਂ ਗਦਰ ਪਾਰਟੀ ਅਮਰੀਕਾ ਦੇ ਵਿੱਚ ਐਗਜਿਸਟ ਕਰ ਰਹੀ ਹੈ ਉਹਨਾਂ ਨਾਲ ਵੀ ਸੰਪਰਕ ਹੁੰਦਾ, ਉਹ ਆਪੇ ਸੰਪਰਕ ਕਰਦੇ ਨੇ। ਬਾਬਾ ਜੀ ਇੱਕ ਫਿਰ ਇੱਕ ਕਹਿ ਲਓ ਕਿ ਇੱਕ ਲਿੰਕ ਦੇ ਤੌਰ ਤੇ ਪੰਜਾਬ ਦੇ ਵਿੱਚ ਕੰਮ ਸ਼ੁਰੂ ਕਰ ਦਿੰਦੇ। ਪਹਿਲਾਂ ਉਹ ਕਾਂਗਰਸ ਦੇ ਮੈਂਬਰ ਬਣਦੇ ਨੇ, ਫਿਰ ਕਾਂਗਰਸ ਦੇ ਨੀਤੀਆਂ ਦੇ ਨਾਲ ਸੈਟਿਸਫਾਈ ਨਹੀਂ ਹੁੰਦੇ ਤਾਂ ਫਿਰ ਉਸਨੂੰ ਛੱਡ ਦਿੰਦੇ ਨੇ। ਈਵਨ ਜਦੋਂ ਭਗਤ ਸਿੰਘ ਦੇ ਜਿਹੜੇ ਆਪਣੇ ਮੋਹਰੀ ਹੁੰਦੇ ਨੇ ਉਹ ਇੱਕ ਬਲੈਕ ਜਿਹੜਾ ਗੁਲਾਬ ਦਾ ਫੁੱਲ ਉਹ ਭੇਂਟ ਕਰਦੇ ਨੇ, ਵਿਰੋਧ ਵੀ ਕਰਦੇ ਨੇ ਬਾਬਾ ਸੋਹਣ ਸਿੰਘ ਭਕਨਾ ਉਹਨਾਂ ਦਾ। ਸੋ ਬਾਬਾ ਜੀ ਇਸ ਸਮੇਂ ਜਿਹੜੇ ਆਪਣੇ ਕਿਰਤੀ ਕਿਸਾਨ ਪਾਰਟੀ ਨਾਲ ਜੁੜ ਚੁੱਕੇ ਹੁੰਦੇ ਨੇ, ਕਿਸਾਨੀ ਮੂਵਮੈਂਟ ਦੇ ਵਿੱਚ ਉਹਨਾਂ ਦਾ ਪਾਰਟੀ ਦਖਲ ਹੈਗਾ। ਫਿਰ ਸ਼੍ਰੋਮਣੀ ਕਮੇਟੀ ਦੇ ਜਦੋਂ ਇਲੈਕਸ਼ਨ ਹੁੰਦੀਆਂ ਨੇ ਤਾਂ ਜਿਹੜਾ ਬਾਬਾ ਬੋਰਡ ਬਣਦਾ ਉਹਦੇ ਪ੍ਰਧਾਨ ਬਣਾਏ ਜਾਂਦੇ ਨੇ, ਤਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਉਹਨਾਂ ਦਾ ਇੱਕ ਕਹਿ ਲਓ ਕਿ ਐਕਟਿਵ ਰੋਲ ਰਿਹਾ। ਫਿਰ ਜਿਹੜਾ ਹਰਸ਼ਾ ਸ਼ੀਨਾ ਮੋਗਾ ਮੋਰਚਾ ਜਿਹਦੇ ਵਿੱਚ ਗਵਰਨਮੈਂਟ ਆਫ ਉਸ ਸਮੇਂ ਦੀ ਇੰਡੀਆ ਗਵਰਨਮੈਂਟ ਨੇ ਪਾਣੀ ਦੇ ਜਿਹੜੇ ਆਊਟਲੈਟ ਸੀ ਉਹਨਾਂ ਦਾ ਜਿਹੜਾ ਨਿਕਾਸ ਸੀ ਉਹ ਘੱਟ ਕਰ ਦਿੱਤਾ ਸੀ, ਉਹਦੇ ਖਿਲਾਫ਼ ਇੱਕ ਬੜਾ ਜ਼ਬਰਦਸਤ ਮੂਵਮੈਂਟ ਚੱਲਿਆ ਉਸ ਸਮੇਂ ਦੇ ਵਿੱਚ, ਉਹਦੇ 'ਚ ਪਾਰਟੀਸਪੇਟ ਕਰਦੇ ਆ ਜਲਿਆਂਵਾਲੇ ਬਾਗ ਨੂੰ ਉਸ ਮੂਵਮੈਂਟ ਦਾ। ਇਹ 1938 ਦੀ ਗੱਲ ਆ, 1938 ਦੀ ਗੱਲ ਮੈਂ ਕਰ ਰਿਹਾ ਜਦੋਂ ਇਹ ਮੂਵਮੈਂਟ ਅੰਮ੍ਰਿਤਸਰ ਦੇ ਵਿੱਚ ਚੱਲਿਆ, ਉਹਦੇ ਵਿੱਚ ਸਾਰੀਆਂ ਪਾਰਟੀਆਂ ਪਾਰਟੀਸਪੇਟ ਕਰ ਰਹੀਆਂ, ਕਾਂਗਰਸ, ਅਕਾਲੀ, ਈਵਨ ਯੂਨੀਅਨਿਸਟ ਪਾਰਟੀ। ਤਾਂ ਉਹ ਹਰਸ਼ਾ ਸ਼ਿੰਨਾ ਮੋਗਾ ਮੋਰਚਾ ਉਹਦੇ ਵਿੱਚ ਬਾਬਾ ਸੋਹਣ ਸਿੰਘ ਜਦੋਂ ਲੀਡ ਕਰਦੇ ਨੇ ਅੰਮ੍ਰਿਤਸਰ ਦੇ ਵਿੱਚ ਤਾਂ ਇਹਨਾਂ ਨੂੰ ਲਾਠੀਚਾਰਜ ਕੀਤਾ ਜਾਂਦਾ, ਤਾਂ ਬਹੁਤ ਗਰਮੀ ਦੀ ਰੁੱਤ ਜੁਲਾਈ ਦਾ ਮਹੀਨਾ ਹੁੰਦਾ ਤਾਂ ਬਜ਼ੁਰਗ ਨੂੰ ਜੋ ਡਾਂਗਾਂ ਨਾਲ ਕੁੱਟਿਆ ਜਾਂਦਾ ਤਾਂ ਉਹਨਾਂ ਦਾ ਕਹਿ ਲਓ ਕਿ, ਪਰ ਫਿਰ ਵੀ ਸਿਰ ਨਹੀਂ
ਉਹਨਾਂ ਦਾ ਬੋਲਦਾ ਕਿਤੇ। ਫਿਰ ਇਕਦੌਰ ਆਉਂਦਾ, ਫਿਰ ਉਹਨਾਂ ਨੂੰ ਸਾਲ ਦੇ ਲਈ ਜੇਲ੍ਹ 'ਚ ਬੰਦ ਕੀਤਾ ਜਾਂਦਾ ਹੈ। 1943 ਦੇ ਵਿੱਚ ਜਦੋਂ ਆਲ ਇੰਡੀਆ ਕਿਸਾਨ ਸਭਾ ਦਾ ਜਿਹੜਾ ਸਮਾਗਮ ਭਕਨਾ ਪਿੰਡ ਵਿੱਚ ਕੀਤਾ ਜਾਂਦਾ, ਤਾਂ ਉਸ ਸਮੇਂ ਉਹਨਾਂ ਨੂੰ ਰਿਹਾਈ ਮਿਲਦੀ ਹੈ, ਕਿਉਂਕਿ ਆਲ ਇੰਡੀਆ ਕਿਸਾਨ ਸਭਾ 1936 ਦੇ ਵਿੱਚ ਬਣ ਚੁੱਕੀ ਹੁੰਦੀ ਹੈ। ਤੇ ਬਾਬਾ ਸੋਹਣ ਸਿੰਘ ਭਕਨਾ ਇੱਕ ਵੈਲ ਕਹਿ ਲਓ ਕਿ ਰਿਸਪੈਕਟਡ ਨਾਮ ਉਸ ਸਮੇਂ ਬਣ ਚੁੱਕੇ ਸਨ। ਈਵਨ ਉਹਨਾਂ ਨੇ ਇੱਕ ਕਿਸਾਨ ਸਭਾ ਦੀ ਪ੍ਰਧਾਨਗੀ ਵੀ ਕੀਤੀ। ਤਾਂ ਬਾਬਾ ਜਦੋਂ ਰਿਹਾ ਹੁੰਦੇ ਨੇ, ਭਕਨਾ ਪਿੰਡ ਆਉਂਦੇ ਨੇ, ਚੰਗਾ ਮਾਣ ਕੀਤਾ ਜਾਂਦਾ ਉਹਨਾਂ ਦਾ ਉੱਥੇ। ਫਿਰ ਉਹਨਾਂ ਦਾ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਵਿੱਚ ਕਹਿ ਲਓ ਕਿ ਇੱਕ ਸਰਕਾਰ ਦਾ ਰੋਲ ਸ਼ੁਰੂ ਹੁੰਦਾ। ਹਾਲਾਂਕਿ ਬਜ਼ੁਰਗ ਹੋ ਚੁੱਕੇ ਆ, ਪਿੰਡ ਹੀ ਰਹਿੰਦੇ ਆ, ਪਿੰਡ ਇੱਕ ਆਪਣਾ ਆਸ਼ਰਮ ਬਣਾਉਂਦੇ ਨੇ, ਉੱਥੇ ਇੱਕ ਗਰਲਜ਼ ਸਕੂਲ ਓਪਨ ਕਰਦੇ ਨੇ। ਫਿਰ ਖੇਤੀਬਾੜੀ ਦਾ ਨਵਾਂ ਜਿਹੜਾ ਟਾਂਗਾ ਜਿਹੜਾ ਉਹ ਅਮੈਰੀਕਾ ਤੋਂ ਉਹਨਾਂ ਨੇ ਜੋ ਵੀ ਜਾਣਕਾਰੀ ਸੀ ਉਹਦੇ ਤਰੀਕੇ ਨਾਲ ਚਲਾਉਂਦੇ ਨੇ। ਇੱਕ ਬੇਟੀ ਨੂੰ ਗੋਦ ਲਿਆ, ਉੱਥੇ ਉਹਨਾਂ ਨੇ ਪਰਵਰਿਸ਼ ਕੀਤੀ ਆਪਣੀ ਉਹਨਾਂ ਦੀ। ਸੋ 1968 ਆਉਂਦਿਆਂ ਆਉਂਦਿਆਂ ਤਾਂ ਕਿਉਂਕਿ ਦੇਸ਼ ਆਜ਼ਾਦ ਵੀ ਹੋ ਚੁੱਕਿਆ, ਪਰ ਇੱਕ ਗੱਲ ਮੰਨਣ ਵਾਲੀ ਹੈ ਕਿ ਉਸ ਲਹਿਰ ਦੇ ਚਲਾ ਕੇ ਲਹਿਰ ਚਲੋ ਅਸਫਲ ਹੋ ਗਈ, ਬਟ ਪੰਡਿਤ ਜਵਾਹਰ ਲਾਲ ਨਹਿਰੂ ਉਹਨਾਂ ਦਾ ਬਹੁਤ ਇੱਜ਼ਤ ਮਾਣ ਕਰਦੇ ਸਨ। ਲਾਹੌਰ ਦੇ ਵਿੱਚ ਇੱਕ ਵਾਕਿਆ ਕਿ ਜਦੋਂ ਇੱਕ ਵਾਰੀ ਪੰਡਿਤ ਜੀ ਆਏ ਤਾਂ ਉਸ ਸਮੇਂ ਜਿਹੜੀ ਕਾਂਗਰਸ ਪਾਰਟੀ ਸੀ ਉਹਨਾਂ ਨੇ ਇੱਕ ਸਮਾਗਮ ਰੱਖਿਆ ਸੀ ਉਹਨਾਂ ਦੀ ਆਪਣਾ ਵੈਲਕਮ ਦੇ ਵਿੱਚ। ਦੇਸ਼ ਉਦੋਂ ਆਜ਼ਾਦ ਹੋ ਰਿਹਾ ਸੀ, ਉਸ ਥੋੜ੍ਹਾ ਟਾਈਮ ਪਹਿਲਾਂ ਦੀ ਗੱਲ ਆ। ਤਾਂ ਉਹਨਾਂ ਨੇ ਦੇਖਿਆ ਕਿ ਸੋਹਣ ਸਿੰਘ ਭਕਨਾ ਦਰੀ ਦੇ ਥੱਲੇ ਬੈਠੇ ਹੋਏ ਆ, ਤਾਂ ਉਹਨਾਂ ਨੇ ਕਿਹਾ ਵੀ ਮੈਂ ਉਹਨਾਂ ਦੇ ਸਾਹਮਣੇ ਕੁਰਸੀ 'ਤੇ ਨਹੀਂ ਬੈਠ ਸਕਦਾ। ਉਹਨਾਂ ਨੇ ਆਪਣੀ ਕੁਰਸੀ ਉਹਨਾਂ ਨੂੰ ਦਿੱਤੀ ਬੈਠਣ ਵਾਸਤੇ, ਅਤੇ ਪ੍ਰਬੰਧਕਾਂ ਨੇ ਇੱਕ ਕੁਰਸੀ ਹੋਰ ਲਗਾਈ। ਸੋ ਸੱਚ ਕਾਇੰਡ ਆਫ ਪਰਸਨ ਹੀ ਵਾਸ, ਕਿ ਉਹਨਾਂ ਦਾ ਜਿਹੜਾ ਰਿਗਾਰਡ ਸੀ। ਈਵਨ ਬਾਬਾ ਜੀ ਬਾਅਦ 'ਚ ਵੀ ਦਿੱਲੀ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਿਲੇ ਆ, ਜੋ ਤੇਜਾ ਸਿੰਘ ਸੁਤੰਤਰ ਹੋਣ ਦੇ ਵਾਰੰਟ ਉਹਨਾਂ ਨੇ ਕੈਂਸਲ ਕਰਵਾਏ ਨੇ। ਫਿਰ ਆਪਾਂ ਦੇਖਦੇ ਹਾਂ ਕਿ ਪ੍ਰਤਾਪ ਸਿੰਘ ਕੈਰੋਂ ਬਹੁਤ ਰਿਗਾਰਡ ਕਰਦੇ ਰਹੇ ਆ ਬਾਬਾ ਜੀ ਨੂੰ। ਉਹਨਾਂ ਨੇ ਸੋਲਨ ਦੇ ਵਿੱਚ ਰਹਿਣ ਵਾਸਤੇ ਕਿਹਾ ਕਿ ਤੁਹਾਨੂੰ ਆਪਾਂ ਉੱਥੇ ਜਗ੍ਹਾ ਦੇ ਦਿੰਦੇ, ਉਸਨੂੰ ਉੱਥੇ ਰਹੋ, ਸਿਹਤ ਅਲਾਓ ਨਹੀਂ ਕਰਦੀ, ਬਟ ਉਹਨਾਂ ਨੇ ਬਿਲਕੁਲ ਮਨਾ ਕਰ ਦਿੱਤਾ। ਈਵਨ ਜਿਹੜੀ ਆਜ਼ਾਦੀ ਘੁਲਾਟਿਆਂ ਦੀ ਪੈਨਸ਼ਨ ਮਿਲਦੀ ਸੀਗੀ ਉਸ ਸਮੇਂ, ਉਹਨਾਂ ਨੇ ਉਹ ਵੀ ਨਹੀਂ ਲਈ। ਸੋ ਜੇ ਤੁਸੀਂ ਬਾਬਾ ਸੋਹਣ ਸਿੰਘ ਭਕਨਾ ਦੀ ਲਾਈਫ ਨੂੰ ਦੇਖੋਗੇ ਤਾਂ ਵੈਲ ਸਟਰੇਟ ਲਾਈਨ ਚੱਲਣ ਵਾਲੇ ਬੰਦੇ, ਕਿ ਜੋ ਉਹਨਾਂ ਨੇ ਤਹੱਈਆ ਕਰ ਲਿਆ ਸੋ ਕਰ ਲਿਆ, ਉਸ ਤੋਂ ਬਾਅਦ ਪਿੱਛੇ ਨਹੀਂ ਹਟਿਓ। ਦੇਸ਼ ਭਗਤ ਦੀ ਯਾਦਗਾਰ ਜੋ ਹਾਲ ਆ, ਉਹਦੀ ਸਥਾਪਨਾ ਦੇ ਵਿੱਚ ਉਹਨਾਂ ਨੇ ਆਪਣਾ ਕੰਟਰੀਬਿਊਸ਼ਨ ਕੀਤਾ। ਤਾਂ ਇੱਕ ਇਹੋ ਜਿਹੀ ਲਾਈਫ ਉਹਨਾਂ ਨੇ ਜੀ ਆ, ਜਿਹੜੀ ਕਿ ਇੱਕ ਬਹੁਤ ਹੀ ਪਰਪਸਫੁਲ ਲਾਈਫ ਸੀਗੀ। 40 ਸਾਲ ਤੋਂ ਬਾਅਦ ਦੀ ਜਿਹੜੀ ਉਮਰ ਸੀ, ਉਹਨਾਂ ਦੀ ਆਪਣੀ ਜਿਹੜੀ ਜ਼ੁਬਾਨੀ ਆ ਕਿ ਮੈਂ ਇੰਨੀ ਜ਼ਿੰਦਗੀ ਆਪਣੀ ਇਸ ਤਰੀਕੇ ਦੇ ਨਾਲ ਬਤੀਤ ਕੀਤੀ ਆ। ਐਂਡ ਇੱਕ ਬਹੁਤ ਵੱਡਾ ਨਾਮ ਨੇ ਅੱਜ ਤੋਂ, ਬਾਬਾ ਸੋਹਣ ਸਿੰਘ ਭਕਨਾ ਦਾ ਗੀਤਾਂ ਵਿੱਚ ਜ਼ਿਕਰ ਆਉਂਦਾ, ਅਖਬਾਰਾਂ ਦੇ ਜ਼ਿਕਰ ਆਉਂਦਾ, ਜਿਹੜੇ ਪੰਜਾਬ ਦਾ ਆਮ ਯੂਥ ਹੈ ਉਹਨਾਂ ਦੇ ਬਾਰੇ ਪੁੱਛਦਾ, ਉਹਨਾਂ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ, ਤਾਂ ਤੁਸੀਂ ਦੇਖੋ ਕਿ ਇੱਕ ਨਵਾਂ ਹਿਸਟੋਰੀਅਨ ਜਾਂ ਕਹਿ ਲਓ ਕਿ ਇਤਿਹਾਸ ਦੇ ਵਿੱਚ ਇੱਕ ਨਵਾਂ ਦੌਰ ਸ਼ੁਰੂ ਹੋ ਰਿਹਾ ਪੰਜਾਬ 'ਚ, ਜਿਹੜਾ ਕਿ ਪੰਜਾਬ ਦੇ ਜਿਹੜੇ ਇਤਿਹਾਸ ਦੇ ਪਰਛਾਵਿਆਂ ਨੂੰ ਨਾਲ ਲੈ ਕੇ ਅੱਜ ਵਰਤਮਾਨ 'ਚ ਗੱਲ ਕਰ ਰਿਹਾ। ਜਿਹੜਾ ਅੱਜ ਜੋ ਪ੍ਰੈਜ਼ੈਂਟ ਐਜੂਕੇਸ਼ਨ ਵੀ ਚੱਲ ਰਿਹਾ, ਉਹ ਕਿਤੇ ਨਾ ਕਿਤੇ ਪੰਜਾਬ ਦੀ ਉਸੇ ਵਿਰਾਸਤ ਨੂੰ ਦੁਬਾਰਾ ਸੁਰਜੀਤ ਕਰ ਰਿਹਾ, ਜਿਹੜੀ ਕਿ ਇੱਕ ਲੇਬਲ ਲੱਗ ਚੁੱਕਿਆ ਸੀਗਾ ਕਿ ਪੰਜਾਬ ਹੁਣ ਰਿਸਿਸਟ ਨਹੀਂ ਕਰ ਸਕਦਾ। ਸੋ ਮੈਂ ਇੰਨੀਆਂ ਗੱਲਾਂ ਕਹਿੰਦੇ ਹੋਏ ਮੈਂ ਚੱਟਾ ਸਾਹਿਬਾ ਤੋਂ ਧੰਨਵਾਦ ਕਰਦਾ ਕਿ ਜਿੰਨੇ ਵੀ ਆਪਣੇ ਮੇਰੇ ਤੋਂ ਬਹੁਤ ਸੀਨੀਅਰ ਨੇ, ਗਿਆਨਵਾਨ ਨੇ, ਮੈਂ ਬਹੁਤ ਛੋਟਾ ਹੈਗਾ ਉਹਨਾਂ ਤੋਂ, ਤੇ ਜੇ ਕੋਈ ਸੁਝਾਅ ਹੈਗਾ ਤਾਂ ਪਲੀਜ਼ ਆਪਾਂ ਗੱਲਬਾਤ ਕਰ ਸਕਦੇ ਹਾਂ ਉਹਨਾਂ ਦੇ ਰਾਹੀਂ। ਬਹੁਤ ਬਹੁਤ ਸ਼ੁਕਰੀਆ ਚੱਟਾ ਸਾਹਿਬ। ਜਨਾਬੇ ਅਲੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਜ਼ਬਰਦਸਤ ਲੈਕਚਰ ਸੀ, ਤੇ ਇਹਦੇ ਸਟੂਡੈਂਟ ਆ ਹਿਸਟਰੀ ਦੇ ਸਾਡੇ ਵਾਸਤੇ ਤੇ ਬਹੁਤ ਜ਼ਬਰਦਸਤ ਲੈਕਚਰ ਰਿਹਾ। ਮੈਂ ਬਾਬਾ ਜੀ ਸੋਹਣ ਸਿੰਘ ਭਕਨਾ ਉਹਨਾਂ ਦਾ ਇੱਕ ਇੰਟਰਵਿਊ ਸੁਣਦਾ ਸਾ ਪਿਆ, ਤੇ ਉਹਦੇ ਵਿੱਚ ਉਹ ਇੱਕ ਤੇ ਜਿਹੜੀ ਗੱਲ ਬਾਬਾ ਜੀ ਮਖਸੂਸ ਸਾਕਬ ਹੋਰਾਂ ਨੇ ਕਹੀ, ਉਹਨਾਂ ਨੇ ਉਹਦੇ ਚ ਇਹ ਆਖਿਆ ਕਿ ਸਾਨੂੰ ਉਹ ਕਹਿੰਦੇ ਸਨ ਕਿ ਤੁਸੀਂ ਬੰਦੇ ਨਹੀਂ ਹੋ, ਭੇਡਾਂ ਹੋ, ਤੇ ਜਿੰਨੇ ਲੋਕ ਤੁਹਾਡੇ ਤੇ ਜਿਹੜੇ ਲੋਕ ਤੁਹਾਡੇ ਤੇ ਕਰਦੇ ਪਏ ਨੇ ਹਕੂਮਤ, ਅਗਰ ਇੰਨੀਆਂ ਭੇਡਾਂ ਹੋਣ ਤੇ ਤਾਂ ਵੀ ਉਹਦੇ ਤੇ ਕਬਜ਼ਾ ਨਹੀਂ ਕਰ ਸਕਦੇ ਤੇ ਤੁਸੀਂ ਬੰਦੇ ਹੋ ਕੇ ਕਬਜ਼ਾ ਕਰਾਇਆ। ਤੇ ਇੱਕ ਗੱਲ ਉਹਨਾਂ ਦੀ ਮੇਰੇ ਜ਼ਿਹਨ ਵਿੱਚ ਇਹ ਵੀ ਆਉਂਦੀ ਕਿ ਇੱਕ ਇੰਟਰਵਿਊ 'ਚ ਇੱਕ ਗੱਲਬਾਤ ਕਰਦੇ ਹੋਇਆ ਉਹਨਾਂ ਨੇ ਆਖਿਆ ਸੀ ਕਿ ਮੇਰੇ ਨੱਕ ਦਾ ਜਿਹੜਾ ਕੁੱਬ ਨਿਕਲਿਆ ਨਾ, ਇਹ ਅੰਗਰੇਜ਼ ਨਹੀਂ ਕੱਢ ਸਕੇ, ਬਲਕਿ ਉਹਨਾਂ ਤੋਂ ਮਗਰੋਂ ਜਿਹੜੇ ਬਚੇ ਸਨ ਉਹਨਾਂ ਨੇ ਕੱਢਿਆ, ਤੇ ਇਸ ਆਜ਼ਾਦੀ ਵਾਸਤੇ ਅਸੀਂ ਨਹੀਂ ਸਾਂ ਲੜੇ ਜਿਹੜੀ ਇੱਥੇ ਆ। ਤੇ ਮੈਂ ਤੁਹਾਡੇ ਸਾਹਮਣੇ ਇਹ ਗੱਲ ਰੱਖਾਂਗਾ ਕਿ ਅੱਜ ਦੀ ਜਿਹੜੀ ਸਿਚੁਏਸ਼ਨ ਹੈ ਉਹਦੇ ਨਾਲ ਬਾਬਾ ਜੀ ਦਾ ਜਿਹੜਾ ਵਿਜ਼ਨ ਸੀ, ਬਾਅਦ ਵਿੱਚ ਵੀ ਜਿਹੜੀ ਉਹ ਗੱਲ ਕਰਦੇ ਰਹੇ ਕਿ ਜਿਹੜਾ ਕੁੱਬ ਨਿਕਲਿਆ ਇਹਨਾਂ ਨੇ ਕੱਢਿਆ ਵਾ, ਅੰਗਰੇਜ਼ ਸਾਡਾ ਕੁੱਬ ਨਹੀਂ ਕੱਢ ਸਕਿਆ, ਉਹ ਅੱਜ ਦੀ ਗੱਲਬਾਤ ਆਜ਼ਾਦ ਹੋ ਗਿਆ। ਤਾਂ ਦੇਖੋ ਉਸ ਤੋਂ ਬਾਅਦ ਵੀ ਉਹਨਾਂ ਨੂੰ ਅਰੈਸਟ ਕੀਤਾ ਗਿਆ,
ਉਹ ਯੌਲ ਕੈਂਪ ਦੇ ਵਿੱਚ ਨਜ਼ਰਬੰਦ ਰਿਹਾ ਤੇ ਉੱਥੇ ਹੀ ਜਿਹੜਾ ਤੁਸੀਂ ਕੁੱਬ ਦੀ ਗੱਲ ਕੀਤੀ ਪਿਆ ਉਹਨਾਂ ਨੂੰ ਆਜ਼ਾਦੀ ਤੋਂ ਬਾਅਦ ਵੀ ਨਜ਼ਰਬੰਦ ਰਹੇ ਨੇ, ਉਹ ਜੇਲ੍ਹ ਦੇ ਵਿੱਚ ਕੈਦ ਰਹੇ ਨੇ। ਜੀ, ਸੋ ਜਸਬੀਰ ਸਿੰਘ ਹੋਰਾਂ ਨੇ ਵੀ ਗੱਲ ਕੀਤੀ। ਮੇਰਾ ਖਿਆਲ ਬਾਬਾ ਜੀ ਸਾਡੇ ਨਾਲ ਮੌਜੂਦ ਨੇ। ਬਾਬਾ ਜੀ ਤੁਸੀਂ ਸਾਨੂੰ ਸੁਣ ਰਹੇ ਹੋ? ਜੀ, ਬਿਲਕੁਲ ਸੁਣ ਰਿਹਾ। ਥੋੜੀ ਜੀ ਗੱਲ ਹਾਂ ਐਡ ਕਰਨੀ ਚਾਹਨਾ, ਜੀ 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 ਬਾਬਾ ਅਗਰ ਇਜਾਜ਼ਤ ਦਿਓ ਤੇ। ਜੀ ਜੀ ਬਾਬਾ ਜੀ ਪਹਿਲੀ ਗੱਲ ਹੈ ਕਿ ਜਿਹੜਾ ਬਾਬੇ ਹੋਰਾਂ ਨੂੰ ਪੁੱਠ ਲੱਗੀ ਸਾਰੀ ਜਾ ਕੇ ਗਦਰੀ ਲਹਿਰ ਬਣਨ ਦੀ ਜਾਂ ਬਣਾਉਣ ਦੀ ਜਾਂ ਲੈ ਕੇ ਤੁਰਨ ਦੀ, ਇਹ 1906 1907 ਦੀ ਜਿਹੜੀ ਪਗੜੀ ਸੰਭਾਲ ਜੱਟਾ ਮੂਵਮੈਂਟ ਸੀ ਕਿਸਾਨੀ ਦੀ, ਇਹਨਾਂ 12 'ਚ ਦੁੱਲੇ ਦੀ ਬਾਰ 'ਚ, ਸਾਂਦਲ ਦੀ ਬਾਰ 'ਚ, ਨੀਲੀ ਬਾਰ 'ਚ, ਇੱਥੇ ਜਿਹੜੀ ਖਲਕਤ ਲਿਆ ਕੇ ਬਿਠਾਈ ਗਈ ਔਰ ਨਹਿਰਾਂ ਕੱਢੀਆਂ ਗਈਆਂ ਔਰ ਉਹਨਾਂ ਕੋਲੋਂ ਵਾਹੀ ਬੀਜੀ ਜਿਸ ਲਈ ਕਰਵਾਈ ਗਈ ਹੈ, ਤੇ ਉਸ ਵੇਲੇ ਅੰਗਰੇਜ਼ ਜਿਹੜਾ ਬਦਨੀਯਤ ਹੋਇਆ, ਉਹਨੇ ਆਰਡਰ ਕਰ ਦਿੱਤਾ ਕਿ ਆਪਣੀਆਂ ਜ਼ਮੀਨਾਂ 'ਚ ਰੁੱਖ ਨਹੀਂ ਜਿਹੜੇ ਆ ਕੇ ਸਿਰ ਬੈਠੇ ਨੇ ਔਰ ਜਿੰਨਾ ਇਹ ਬੰਜਰ ਵਾਹੇ ਨੇ, ਇਹ ਆਪਣੀ ਥਾਂ ਦੇ ਉੱਤੇ ਜਿਹੜਾ ਇਹ ਆਪਣੀ ਥਾਵਾਂ ਤੋਂ ਰੁੱਖ ਨਹੀਂ ਵੱਢ ਸਕਦੇ। ਇਹਦਾ ਮਤਲਬ ਇਹ ਸੀ ਕਿ ਪਿੱਛੋਂ ਗੋਰਿਆਂ ਨੂੰ ਲਿਆਂਦਾ ਜਾ ਰਿਹਾ ਸੀ ਔਰ ਇਹਨਾਂ ਨੂੰ ਬੇਦਖਲ ਕਰਕੇ ਇਸ ਕਿਸਾਨੀ ਨੂੰ ਜਿਹਨੇ ਇਹ ਸਾਰੀ ਆਬਾਦਕਾਰੀ ਕੀਤੀ, ਗੋ ਕਿ ਇਹਦਾ ਆਬਾਦਕਾਰ ਹੋਣਾ ਵੀ ਇੱਕ ਆਪਣੀ ਥਾਵੇਂ ਕੁਐਸਚਨੇਬਲ ਹੈ ਕਿ ਜਿਹੜੀ ਜੰਗਲੀ ਵਸੋਂ ਸੀ ਉਹਨੂੰ ਧਿੱਕ ਕੇ ਇਹਨਾਂ ਦੇ ਕੋਲੋਂ ਕਲਟੀਵੇਸ਼ਨ ਕਰਵਾਈ ਗਈ ਨਹਿਰਾਂ ਦੇ ਨਾਲ, ਇੱਕ ਗੱਲ। ਔਰ ਇਹਦੇ ਉੱਤੇ ਅਜੀਤ ਸਿੰਘ ਹੋਰਾਂ ਦੀ ਜਿਹੜੀ ਮੂਵਮੈਂਟ ਚੱਲੀ ਔਰ ਸੂਫੀ ਅੰਬਾ ਪ੍ਰਸ਼ਾਦ ਦੀ, ਇਹ ਸੂਫੀ ਅੰਬਾ ਪ੍ਰਸ਼ਾਦ ਉਹ ਹੀ ਨੇ ਜਿਹੜੇ ਬਾਅਦ ਵਿੱਚ ਈਰਾਨ 'ਚ ਫਾਹੇ ਲਏ ਗਏ ਔਰ ਜਿਹੜੇ ਸਨ ਅਜੀਤ ਸਿੰਘ ਹੋਰੀ, ਇਹਨਾਂ ਨੂੰ ਮੁਲਕ ਬਦਰ ਕੀਤਾ ਗਿਆ। ਇਹ ਜਾ ਕੇ ਇੱਥੇ ਰਹੇ ਨੇ ਆਪਣਾ ਅਰਜਨਟੀਨਾ ਦੇ ਵਿੱਚ, ਬਹੁਤ ਬਾਅਦ ਵਿੱਚ ਫਿਰ ਇਹਨਾਂ ਦੀ ਵਾਪਸੀ ਹੋਈ। ਅਗਲੀ ਗੱਲ ਮੈਂ ਕਰਨੀ ਚਾਹੁੰਦਾ ਸਾਂ ਕਿ ਜਿਸ ਵੇਲੇ ਬਾਬਾ ਜੀ ਆਏ ਨੇ ਵਾਪਸ ਅਤੇ ਕੈਦ ਕੱਟ ਕੇ, ਤਾਂ ਉਸ ਵੇਲੇ ਪਹਿਲਾ ਮਸਲਾ ਸੀ ਸ਼ਹੀਦਾਂ ਦੇ ਬੱਚਿਆਂ ਦਾ, ਜਿਹੜੇ ਸਾਥੀ ਸ਼ਹੀਦ ਹੋਏ, ਇੰਨੀਆਂ ਲੰਮੀਆਂ ਸ਼ਹੀਦੀਆਂ ਦਿੱਤੀਆਂ ਜਿਹਨਾਂ ਨੂੰ ਅੱਜ ਜਿਹੜਾ ਉਸ ਤਰ੍ਹਾਂ ਗੌਲਿਆ ਨਹੀਂ ਜਾ ਰਿਹਾ, ਉਹਨਾਂ ਨੂੰ ਨੁਕਰੇ ਲਾਇਆ ਗਿਆ, ਸਬਾਲਟਨ ਬਣਾਇਆ ਗਿਆ ਔਰ ਉਹ ਸਾਰੀ ਗੱਲ ਸਾਹਮਣੇ ਨਹੀਂ ਲਿਆਂਦੀ ਗਈ। ਅਰਜਨਟੀਨਾ ਦੇ ਵਿੱਚ ਬਹੁਤ ਬਾਅਦ ਵਿੱਚ ਫਿਰ ਇਹਨਾਂ ਦੀ ਵਾਪਸੀ ਹੋਈ। ਅਗਲੀ ਗੱਲ ਮੈਂ ਕਰਨੀ ਚਾਹੁੰਦਾ ਸਾਂ ਕਿ ਜਿਸ ਵੇਲੇ ਬਾਬਾ ਜੀ ਆਏ ਨੇ ਵਾਪਸ ਤੇ ਹਾਂਜੀ ਕੈਦ ਕੱਟ ਕੇ, ਉਸ ਵੇਲੇ ਪਹਿਲਾ ਮਸਲਾ ਇਹ ਫੇਸਬੁੱਕ ਤੋਂ ਨਾ ਜਾਂ ਯੂਟਿਊਬ ਤੇ ਅਗਰ ਚਲਾਇਆ ਤੇ ਇਹਨੂੰ ਬੰਦ ਕਰ ਦਿਓ, ਕਿਉਂਕਿ ਸਾਡੇ ਤੋਂ 10 ਸੈਕਿੰਡ ਬਾਅਦ ਇੱਥੇ ਆਵਾਜ਼ ਜਾਂਦੀ ਹੈ ਤਾਂ ਫਿਰ ਡਬਲ ਹੋਏਗੀ ਉਹਦੇ ਨਾਲ। ਹਾਂਜੀ, ਔਰ ਨਾਲੇ ਮੇਰੀ ਗੱਲ ਅਜੇ ਪੂਰੀ ਨਹੀਂ ਹੋਈ ਜੀ ਜੀ ਬਾਬਾ ਜੀ, ਵਿੱਚ ਰੁਕਾਵਟ। ਉਹ ਫਿਰ ਬਾਬਾ ਜੀ ਨੇ ਕੀਤਾ ਹੈ ਜੀ, ਜਿਹੜੇ ਸ਼ਹੀਦ ਸਨ ਸ਼ਹੀਦਾਂ ਦੇ ਬੱਚਿਆਂ ਨੂੰ ਯਤੀਮਾਂ ਨੂੰ ਇਕੱਠਿਆਂ ਕੀਤਾ ਔਰ ਜਿਹੜੀ ਥੋੜੀ ਭੋਏ ਸੀ, ਭੋਏ ਬਿਹਤਰ ਹੋ ਗਈ ਸੀ, ਲੇਕਿਨ ਕੋਈ ਆਪ ਬਹੁਤ ਵੱਡੇ ਜ਼ਿੰਮੇਦਾਰ ਤਾਂ ਨਹੀਂ ਸਨ, ਨਾ ਬਣ ਗਿਆ ਨਾ ਹੀ ਪਿਓ ਕੋਈ ਬਹੁਤ ਵੱਡੀ ਜ਼ਿੰਮੇਦਾਰੀ ਦਾ ਸੀ, ਲੇਕਿਨ ਚੂੰਕਿ ਇੱਥੇ ਭੋਏ ਚੰਗੀ ਹੁੰਦੀ ਸੀ, ਬਾਬਾ ਜੀ ਨੇ ਆਪ ਵੀ ਜ਼ਿਕਰ ਕੀਤਾ ਹੈ ਕਿ ਮੇਰੇ ਪਿੰਡ ਦੀ ਭੋਏ ਜਿਹੜੀ ਸੀ ਬਹੁਤ ਅੱਛੀ ਸੀ, ਇਸ ਵਾਸਤੇ ਉਹ ਕਿੱਲੇ ਜਿਹੜੇ ਹੁੰਦੇ ਸਨ ਉਹ ਬਹੁਤੀਆਂ ਥਾਵਾਂ ਨਾਲੋਂ ਬਹੁਤੇ ਰਕਬੇ ਨਾਲੋਂ ਜ਼ਿਆਦਾ ਉਪਜਾਊ ਸਨ, ਅਤੇ ਇੱਥੇ ਆ ਕੇ ਬਾਬਾ ਜੀ ਨੇ ਜਨਾਬ ਉਹਨਾਂ ਬੱਚਿਆਂ ਨੂੰ ਇਕੱਠਿਆਂ ਕਰਕੇ ਉਹਨਾਂ ਕੋਲੋਂ ਖੇਤੀ ਕਰਵਾਈ ਸਾਂਝੀ ਔਰ ਫਿਰ ਜੋ ਰਾਤ ਨੂੰ ਦੁੱਧ ਜਿਹੜਾ ਚੋਇਆ ਜਾਣਾ ਅਤੇ ਉਹ ਬੱਚਿਆਂ ਸਾਰਿਆਂ ਨੂੰ ਇਕੱਠਿਆਂ ਕਰਕੇ ਇੱਕ ਤਾਂ ਪੜ੍ਹਾਉਂਦੇ ਸਨ ਉਹਨਾਂ ਨੂੰ, ਲਿਖਾਈ ਉਹਨਾਂ ਦੀ ਕਰਵਾਈ, ਦੂਸਰਾ ਹੈ ਕਿ ਵਾਹੀ ਬੀਜੀ ਦਾ ਕੰਮ ਉਹ ਕਰਨ ਜੁੜ ਕੇ ਰਲਵੀਂ ਖੇਤੀ ਜਿਹੜੀ ਉਹਨਾਂ ਕਰਕੇ ਦੱਸੀ, ਅਤੇ ਫਿਰ ਜਿਹੜੀ ਰਾਤ ਨੂੰ ਦੁੱਧ ਜਿਹੜਾ ਆਉਣਾ ਨਾ ਜੀ ਉਹ ਵੰਡਿਆ ਜਾਣਾ ਔਰ ਉਹਦੇ 'ਚ ਬਾਬਾ ਜੀ ਜਿਹੜਾ ਅਖੀਰ 'ਤੇ ਕੋਈ ਗਲਾਸੀ ਜਿੰਨੀ ਵੀ ਰਹਿ ਜਾਣੀ ਨਾ, ਤੁਸੀਂ ਗੌਰ ਕਰੋ ਕਿ ਕਿੰਨਾ ਉਹਨਾਂ ਦੇ ਵਿੱਚ ਸਾਂਝ ਵਰਤਨ ਕਿੰਨੀ ਉਤਰੀ ਹੋਈ ਸੀ ਬਾਬਾ ਜੀ ਦੇ 'ਚ, ਕਿ ਉਹ ਫੱਕਾ ਦੁੱਧ ਦਾ ਵੀ ਸਾਂਝਾ ਕਰਨਾ ਸਾਰਿਆਂ ਦੇ ਵਿੱਚ, ਘੁੱਟ ਘੁੱਟ ਜਿਹੜਾ ਉਹ ਸਾਰੇ ਹੀ ਰਲ ਕੇ ਪੀਣ, ਅਤੇ ਫਿਰ ਆਪਣੀ ਜ਼ਮੀਨ ਦਿੱਤੀ ਔਰ ਇਹ ਜਿਹੜਾ ਯਾਦਗਾਰ ਦੇਸ਼ ਭਗਤ ਯਾਦਗਾਰ ਹਾਲ ਹੈ ਇਹਦੇ ਵਾਸਤੇ ਫੰਡਿੰਗ ਔਰ ਪੈਸਾ ਇਕੱਠਾ ਕਰਕੇ ਇਹ ਯਾਦਗਾਰ ਉਸਾਰਨੇ 'ਚ ਵੀ ਬਾਬਾ ਜੀ ਦਾ ਬੜਾ ਮੁੱਢਲਾ ਰੋਲ ਹੈ। ਅਗਲੀ ਗੱਲ ਜਿਹੜੀ ਹੈ ਕਿ ਇਹਨਾਂ ਸੂਰਮਿਆਂ ਦੀਆਂ ਜਿਹੜੀਆਂ ਕਲੋਨੀ ਗੀਰਾਂ ਦੇ ਖਿਲਾਫ ਜਿਹੜਾ ਜੱਦੋ ਜਹਿਦ ਸੀ, ਜਿਹੜੀ ਪਿੰਡਾਂ ਗਰਾਵਾਂ 'ਚ ਉੱਠੀ ਹੋਈ ਸੀ, ਇਸ ਜੱਦੋ ਜਹਿਦ ਨੂੰ ਜਿਸ ਤਰੀਕੇ ਨਾਲ ਆਜ਼ਾਦੀ ਤੋਂ ਫੌਰਨ ਬਾਅਦ ਕਾਂਗਰਸ ਹਕੂਮਤ ਨੇ ਉੱਧਰ ਔਰ ਮੁਸਲਿਮ ਲੀਗ ਹਕੂਮਤ ਨੇ ਇੱਧਰ ਇਸ ਤਰ੍ਹਾਂ ਜਾਨਾਂ ਵਾਰਨ ਵਾਲਿਆਂ ਨੂੰ ਔਰ ਜਾਨਾਂ ਤਲੀ 'ਤੇ ਰੱਖ ਕੇ ਕੁੱਦਣ ਵਾਲਿਆਂ ਨੂੰ, ਯੋਧਿਆਂ ਨੂੰ
ਜਿਸ ਤਰ੍ਹਾਂ ਖੱਜਲ ਖਰਾਬ ਕੀਤਾ, ਜਿੰਨੀਆਂ ਸਖਤੀਆਂ ਕੀਤੀਆਂ ਗਈਆਂ, ਉਹਨਾਂ ਸਖਤੀਆਂ ਦਾ ਜਿਉਂਦਾ ਜਾਗਦਾ ਸਬੂਤ ਬਾਬਾ ਜੀ ਸਨ, ਨੌ ਭੁੱਖੜ ਤਾਲਾਂ ਨੇ। ਔਰ ਉਹਨਾਂ ਦੇ ਵਿੱਚ ਆਪ ਨੇ ਬਕਾਇਦਾ, ਤੁਸੀਂ ਗੱਲ ਬੜੀ ਠੀਕ ਕੀਤੀ ਸੀ ਕਿ ਬਾਬਾ ਜੀ ਕਹਿਣ ਲੱਗੇ ਇਹ ਲੱਕ ਜਿਹੜਾ ਕੁੱਬਾ ਹੋਇਆ ਨਾ, ਇਹ ਗੋਰਾ ਨੇ ਸੀ ਕਰਵਾ ਸਕਿਆ, ਇਹ ਇਹਨਾਂ ਨੇ ਕਰਵਾਇਆ। ਤਾਂ ਨਾ ਕਾਂਗਰਸ ਉਹ ਸੀ, ਨਾ ਗਾਂਧੀ ਨੂੰ ਮੰਨਦੇ ਸਨ, ਨਾ ਨਹਿਰੂ ਨੂੰ ਮੰਨਦੇ ਸਨ, ਇਹਨਾਂ ਦੀਆਂ ਤਾਂ ਲੋੜਾਂ ਸਨ। ਖੈਰ ਇੱਕ ਹੋਰ ਤਰ੍ਹਾਂ ਦੀ ਗੱਲ ਚੱਲ ਪੈਂਦੀ ਹੈ। ਬਹਰਹਾਲ ਜੀ, ਬੜੀ ਮਿਹਰਬਾਨੀ ਤੁਸੀਂ ਸਾਹਿਬ, ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਸੋ ਕਰਨਵੀਰ ਜੀ, ਅਸੀਂ ਜਿਸ ਤਰ੍ਹਾਂ ਗੱਲ ਕਰ ਰਹੇ ਸਾਂ, ਜਸਬੀਰ ਹੋਣਾ ਦਾ ਵੀ ਮੇਰਾ ਖਿਆਲ ਉਹਨਾਂ ਨੂੰ ਕੁਐਸਚਨ ਦਾ ਜਿਹੜਾ ਹੈ ਉਹ ਉਹਨਾਂ ਦੇ ਸਵਾਲ ਦਾ ਜਵਾਬ ਮਿਲ ਗਿਆ ਹੋਏਗਾ ਅੱਜ ਦੀ ਰੈਲੀਵੈਂਸ ਦੇ ਹਵਾਲੇ ਨਾਲ, ਜਿਹੜੀ ਗੱਲਬਾਤ ਤੁਸੀਂ ਕੀਤੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਰ ਆਉਣ ਦਾ, ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਤੁਹਾਨੂੰ ਰਿਕੁਐਸਟ ਕਰਾਂਗੇ ਕਿ ਸਾਡੇ ਇਸ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਵਿੱਚ ਆਉਂਦੇ ਜਾਂਦੇ ਰਿਹਾ ਕਰੋ, ਤੁਹਾਨੂੰ ਤੁਹਾਡੀ ਬੜੀ ਮਿਹਰਬਾਨੀ, ਸ਼ੁਕਰੀਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਤੁਹਾਡੇ ਨਾਲ ਰਾਬਤਾ ਮੇਰਾ ਬਣਿਆ ਹੈਗਾ, ਐਂਡ ਅੱਲਾ ਕਰੇ ਬਣਿਆ ਰਵੇ, ਅਸੀਂ ਮਿਲਦੇ ਰਹੀਏ ਇਸ ਤਰ੍ਹਾਂ, ਐਂਡ ਵਿਚਾਰਾਂ ਦੀ ਸਾਂਝ ਪੈਂਦੀ ਰਵੇ ਸਾਡੀ। ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ, ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਜਿਸ ਤਰ੍ਹਾਂ ਅਸੀਂ ਗੱਲਬਾਤ ਕਰ ਰਹੇ ਸੀ ਬਾਬਾ ਜੀ ਸੋਹਣ ਸਿੰਘ ਪਕਨਾ ਉਹਨਾਂ ਦੀ ਅੱਜ ਦੀ ਡੈਥ ਐਨੀਵਰਸਰੀ ਤੇ, ਤੇ ਅੱਜ ਇੱਕ ਬਹੁਤ ਹੀ ਖੂਬਸੂਰਤ ਲੈਕਚਰ ਜਿਹੜਾ ਨਾ ਉਹ ਹੋਇਆ ਬਾਬਾ ਜੀ ਸੋਹਣ ਸਿੰਘ ਪਕਨਾ ਉਹਨਾਂ ਦੀ ਪੂਰੀ ਲਾਈਫ ਤੇ, ਜਿਸ ਤਰ੍ਹਾਂ ਸਮਝੋ ਕਿ ਕਰਨਵੀਰ ਉਹਨਾਂ ਨੇ ਪੂਰੇ ਤਰੀਕੇ ਨਾਲ ਉਹ ਗੱਲਬਾਤ ਇੱਥੋਂ ਤੱਕ ਲੈ ਕੇ ਆਏ, ਉਹ ਬਹੁਤ ਹੀ ਖੂਬਸੂਰਤ ਸੀ ਸਾਡੇ ਸਟੂਡੈਂਟਸ ਵਾਸਤੇ, ਤੇ ਨਾਲ ਦੀ ਨਾਲ ਉਹਨਾਂ ਦੀ ਫਿਲੋਸਫੀ ਤੇ ਔਰ ਉਹਨਾਂ ਦੇ ਹਵਾਲੇ ਨਾਲ ਬਾਬਾ ਜੀ ਦਾ ਜਿਹੜਾ ਪੁਆਇੰਟ ਆਫ ਵਿਊ ਸੀ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ, ਉਹ ਵੀ ਬੜੀ ਹੀ ਖੂਬਸੂਰਤ ਮੈਨੂੰ ਲੱਗੀ। ਬਾਕੀ ਦੋਸਤ ਜਿਹੜੇ ਸਾਨੂੰ ਵੇਖ ਰਹੇ ਨੇ ਉਹ ਆਪਣੇ ਸਵਾਲ, ਆਪਣੀ ਗੱਲਬਾਤ ਰੱਖ ਸਕਦੇ ਨੇ, ਅਸੀਂ ਉਹ ਰਿਕੁਐਸਟ ਕਰਾਂਗੇ ਪ੍ਰੋਫੈਸਰ ਕਰਨਵੀਰ ਹੋਰਾਂ ਨੂੰ, ਬਾਬਾ ਜੀ ਨੂੰ, ਕਿ ਤੁਸੀਂ ਉਹਨਾਂ ਨੂੰ ਵੇਖ ਕੇ ਤੇ ਉਹਦੇ ਅਗਰ ਜਵਾਬ ਦੇਣਾ ਚਾਹੋ ਤੇ ਤੁਸੀਂ ਦੇ ਸਕਦੇ ਹੋ। ਤੇ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਹਵਾਲੇ ਨਾਲ ਮੈਂ ਗੱਲ ਕਰਦਾ ਜਾਵਾਂ ਕਿ ਸਾਡਾ ਇੱਕ ਏਮ ਹੈ ਕਿ ਅਸੀਂ ਆਪਣੇ ਧਰਤੀ ਦੇ, ਆਪਣੇ ਦੇਸ਼ ਪੰਜਾਬ ਦੇ ਜਿਹੜੇ ਲੋਕ ਨੇ ਜਿਹਨਾਂ ਨੇ ਇਸ ਧਰਤੀ ਵਾਸਤੇ ਕੰਮ ਕੀਤਾ, ਅਸੀਂ ਉਹਨਾਂ ਨੂੰ ਜ਼ਰੂਰ ਯਾਦ ਕਰੀਏ। ਕਿਧਰੇ ਕੋਈ ਰਹਿ ਜਾਵੇ, ਘੱਟ ਵੱਧ ਹੋ ਜਾਵੇ, ਤੇ ਉਹਦੇ ਲਈ ਅਸੀਂ ਮਾਫ਼ੀ ਚਾਹਵਾਂਗੇ, ਲੇਕਿਨ ਅਸੀਂ ਜ਼ਰੂਰ ਇਹ ਕੰਮ ਜਿਹੜਾ ਹੈ ਉਹਨੂੰ ਕਰਦੇ ਰਹਾਂਗੇ, ਔਰ ਆਪਣੇ ਪੰਜਾਬ ਦੀ ਜਿਹੜੀ ਤਾਰੀਖ ਹੈ ਉਹਨੂੰ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਇਕੱਠਿਆਂ ਕਰਨ ਦਾ ਜਿਹੜਾ ਇੱਕ ਕੰਮ ਹੈ ਉਹ ਜ਼ਰੂਰ ਹੁੰਦਾ ਰਹੇਗਾ, ਔਰ ਇਹ ਤਾਰੀਖ ਦੇ ਜਿਹੜੇ ਆਰਕਾਈਵਸ ਬਣਨਗੇ, ਇਹ ਤਾਰੀਖ ਦੇ ਜਿਹੜੇ ਡਿਜੀਟਲ ਆਰਕਾਈਵ ਇੰਟਰਵਿਊ ਦੇ ਰਾਹੀਂ ਬਣਨਗੇ, ਉਹ ਇੱਕ ਸਾਇੰਟੀਫਿਕ ਤਰੀਕੇ ਦੇ ਨਾਲ ਹੋਣਗੇ ਤੇ ਸਾਰੇ ਲੋਕ ਉਹਦੇ ਤੋਂ ਜਿਹੜਾ ਫਾਇਦਾ ਵੀ ਚੁੱਕ ਸਕਣਗੇ। ਮੈਂ ਇਸ ਦੇ ਨਾਲ ਨਾਲ ਇੱਕ ਬਹੁਤ ਅਹਿਮ ਜਿਹੜੀ ਗੱਲ ਹੈ ਉਹ ਕਰਨਾ ਚਾਹਾਂਗਾ ਕਿ ਇਸ ਪੂਰੇ ਜਿਹੜੀ ਇਹ ਕਲੱਬ ਹੈ ਇਹਨੂੰ ਚਲਾਉਣ ਦੇ ਵਿੱਚ ਜਿਹੜਾ ਸਭ ਤੋਂ ਅਹਿਮ ਕਿਰਦਾਰ ਹੈ ਉਹ ਸਾਡੇ ਉਹ ਦੋਸਤ ਨੇ ਜਿਹੜੇ ਆ ਕੇ ਆਪਣਾ ਟਾਈਮ ਦਿੰਦੇ ਨੇ। ਮੈਂ ਸਮਝਦਾ ਵਾਂ ਕਿ ਇਹਦੇ ਵਿੱਚ ਇੱਕ ਲੰਮੀ ਲਿਸਟ ਹੈ ਸਾਡੇ ਉਹਨਾਂ ਸਕਾਲਰਸ ਦੀ ਜਿਨ੍ਹਾਂ ਦਾ ਆਪਣੇ ਆਪਣੀ ਮਾਂ ਬੋਲੀ ਪੰਜਾਬੀ ਨਾਲ, ਪੰਜਾਬ ਦੇ ਨਾਲ, ਪੰਜਾਬੀ ਧਰਤੀ ਦੇ ਨਾਲ ਪਿਆਰ ਹੈ। ਔਰ ਬਾਦਕਾਤ ਮੇਰੀ ਨਲਾਇਕੀ ਦੀ ਵਜ੍ਹਾ ਤੋਂ ਬਹੁਤ ਸ਼ਾਰਟ ਨੋਟਿਸ ਤੇ ਵੀ ਉਹਨਾਂ ਨੂੰ ਮੈਂ ਰਿਕੁਐਸਟ ਕਰਾਂ ਤੇ ਉਹਨਾਂ ਦਾ ਬੜਾ ਵੱਡਾ ਪਨ ਹੈ ਕਿ ਉਹ ਆਉਂਦੇ ਨੇ ਔਰ ਗੱਲਬਾਤ ਕਰਦੇ ਨੇ। ਸੋ ਅੱਜ ਦੇ ਇਸ ਦਿਨ ਤੇ ਜਦੋਂ ਅਸੀਂ ਬਾਬਾ ਜੀ ਦਾ ਜ਼ਿਕਰ ਕਰ ਰਹੇ ਹਾਂ, ਅਸੀਂ ਸਮਝਦੇ ਹਾਂ ਕਿ ਇਹੋ ਜਿਹੜੇ ਲੋਕ ਨੇ ਉਹਨਾਂ ਦਾ ਜਿਹੜਾ ਜਨਮ ਦਿਹਾੜ ਹੋਵੇ ਜਾਂ ਉਹਨਾਂ ਦੀ ਡੈਥ ਐਨੀਵਰਸਰੀ ਹੋਵੇ, ਅਸੀਂ ਸਮਝਦੇ ਹਾਂ ਕਿ ਉਹ ਜਿੰਦਾ ਨੇ, ਉਹਨਾਂ ਦੀ ਫਿਲੋਸਫੀ ਜਿੰਦਾ, ਉਹਨਾਂ ਦੀ ਗੱਲ ਜਿੰਦਾ, ਤੇ ਉਹਨਾਂ ਦੇ ਦਿਨਾਂ ਤੇ ਹੀ ਇਹ ਗੱਲਾਂ ਹੋਣੀਆਂ ਚਾਹੀਦੀਆਂ ਕਿ ਅਸੀਂ ਅੱਜ ਵੀ ਪੰਜਾਬ ਦੇ ਹਵਾਲੇ ਨਾਲ ਅਗਰ ਅਸੀਂ ਗੱਲ ਕਰੀਏ ਤੇ ਅਸੀਂ ਬਹੁਤ ਸਾਰੇ ਜਿਹੜੇ ਸਾਡੇ ਦੋਸਤ ਨੇ ਇਸ ਕੰਮ ਦੇ ਵਿੱਚ ਸਾਡੇ ਨਾਲ ਨੇ, ਔਰ ਅਸੀਂ ਉਹਨਾਂ ਦੇ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਸਾਡੇ ਨਾਲ ਨੇ। ਇਹ ਸਿਲਸਿਲਾ ਜਾਰੀ ਰਹੇਗਾ, ਅਸੀਂ ਆਪਣੇ ਦੋਸਤਾਂ ਦੇ ਨਾਲ ਗੱਲਬਾਤ ਜਾਰੀ ਰੱਖਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਉਣ ਦਾ, ਔਰ ਸਾਡੇ ਨਾਲ ਆਪਣਾ ਸਾਨੂੰ ਵੇਖਣ ਦਾ ਔਰ ਆਪਣੀ ਗੱਲਬਾਤ ਸਾਂਝੀ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਮਿਲਦੇ ਹਾਂ ਅਗਲੀ ਗੱਲਬਾਤ ਦੇ ਨਾਲ, ਰੱਬ ਰੱਖ।